ਧਨ ਅਖੁੱਟ ਨਾਨ ਖੁੱਟੈ ਨਾ ਜਾਏ। ਸਤਿਗੁਰੂ ਅੱਗੇ ਸਮਝਾਉਣਗੇ ਉਹ ਧਨ ਕਿਹੜਾ, ਪਰ ਆਪਾਂ ਅਖਰੀ ਅਰਥੇ ਦੀ ਉਹ ਕਰਾਂਗੇ। ਇਹ ਧਨ ਹੈ, ਇਹ ਦੌਲਤ ਉਹ ਹੈ ਜਿਹੜੀ ਅਖੁੱਟ, ਅਖੁੱਟ ਦਾ ਅਰਥ ਹੈ ਜਿਸ ਨੇ ਖਤਮ ਨਹੀਂ ਹੋਣਾ, ਜਿਸ ਦਾ ਕਦੀ ਟੋਟਾ ਨਹੀਂ ਆਉਣਾ। ਮਹਾਰਾਜ ਬਖਸ਼ਿਸ਼ ਕਰ ਰਹੇ ਉਹ ਦੌਲਤ ਕਿਹੜੀ ਜੀ? ਉਹ ਨਾਮ ਧਨ ਹੈ, ਉਹ ਸਿਮਰਨ ਹੈ। ਇਹੋ ਧਨ ਅਖੁੱਟ ਨਾਨ ਖੁੱਟੈ, ਇੱਕ ਤਾਂ ਇਹਨੇ ਨਖੁੱਟਣਾ ਨਹੀਂ, ਇਹਦਾ ਟੋਟਾ ਕਦੀ ਨਹੀਂ ਆਉਣਾ, ਇਸ ਦੀ ਕਦੀ ਕਮੀ ਨਾ ਆਉਣੀ। ਅਤੇ ਮਹਾਰਾਜ ਕਹਿੰਦੇ ਨੇ ਨਾ ਜਾਏ, ਇਹਨੇ ਕਿਤੇ ਜਾਣਾ ਵੀ ਨਹੀਂ, ਇਹ ਗਵਾਚ ਵੀ ਨਹੀਂ ਸਕਦਾ। ਆਪਾਂ ਕਹਾਂਗੇ ਨਾ ਜਿਵੇਂ ਅਸੀਂ ਚਾਰ ਪੈਸੇ ਇਕੱਠੇ ਕਰਨੇ, ਕਹਿੰਦੇ ਹਾਂ ਬੜੀ ਮੁਸ਼ਕਲ ਨਾਲ ਜੋੜੇ ਸਨ, ਇੰਨੇ ਸਾਲਾਂ ਦੇ ਜੋੜੇ, ਰੁੜਦਿਆਂ ਪਤਾ ਹੀ ਨਹੀਂ ਲੱਗਾ ਵੀ ਕਿੱਥੇ ਚਲੇ ਗਏ। ਮਹਾਰਾਜ ਕਹਿੰਦੇ ਨੇ ਦੁਨੀਆਂ ਦੀ ਦੌਲਤ ਇਕੱਠੀ ਕੀਤੀ ਵਿੱਚ ਘਾਟਾ ਵੀ ਪੈ ਸਕਦਾ, ਕਮੀ ਵੀ ਆਵੇਗੀ, ਉਹਨੂੰ ਕੋਈ ਲਿਜਾ ਵੀ ਸਕਦਾ, ਖੋ ਵੀ ਸਕਦਾ। ਪਰ ਗੁਰਮੁਖੋ, ਪਰਮੇਸ਼ਵਰ ਜੀ ਦਾ ਨਾਮ ਧਨ, ਕਰਤਾਰ ਦਾ ਨਾਮ ਧਨ ਉਹ ਹੈ ਜਿਹਦੇ ਵਿੱਚ ਨਾ ਟੋਟਾ ਹੁੰਦਾ, ਨਾ ਇਸ ਨੇ ਨਾਸ਼ ਹੋਣਾ, ਅਤੇ ਨਾ ਇਸ ਨਾਮ ਧਨ ਨੂੰ ਕੋਈ ਲਿਜਾ ਸਕਦਾ ਹੈ। ਪੂਰਾ ਸਤਿਗੁਰ ਦੀਆ ਦਿਖਾਏ। ਪਰ ਇਹ ਨਾਮ ਧਨ ਕਿੱਥੋਂ ਮਿਲਿਆ, ਇਹ ਕਿਸਨੇ ਬਖਸ਼ਿਸ਼ ਕੀਤੀ? ਧੰਨ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰਦੇ ਨੇ, ਪੂਰੇ ਸਤਿਗੁਰਾਂ ਨੇ ਜੀ, ਸਮਰੱਥ ਸਤਿਗੁਰਾਂ ਨੇ ਬਖਸ਼ਿਸ਼ ਕੀਤੀ। ਇਸ ਨਾਮ ਧਨ ਨਾਲ ਸਾਡੀ ਸਾਂਝ ਪਵਾ ਦਿੱਤੀ, ਇਹ ਨਾਮ ਧਨ ਸਾਨੂੰ ਬਖਸ਼ ਦਿੱਤਾ ਜਾਂ ਦਿਖਾ ਦਿੱਤਾ ਹੈ। ਆਪਣੇ ਸਤਿਗੁਰ ਕਉ ਸਤਿ ਬਲ ਜਾਈ। ਹਜ਼ੂਰ ਇੱਥੇ ਬਖਸ਼ਿਸ਼ ਕਰਦੇ ਨੇ ਕਿ ਜਿਸ ਸਤਿਗੁਰੂ ਨੇ ਅਖੁੱਟ ਧਨ ਬਖਸ਼ਿਆ, ਅਖੁੱਟ ਖਜ਼ਾਨਾ ਬਖਸ਼ਿਆ, ਇਹੋ ਜਿਹੇ ਦੀਨ ਦਿਆਲ ਸਤਿਗੁਰੂ ਜੀ, ਉਹਨਾਂ ਤੋਂ ਅਸੀਂ ਹਮੇਸ਼ਾ ਲਈ, ਸਦੀਵ ਕਾਲ ਲਈ ਕੁਰਬਾਨ ਜਾਂਦੇ ਹਾਂ। ਗੁਰ ਕਿਰਪਾ ਤੇ ਹਰ ਮਨ ਵਸਾਈ। ਪਿਆਰਿਓ, ਇਹ ਨਾਮ ਧਨ ਸਤਿਗੁਰੂ ਜੀ ਤੋਂ ਕੁਰਬਾਨ ਜਾ ਰਹੇ ਹਾਂ, ਉਹਨਾਂ ਦੀ ਕਿਰਪਾ ਨਾਲ, ਉਹਨਾਂ ਦੇ ਪ੍ਰਸਾਦ ਨਾਲ, ਸਤਿਗੁਰਾਂ ਜੀ ਦੀ ਮਿਹਰ ਨਾਲ ਇਹ ਮਨ ਦੇ ਵਿੱਚ ਵਸ ਗਿਆ ਹੈ। ਸੇ ਧਨਵੰਤ ਹਰ ਨਾਮ ਲਿਵਲਾਈ। ਹੁਣ ਅੱਗੇ ਸਤਿਗੁਰੂ ਜੀ ਧਨਾੜ ਲੋਕਾਂ ਦਾ ਜ਼ਿਕਰ ਕਰ ਰਹੇ ਆ। ਸਤਿਗੁਰਾਂ ਨੇ ਫਰਮਾਇਆ ਧੰਨ ਗੁਰੂ ਅਮਰਦਾਸ ਜੀ ਮੇਰ ਦੇ ਘਰ 'ਚ, ਮਹਾਰਾਜ ਕਹਿੰਦੇ ਸੇ ਧਨਵੰਤ, ਅਸਲ 'ਚ ਉਹ ਅਮੀਰ ਨੇ, ਉਹ ਧਨ ਵਾਲੇ ਨੇ, ਉਹ ਦੌਲਤ ਵਾਲੇ ਨੇ। ਕੌਣ ਜੀ? ਜਿਹੜੇ ਕਰਤੇ ਪੁਰਖ ਵਾਹਿਗੁਰੂ ਜੀ ਦੇ ਨਾਮ ਵਿੱਚ ਲਿਵ ਲਾਉਂਦੇ ਆ। ਸੇ ਧਨਵੰਤ ਹਰ ਨਾਮ ਲਿਵ ਲਾਏ, ਜਿਨ੍ਹਾਂ ਨੇ ਹਰੀ ਪ੍ਰਭੂ ਪਰਮੇਸ਼ਵਰ ਕਰਤਾਰ ਜੀ ਦੇ ਨਾਮ ਵਿੱਚ ਆਪਣੀ ਲਿਵ ਨੂੰ ਲਾ ਦਿੱਤਾ, ਆਪਣੀ ਸੁਰਤ ਨੂੰ ਜੋੜ ਦਿੱਤਾ। ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਗੁਰਸਿੱਖੋ, ਉਹ ਬਹੁਤ ਧਨਾੜ ਹਨ। ਗੁਰਪੂਰਾ ਹਰ ਧਨ ਪ੍ਰਗਾਸਿਆ। ਪੂਰੇ ਸਤਿਗੁਰਾਂ ਨੇ ਹਰੀ ਨਾਮ ਧਨ ਨੂੰ ਪ੍ਰਗਟ ਕੀਤਾ, ਪ੍ਰਗਾਸਿਆ ਦਰਤ ਪ੍ਰਗਟ ਕਰ ਦਿੱਤਾ, ਉਹਨਾਂ ਅੰਦਰ ਬਖਸ਼ਿਸ਼ ਕਰ ਦਿੱਤੀ ਹੈ। ਹਰ ਕਿਰਪਾ ਤੇ ਵਸੈ ਮਨ ਆਈ। ਪੂਰੇ ਸਤਿਗੁਰਾਂ ਨੇ ਨਾਮ ਧਨ ਪ੍ਰਗਟ ਕੀਤਾ, ਖਰੀ ਪਰਮੇਸ਼ਵਰ ਜੀ ਨੇ ਆਪਣੀ ਦਇਆ ਕੀਤੀ, ਤਰਸ ਕੀਤਾ, ਅਤੇ ਪਿਆਰਿਓ ਉਹ ਖਰੀ ਨਾਮ ਧਨ ਜਿਹੜਾ ਉਹ ਸਾਡੇ ਧੁਰ ਅੰਦਰ ਵਸ ਗਿਆ। ਆਪਾਂ ਪਹਿਲੀਆਂ ਤੁਕਾਂ ਅਤੇ ਰਹਾਉ ਦੀਆਂ ਤੁਕਾਂ ਵਾਚੀਆਂ ਨੇ, ਕਿਉਂਕਿ ਸ਼ਬਦ ਦਾ ਕੇਂਦਰੀ ਭਾਵ ਆਪ ਸਭ ਨੂੰ ਪਤਾ ਰਹਾਉ ਦੀਆਂ ਤੁਕਾਂ ਵਿੱਚ ਹੈ। ਸੇ ਧਨਵੰਤ ਹਰ ਨਾਮ ਦੇ ਬੁਲਾਏ। ਮਹਾਰਾਜ ਕਹਿੰਦੇ ਉਹ ਧਨਾੜ ਨੇ ਜਿਹੜੇ ਖਰੀ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਨੂੰ ਜਪਦੇ ਨੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਕ ਦੁਨੀਆ ਦਾ ਧਨ ਹੈ ਅਤੇ ਇੱਕ ਪਾਸੇ ਰੂਹਾਨੀ ਧਨ ਹੈ, ਇੱਕ ਪਾਸੇ ਸੰਸਾਰ ਦਾ ਖਜ਼ਾਨਾ ਹੈ
ਦੂਸਰੇ ਪਾਸੇ ਕਰਤਾਰ ਦੇ ਨਾਮ ਦਾ ਖਜ਼ਾਨਾ ਹੈ। ਇਸ ਇੱਕ ਪਾਸੇ ਅਸੀਂ ਦੁਨੀਆ ਦੀ ਦੌਲਤ ਨੂੰ ਵੇਖਣੇ ਹਾਂ ਅਤੇ ਦੂਸਰੇ ਪਾਸੇ ਅਵਿਨਾਸ਼ੀ ਪਰਮਾਤਮਾ ਦਾ ਨਾਮ ਧੰਨ ਹੈ। ਥੋੜ੍ਹੀ ਜਿਹੀ ਬੇਨਤੀ ਆਪ ਜੀ ਨੂੰ ਕਰਨੀ ਹੈ, ਕਿਉਂਕਿ ਜਦੋਂ ਅਸੀਂ ਸੰਸਾਰ ਦੇ ਧੰਨ ਨੂੰ ਦੇਖਦੇ ਹਾਂ, ਕੋਈ ਵੀ ਕੰਮ ਜਿਹੜਾ ਉਹ ਧੰਨ ਤੋਂ ਬਿਨਾਂ ਚੱਲ ਨਹੀਂ ਸਕਦਾ। ਇਸ ਗੱਲ ਨੂੰ ਜ਼ਿਹਨ 'ਚ ਰੱਖ ਕੇ ਤੁਰੀਏ ਕਿ ਧੰਨ ਇੱਕ ਬੜੀ ਵੱਡੀ ਸ਼ਕਤੀ ਹੈ, ਇੱਕ ਵੱਡੀ ਵੱਡੀ ਤਾਕਤ ਹੈ। ਉਸ ਤੋਂ ਬਿਨਾਂ ਕੋਈ ਕਾਰਜ ਹੁੰਦਾ ਹੀ ਨਹੀਂ। ਉਹ ਸਤਿਗੁਰਾਂ ਨੇ ਬਾਣੀ ਵਿੱਚ ਵੀ ਵਚਨ ਕਿਹਾ, ਦਾਸ ਨੇ ਇੱਕ ਵਾਰ ਅਰਜ਼ ਕੀਤੀ, ਸਭ ਤੋਂ ਜ਼ਿਆਦਾ ਭਗਤ ਕਬੀਰ ਸਾਹਿਬ ਜੀ ਮਾਇਆ ਦੇ ਵਿਰੋਧ ਵਿੱਚ ਕਹਿੰਦੇ ਆ, ਨਾਕੋ ਕਾਟੀ ਕਾਨੋ ਕਾਟੀ ਕਾਂਠ ਕੂਟ ਕੇ ਡਾਰੀ। ਕਹਿੰਦੇ ਮਾਇਆ ਦਾ ਨੱਕ ਵੀ ਵੱਢ ਦਿੱਤਾ, ਮਾਇਆ ਦਾ ਕੰਨ ਵੀ ਵੱਢ ਦਿੱਤਾ। ਗੁਰਬਾਣੀ ਨੇ ਇਹ ਵੀ ਸ਼ਬਦ ਵਰਤਿਆ, ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ, ਕਿ ਮਾਇਆ ਤਾਂ ਸਪਣੀ ਦੀ ਤਰ੍ਹਾਂ ਹੈ ਜੀ, ਜਿਹੜੇ ਸਾਰੇ ਜਗਤ ਨੂੰ ਚੰਬੜੀ ਹੋਈ ਹੈ। ਮੈਂ ਫਿਰ ਅਰਜ਼ ਕਰਾਂ, ਇਹ 'ਚ ਕੋਈ ਸ਼ੱਕ ਨਹੀਂ, ਪਰ ਉਹੀ ਭਗਤ ਕਬੀਰ ਸਾਹਿਬ ਜੀ ਮਹਾਰਾਜ ਆਪਣੀ ਅੰਮ੍ਰਿਤ ਬਾਣੀ ਵਿੱਚ ਇੱਕ ਬਖਸ਼ਿਸ਼ ਕਰਦੇ ਆ। ਉਹਨਾਂ ਦਾ ਇੱਕ ਪਵਿੱਤਰ ਬਚਨ ਹੈ, ਗ੍ਰਹਿ ਸ਼ੋਭਾ ਜਾ ਕੇ ਰੇ ਨਾਹੀਂ ਆਵਤ ਪਹੀਆ ਖੋਦੇ ਜਾਹੇ। ਫਿਰ ਬੇਨਤੀ ਧਿਆਨ ਨਾਲ ਸੁਣਿਓ, ਆਪਾਂ ਦੋਨੋਂ ਪੱਖ ਸਤਿਗੁਰਾਂ ਦੀ ਬਾਣੀ 'ਚੋਂ ਦੇਖਾਂਗੇ ਜੀ। ਮਹਾਰਾਜ ਕਹਿ ਰਹੇ ਨੇ, ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਗ੍ਰਹਿ ਸ਼ੋਭਾ ਜਾ ਕੇ ਰੇ ਨਾਹੇ। ਜਿਸ ਬੰਦੇ ਦੇ ਘਰ ਅੰਦਰ ਘਰ ਦੀ ਸ਼ੋਭਾ, ਘਰ ਦੀ ਸ਼ੋਭਾ ਦਾ ਅਰਥ ਮਾਇਆ ਪੈਸਾ ਦੌਲਤ, ਜਿਸ ਦੇ ਘਰ ਅੰਦਰ ਦੌਲਤ ਨਹੀਂ, ਲਕਸ਼ਮੀ ਨਹੀਂ, ਸ਼ੋਭਾ ਨਹੀਂ, ਆਵਤ ਪਈਆ ਖੁਦੇ ਜਾਹੇ। ਸੱਚ ਇਹ ਵੇ ਕਿ ਉਸ ਬੰਦੇ ਦੇ ਘਰ ਜੇ ਕੋਈ ਅਤਿਥੀ ਆ ਜਾਏ, ਕੋਈ ਮਹਿਮਾਨ ਆ ਜਾਏ, ਪ੍ਰਾਹੁਣਾ ਆ ਜਾਏ, ਅਤੇ ਜੇ ਉਸ ਬੰਦੇ ਦੇ ਘਰ ਕੋਈ ਪੈਸਾ ਹੀ ਨਹੀਂ, ਉਹ ਆਏ ਹੋਏ ਪ੍ਰਾਹੁਣੇ ਨੂੰ, ਆਏ ਹੋਏ ਮਹਿਮਾਨ ਨੂੰ, ਆਏ ਹੋਏ ਅਤਿਥੀ ਨੂੰ ਭੋਜਨ ਕਿੱਥੋਂ ਖਵਾਏਗਾ? ਕਹਿੰਦੇ ਇਹਦਾ ਮਤਲਬ ਗ੍ਰਹਿ ਸ਼ੋਭਾ ਚਾਹੀਦੀ ਹੈ। ਦੁਨੀਆ ਦੀ ਦੌਲਤ ਦੀ ਮੈਂ ਪਹਿਲਾਂ ਬੇਨਤੀ ਕਰ ਰਿਹਾ ਹਾਂ। ਫਿਰ ਦੂਜੀ ਗੱਲ ਇਹ ਵੇ ਕਿ ਇਹ ਅੱਜ ਦੇ ਸਮਾਜ ਦੀ ਮੈਂ ਗੱਲ ਕਰ ਰਿਹਾ, ਪਰ ਆਪਾਂ ਬਾਣੀ 'ਚੋਂ ਦੇਖਾਂਗੇ ਸਤਿਗੁਰਾਂ ਦੀ ਤਾਂ ਖੇਡ ਹੀ ਨਿਰਾਲੀ ਹੈ। ਅੱਜ ਦੇ ਸਮੇਂ 'ਚ ਸੱਚ ਇਹ ਵੇ ਕਿ ਜਿਸ ਬੰਦੇ ਕੋਲ ਬਹੁਤ ਜ਼ਿਆਦਾ ਦੌਲਤ ਹੈ, ਜਿਸ ਕੋਲ ਬਹੁਤ ਪੈਸਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਇਕੱਠ ਫੈਸਲਾ ਹੈ, ਉਸ ਬੰਦੇ ਨੂੰ ਸੱਚ ਇਹ ਵੇ ਧਰਮੀ ਵੀ, ਕੁਕਰਮੀ ਵੀ, ਸੰਤ ਵੀ, ਸਾਧ ਵੀ, ਰਾਜਨੇਤਾ ਵੀ, ਸਾਰੇ ਬੰਦੇ ਉਹਦੇ ਘਰ 'ਚ ਫੇਰੇ ਪਾਈ ਜਾਂਦੇ ਆ ਜਿਸ ਬੰਦੇ ਕੋਲ ਦੌਲਤ ਹੈ। ਅਤੇ ਇਹ ਵੀ ਸੱਚ, ਜਿਸ ਬੰਦੇ ਕੋਲ ਪੈਸਾ ਹੈ ਉਹ ਮੂਰਖ ਬੰਦਾ, ਮੈਂ ਸ਼ਬਦ ਲਫ਼ਜ਼ ਇੱਕ ਵਰਤਿਆ, ਗੁਰੂ ਗ੍ਰੰਥ ਸਾਹਿਬ 'ਚ ਇਹ ਸ਼ਬਦ ਹੈ ਜੀ, ਉਹ ਮੂਰਖਤਾ ਹੀ ਵਰਤੇ, ਉਹਨੂੰ ਨਾ ਬੋਲਣ ਦੀ ਅਕਲ, ਨਾ ਉਹਨੂੰ ਸਮਾਜ 'ਚ ਵਰਤਣ ਦੀ ਅਕਲ, ਸਿਰਫ ਹੰਕਾਰ ਦੀ ਪੰਡ ਸਿਰ 'ਤੇ ਰੱਖ ਕੇ ਤੁਰਿਆ। ਉਹ ਮੂਰਖ ਬੰਦਾ, ਪੈਸੇ ਵਾਲਾ, ਤਾਕਤ ਵਾਲਾ ਬੰਦਾ, ਸੱਚ ਇਹ ਵੇ ਕਿ ਗਲਤ ਵੀ ਬੋਲ ਜਾਏ ਅਤੇ ਚੰਗੇ ਸੂਝਵਾਨ ਬੰਦੇ ਜਿਹੜੇ ਵਿਚਾਰੇ ਉਹਦੇ ਪਿੱਛੇ ਬੈਠੇ ਹੁੰਦੇ ਆ, ਉਹਨਾਂ ਨੂੰ ਸਮਝ ਹੀ ਹੁੰਦੀ ਹੈ ਇਹ ਗਲਤ ਬੋਲ ਰਿਹਾ, ਪਰ ਪੈਸੇ ਅਤੇ ਤਾਕਤ ਦਾ ਇੰਨਾ ਜ਼ੋਰ ਹੈ, ਉਹ ਗਲਤ ਸੁਣ ਕੇ ਵੀ ਚੁੱਪ ਕਰ ਜਾਂਦੇ ਆ। ਇਹ ਮੈਂ ਬੇਨਤੀ ਕਰਾਂਗਾ, ਇਹ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਬਚਨ ਹੈ ਜੀ। ਆਪਣੇ ਕੋਲ ਆਪਾਂ ਕੁਛ ਨਹੀਂ, ਸਤਿਗੁਰਾਂ ਦਾ ਬਚਨ ਕਹੇ, ਆਤ ਸੈਲ ਨੀਚ ਘਰ ਹੋਏ। ਆਤ ਦਾ ਅਰਥ ਹੈ ਦੌਲਤ, ਪਰ ਆਪਾਂ ਨੈਗੇਟਿਵ ਨਹੀਂ, ਆਪਾਂ ਚੱਲਾਂਗੇ ਸਤਿਗੁਰਾਂ ਦਾ ਨਾਮ ਧੰਨ, ਇਸ 'ਚ ਕਿੰਨੀ ਵੱਡੀ ਤਾਕਤ ਹੈ। ਆਤ ਸੈਲ, ਸੈਲ ਦਾ ਅਰਥ ਕਈਆਂ ਨੇ ਕੀਤਾ ਮੌਜ ਦੇਣ ਵਾਲੀ ਦੌਲਤ, ਇੱਕ ਸਾਡੇ ਵਿਦਵਾਨ ਪੁਰਸ਼ ਨੇ ਅਰਥ ਕੀਤਾ ਸੈਲ ਦਾ ਅਰਥ ਪਹਾੜ ਜਿੰਨੀ ਦੌਲਤ, ਇਹਦਾ ਮਤਲਬ ਜਿਸ ਕੋਲ ਬਹੁਤ ਜ਼ਿਆਦਾ ਪੈਸਾ ਹੈ। ਆਤ ਸੈਲ ਨੀਚ ਘਰ ਹੋਏ, ਇੱਥੇ ਮੇਰੀ ਇੱਕ ਬੇਨਤੀ ਹੈ, ਜਾਤ ਕਰਕੇ ਨੀਚ ਨਹੀਂ ਕਿਹਾ ਗਿਆ। ਨੀਚ ਦਾ ਅਰਥ ਹੈ ਜਿਸ ਬੰਦੇ ਦਾ ਕਰੈਕਟਰ ਹੀ ਨੀਵਾਂ ਹੈ, ਜਿਸ ਬੰਦੇ ਦਾ ਆਚਰਣ ਅੱਤ ਦਾ ਨੀਚ ਹੈ,
ਗੁਰੂ ਨਾਨਕ ਸਾਹਿਬ ਕਹਿੰਦੇ ਜੇ ਉਸ ਬੰਦੇ ਕੋਲ ਪੈਸਾ ਹੈ ਨਾ, ਉਸ ਬੰਦੇ ਕੋਲ ਧਨ ਹੈ, ਆਤ ਸੈਲ ਨੀਚ ਕਰ ਹੋਏ, ਆਤ ਦੇਖ ਨਿਵੇ ਜਿਸ ਦੋਏ, ਉਸਦੇ ਪੈਸੇ ਨੂੰ ਦੇਖ ਕੇ, ਉਸਦੀ ਦੌਲਤ ਇਹ ਦੁਨਿਆਵੀ ਹੈ, ਉਸ ਨੂੰ ਦੇਖ ਕੇ ਦੋਵੇਂ ਝੁੱਕ ਜਾਂਦੇ ਆ। ਸੱਚੀ ਦੁਨਿਆਵੀ ਵੀ ਝੁੱਕਦੇ ਨੇ, ਜਿਹੜੇ ਧਰਮੀ ਕਹਿੰਦੇ ਆ ਉਹ ਵੀ ਝੁੱਕ ਜਾਂਦੇ ਆ। ਸੱਚ ਇਵੇਂ ਦੌਲਤ ਵਿੱਚ ਐਡੀ ਵੱਡੀ ਤਾਕਤ ਅਤੇ ਬਾਹਰ ਮੁਖੀ, ਆਤ ਸੈਲ ਨੀਚ ਕਰ ਹੋਏ, ਆਤ ਦੇਖ ਨਿਵੇ ਜਿਸ ਦੋਏ ਜਿਸ ਦੋਏ, ਅੱਗੇ ਆਤ ਹੋਏ ਤਾਂ ਮੁਗਧ ਸਿਆਣਾ। ਫਿਰ ਬਿਰਦੀ ਜਿਹਨੂੰ ਆਪਾਂ ਕਹਿੰਦੇ ਹਾਂ, ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ, ਇਹ ਕਹਾਵਤ ਹੈ ਸਾਡੀ ਜੀ ਇੱਥੋਂ ਦੀ ਪੰਜਾਬ ਦੀ। ਮਹਾਰਾਜ ਉਹ ਬਚਨ ਬਾਣੀ 'ਚ ਕਹਿ ਰਿਹਾ, ਆਤ ਹੋਏ ਤਾਂ ਮੁਗਧ ਸਿਆਣਾ। ਜਿਹੜਾ ਉਜੱਡ ਬੰਦਾ ਹੈ, ਮੂਰਖ ਬੰਦਾ ਹੈ, ਮੁਗਧ ਬੰਦਾ ਹੈ, ਜੇ ਪੈਸਾ ਉਹਦੇ ਕੋਲ ਹੋਵੇ ਲੋਕ ਉਹਨੂੰ ਵੀ ਸਿਆਣਾ ਕਹੀ ਜਾਂਦੇ ਆ, ਉਹ ਸਿਆਣਿਆਂ 'ਚ ਸ਼ੁਮਾਰ ਹੋ ਜਾਂਦਾ। ਆਤ ਸੈਲ ਨੀਚ ਕਰ ਹੋਏ, ਆਤ ਦੇਖ ਨਿਵੇ ਜਿਸ ਦੋਏ, ਆਤ ਹੋਏ ਤਾਂ ਮੁਗਧ ਸਿਆਣਾ। ਅੱਗੇ ਮਹਾਰਾਜ ਕਹਿੰਦੇ, ਪਿਆਰਿਓ ਪੈਸੇ ਨਾਲ ਸਭ ਕੁਝ ਨਹੀਂ, ਭਗਤ ਵਿਖਾਉਣਾ ਜਗ ਬਹੁਰਾਨਾ। ਜੇ ਪਾਰ ਬ੍ਰਹਮ ਪਰਮੇਸ਼ਵਰ ਦੀ ਭਗਤੀ ਨਹੀਂ, ਜਿੰਨਾ ਮਰਜ਼ੀ ਕਹੀ ਜੋ ਦੌਲਤ ਵਾਲਾ ਸਿਆਣਾ, ਭਗਤੀ ਤੋਂ ਬਿਨਾਂ ਲੋਕ ਝੱਲੇ ਅਤੇ ਕਮਲੇ। ਇੱਕ ਹੋਰ ਇੱਥੇ ਬੇਨਤੀ ਮੈਂ ਆਪ ਨੂੰ ਕਰਾਂ, ਵੇਖੋ ਮਹਾਰਾਜ ਜੀ ਨੇ ਇੱਕ ਵਿਅੰਗਮੇ ਸ਼ਬਦ ਕਿਹਾ ਜੀ ਗੁਰੂ ਗੋਬਿੰਦ ਸਿੰਘ ਜੀ ਦਾ, ਦਸ਼ਮੇਸ਼ ਪਿਤਾ ਜੀ ਦੀ ਬਾਣੀ 'ਚ ਇੱਕ ਬਚਨ ਹੈ। ਅਸੀਂ ਪਰਮੇਸ਼ਵਰ ਨੂੰ ਧੰਨ ਕਹਿੰਦੇ ਹਾਂ, ਵਾਹਿਗੁਰੂ ਜੀ ਨੂੰ ਧੰਨ ਕਹਿੰਦੇ ਹਾਂ, ਸਤਿਗੁਰਾਂ ਨੂੰ ਧੰਨ ਕਹਿੰਦੇ ਹਾਂ, ਬਾਣੀ ਸਾਰੇ ਅਸੀਂ ਪੜ੍ਹਦੇ ਹਾਂ। ਬੰਦਗੀ ਕਰਨ ਵਾਲੇ ਨੂੰ ਧੰਨ ਕਹਿੰਦੇ ਹਾਂ, ਉਹਦੀ ਕਮਾਈ ਕਰਕੇ ਜਿਵੇਂ ਆਪਾਂ ਬਚਨ ਕਰਦੇ ਹਾਂ, ਮਹਾਰਾਜ ਜੀ ਦਾ ਧੰਨ 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 ਜਨ ਆਇਆ। ਸੇਵਕ ਨੂੰ ਧੰਨ ਕਹਿ ਰਹੇ, ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ, ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ 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 ਗੁਰ ਸੋਈ, ਗੁਰੂ ਨੂੰ ਧੰਨ। ਮਹਾਰਾਜ ਜੀ ਨੇ ਇੱਕ ਵਿਅੰਗਮੀ ਸ਼ਬਦ ਕਿਹਾ ਜੀ, ਗੁਰੂ ਗੋਬਿੰਦ ਸਿੰਘ ਜੀ ਦੇ ਬੋਲ ਨੇ, ਧੰਨ 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 ਕੋ ਭਾਖੀਐ। ਇਹਨਾਂ ਤੁਕਾਂ ਦੇ ਥੋੜ੍ਹੇ ਜਿਹੇ ਅਰਥ ਮੈਂ ਕਰਾਂਗਾ। ਇਹ ਤਿੰਨ ਵਾਰੀ ਸ਼ਬਦ ਆਇਆ, ਧੰਨ 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 ਕੋ ਭਾਖੀਐ, ਜਾਕਾ ਜਗਤ ਗੁਲਾਮ, ਸਭੀ ਸਭੈ ਨਿਰਖਤ ਜਾਕੋ ਫਿਰੈ, ਸਭ ਚਲ ਕਰਤ ਸਲਾਮ। ਚਾਰ ਤੁਕਾਂ ਨੇ ਜੀ। ਫਿਰ ਬੇਨਤੀ ਸੁਣੇ, ਧੰਨ 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 ਕੋ ਭਾਖੀਐ। ਪਹਿਲੇ ਜਿਹੜਾ ਦੋ ਸ਼ਬਦ ਆਇਆ ਨਾ ਧੰਨ ਧੰਨ, ਇਹਦਾ ਅਰਥ ਹੈ ਸ਼ਾਬਾਸ਼, ਸ਼ਾਬਾਸ਼ ਮਹਾਰਾਜ ਵਿਅੰਗ ਕਰ ਰਹੇ ਆ। ਮਹਾਰਾਜ ਕਹਿੰਦੇ ਧੰਨ 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 ਕੋ ਭਾਖੀਐ, ਕਹਿੰਦੇ ਨੇ ਪੈਸੇ ਨੂੰ ਸ਼ਾਬਾਸ਼ ਕਹੋ। ਹੁਣ ਇੱਥੇ ਮੇਰੀ ਫਿਰ ਬੇਨਤੀ ਕਰਾਂਗਾ, ਇਹਦੇ ਅਰਥ ਉਹ ਨਹੀਂ ਕਰਨਾ ਵੀ ਨਾਮ ਨੂੰ ਛੱਡ ਕੇ, ਮਹਾਰਾਜ ਉਸ ਹਕੀਕਤ ਨੂੰ ਦੱਸ ਰਿਹਾ ਵੀ ਦੁਨੀਆਂ ਦਾ ਇਹ ਵਰਤਾਰਾ ਕੀ ਹੈ। ਧੰਨ 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 ਕੋ ਭਾਖੀਐ, ਮਹਾਰਾਜ ਕਹਿੰਦੇ ਧੰਨ ਧੰਨ ਕਹੋ ਧੰਨ ਨੂੰ। ਧੰਨ ਧੰਨ ਕਿਹਾ ਜਾਂਦਾ ਦੌਲਤ ਨੂੰ, ਧੰਨ ਧੰਨ ਕਿਹਾ ਜਾਂਦਾ ਪੈਸੇ ਨੂੰ। ਧੰਨ 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 ਕੋ ਭਾਖੀਐ, ਜਾ ਕਾ ਜਗਤ ਗੁਲਾਮ, ਜਿਸ ਪੈਸੇ ਦਾ ਸਾਰਾ ਜਗਤ ਗੁਲਾਮ ਹੈ, ਉਹਦਾ ਪਾਣੀ ਭਰ ਰਿਹਾ ਹੈ। ਸਭੈ ਨਿਰਖਤ ਯਾਕੋ ਫਿਰੈ, ਮਹਾਰਾਜ ਕਹਿੰਦੇ ਸਾਰਿਆਂ ਦੀ ਨਜ਼ਰ ਬਸ ਉਸ ਪੈਸੇ ਦੀ ਉੱਤੇ ਹੈ। ਸਭੈ ਨਿਰਖਤ ਯਾਕੋ ਫਿਰੈ, ਅਤੇ ਨਾਲ ਬਚਨ ਕਰਦੇ ਨੇ, ਸਭ ਚਲ ਕਰਤ ਸਲਾਮ, ਉਹ ਜਿੱਥੇ ਵੀ ਹੋਵੇ ਸਾਰੇ ਵਹਿੰਦੇ ਵੀ ਉਹਨੂੰ ਪਏ ਆ। ਅਤੇ ਪਿਆਰਿਓ ਚੇਤੇ ਰੱਖਿਓ, ਦੂਜੇ ਪਾਸੇ ਚੱਲ ਕੇ ਉਸ ਪੈਸੇ ਵਾਲੇ ਨੂੰ ਮੱਥੇ ਪੈ ਟੇਕਦੇ ਆ, ਕਹਿਣ ਲੱਗੇ ਫਿਰ ਜਿਹਨੂੰ ਸਾਰੇ ਦੇਖ ਰਹੇ ਨੇ ਅਤੇ ਸਾਰੇ ਵੰਦਨਾ ਪੈ ਕਰਦੇ ਨੇ, ਉਹ ਧੰਨ ਹੀ ਕਹਿਣਾ ਚਾਹੀਦਾ। ਧੰਨ 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 ਕੋ ਭਾਖੀਐ, ਜਾ ਕਾ ਜਗਤ ਗੁਲਾਮ, ਸਭੈ ਨਿਰਖਤ ਜਾ ਕੋ ਫਿਰੈ, ਸਭ ਚਲ ਕਰਤ ਸਲਾਮ, ਜਿਹੜੇ ਚੱਲ ਕੇ ਉਹਨੂੰ ਨਮਸਕਾਰਾ ਪੈ ਕਰਦੇ ਨੇ। ਮੈਂ ਇੱਕ ਹੋਰ ਅਰਜ਼ ਆਪ ਜੀ ਨੂੰ ਕਰਾਂ, ਇਹ ਦੁਨੀਆਂ ਦਾ ਵਰਤਾਰਾ ਹੈ ਜੀ, ਉਂਝ ਵੈਸੇ ਪਰਮੇਸ਼ਵਰ ਦੀ ਖੇਡ ਹੈ, ਕਿਸੇ ਨੂੰ ਉਹਨੇ ਜੋ ਭਾਗਾਂ 'ਚ ਲਿਖਿਆ ਨਾ ਉਹ ਮਿਲਦਾ ਹੈ। ਥੋੜ੍ਹਾ ਵੈਸੇ ਮੇਰਾ ਅੱਜ ਵਿਸ਼ਾ ਨਹੀਂ, ਇੱਕ ਖਿੰਨ ਮੈਂ ਆਪ ਨੂੰ ਬੇਨਤੀ ਕਰਨੀ, ਜਿਹਦੇ ਭਾਗਾਂ 'ਚ ਲਿਖਿਆ ਉਹ ਮਿਲਣੀ ਹੈ ਨਾ ਜੀ। ਇੱਕ ਬੰਦਾ ਬੜਾ ਜ਼ੋਰ ਮਾਰਦਾ, ਦਿਨ ਰਾਤ ਮਿਹਨਤ ਕਰਦਾ, ਨਹੀਂ ਭਾਗ ਲੱਗਦਾ,
ਦੂਜਾ ਬੰਦਾ ਮਿੱਟੀ ਨੂੰ ਹੱਥ ਪਾਉਂਦਾ ਅਤੇ ਸੋਨਾ ਬਣੀ ਜਾਂਦੀ। ਇਸ ਤਰ੍ਹਾਂ ਹੀ ਹੈ ਜੀ, ਮਹਾਰਾਜ ਨੇ ਬਾਣੀ 'ਚ ਬਚਨ ਕਹੇ ਨੇ ਕਿ ਪਰਮੇਸ਼ਵਰ ਦੀ ਖੇਡ ਹੈ ਜੀ ਕਿ ਕਿਸੇ ਬੰਦੇ 'ਚ ਇੰਨੀ ਬਰਕਤ ਪਾਉਂਦਾ ਉਹਨੂੰ ਕੱਖਾਂ ਤੋਂ ਲੱਖਾਂ ਦਾ ਬਣਾ ਦਿੰਦਾ ਹੈ। ਅਤੇ ਪਿਆਰਿਓ, ਕਈ ਵਾਰੀ ਉਹਦੀ ਖੇਡ ਐਸੀ ਵਰਦੀ ਹੈ ਲੱਖਾਂ ਵਾਲੇ ਨੂੰ ਕੱਖਾਂ ਦੀ ਤਰ੍ਹਾਂ ਰੋਲ ਕੇ ਰੱਖ ਦਿੰਦਾ। ਇਹ ਹੈ ਉਹਦੇ ਹੱਥ। ਆਪਾਂ ਰੋਜ਼ ਇੱਕ ਪਾਠ ਕਰਨੇ, ਇਹਨੂੰ ਨਿਰਾਸ਼ਾਵਾਦੀ ਨਹੀਂ ਲੈਣਾ। ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਬਣਾਉਣਾ। ਇਹ ਤਾਂ ਤੇਰੇ ਆਪਣੇ ਕੌਤਕ ਨੇ, ਆਪਣੇ ਚੋਜ ਨੇ। ਦੇਖੋ, ਪਰ ਜਿਸ ਬੰਦੇ ਨੂੰ ਰੱਬ ਨੇ ਬਹੁਤ ਦੌਲਤ ਦਿੱਤੀ, ਸਮਾਜ ਉਹਦੀ ਵੀ ਪਰਿਭਾਸ਼ਾ ਵੱਖਰੀ ਕਰਦਾ। ਜਿਸ ਬੰਦੇ ਦਾ ਥੋੜ੍ਹਾ ਬਹੁਤਾ ਚੱਲਦਾ, ਕਿਉਂਕਿ ਲੋਕਾਂ ਦਾ ਧਿਆਨ, ਮੈਂ ਉਸ ਦਿਨ ਵੀ ਕਿਹਾ ਸੀ ਕਿ ਇੱਥੇ ਲੋਕ ਆਪਣੇ ਪਰਿਵਾਰ ਕਰਕੇ ਦੁਖੀ ਜ਼ਰੂਰ ਨੇ, ਪਰ ਜ਼ਿਆਦਾ ਦੁਖੀ ਨਹੀਂ। ਮੈਂ ਰਿਪੀਟ ਕਰਨ ਲੱਗਾ ਅੱਜ ਗੱਲ, ਇੱਥੇ ਬੰਦੇ ਆਪਣੇ ਦੁੱਖ ਕਰਕੇ ਦੁਖੀ ਨੇ, ਪਰ ਜ਼ਿਆਦਾ ਨਹੀਂ ਕਹਿਣ। ਇੱਥੇ ਬੰਦੇ ਆਪਣੀ ਪੀੜਾ ਕਰਕੇ ਦੁਖੀ ਨੇ, ਜ਼ਿਆਦਾ ਨਹੀਂ। ਪਰ ਇੱਥੇ ਸਭ ਤੋਂ ਜ਼ਿਆਦਾ ਉਹਨਾਂ ਲੋਕਾਂ ਦਾ ਕਾਫਿਲ ਹੈ ਜਿਹੜੇ ਸਵੇਰ ਤੋਂ ਸ਼ਾਮ ਤੱਕ ਦੂਜੇ ਦੀ ਦੌਲਤ, ਦੂਜੇ ਦਾ ਸੁੱਖ, ਦੂਜੇ ਦਾ ਪਰਿਵਾਰ, ਦੂਜੇ ਦਾ ਬਿਜ਼ਨਸ ਵੇਖ ਕੇ ਦਿਨ ਰਾਤ ਸੜੀ ਜਾਂਦੇ ਆ। ਮਹਾਰਾਜ ਚੇਤੇ ਰੱਖਿਓ, ਜਿਹੜਾ ਬੰਦਾ ਦੂਜੇ ਦਾ ਦੌਲਤ ਵੇਖ ਕੇ ਸੜਦਾ ਪਿਆ ਨਾ, ਉਹ ਸਾਰੀ ਦੁਨੀਆਂ ਨੂੰ ਵੀ ਜਿੱਤ ਲਿਆ, ਉਹਨੇ ਕਦੀ ਵੀ ਨਹੀਂ ਰੱਜਣਾ, ਕਿਉਂਕਿ ਜਿਹਦਾ ਧਿਆਨ ਦੂਜੇ ਵੱਲ ਹੈ ਉਹ ਕਦੀ ਰੱਜਦਾ। ਇਸੇ ਕਰਕੇ ਬਾਬਾ ਫਰੀਦ ਸਾਹਿਬ ਨੇ ਆਪਣੀ ਪਵਿੱਤਰ ਬਾਣੀ 'ਚ ਬਖਸ਼ਿਸ਼ ਕੀਤੀ। ਉਹਨਾਂ ਦਾ ਅਸੀਂ ਇੱਕ ਬਚਨ ਪੜ੍ਹਦੇ ਹਾਂ, ਉਹ ਬਖਸ਼ਿਸ਼ ਕਰਦੇ ਆ। ਰੁੱਖੀ ਸੁੱਖੀ ਖਾਇਕ ਹੈ, ਠੰਡਾ ਪਾਣੀ ਪੀਓ। ਇਹਦਾ ਮਤਲਬ ਕੀ ਸੀ? ਇਹਦਾ ਮਤਲਬ ਸੀ ਤੂੰ ਦੂਜੇ ਵੱਲ ਨਾ ਦੇਖ, ਪਰਮਾਤਮਾ ਨੇ ਉਹਨੂੰ ਜੋ ਦਿੱਤਾ ਉਹਦੇ ਭਾਗ ਨੇ। ਮੈਂ ਫਿਰ ਅਰਜ਼ ਕਰਾਂਗਾ, ਮੰਨ ਲਓ ਕੋਈ ਕਿਰਤ ਕਰ ਰਿਹਾ, ਕੋਈ ਕਿਸੇ ਨੂੰ ਪਰਮਾਤਮਾ ਬੜਾ ਭਾਗ ਲਾਇਆ। ਵੇਖੋ, ਇੱਥੋਂ ਤੱਕ ਗੁਰੂ ਸਾਹਿਬ ਤਾਂ ਇਤਿਹਾਸ ਵਿੱਚ ਇੱਕ ਬਚਨ ਹੁੰਦਾ, ਕਹਿੰਦੇ ਜਿਹੜਾ ਬੰਦਾ ਦੂਜੇ ਦੀ ਤਰੱਕੀ ਵੇਖ ਕੇ ਸੜੀ ਜਾਂਦਾ, ਕਲਪੀ ਜਾਂਦਾ, ਕਹਿੰਦੇ ਪਰਮੇਸ਼ਵਰ ਉਹਦੇ 'ਤੇ ਨਾਰਾਜ਼ ਹੋ ਜਾਂਦਾ। ਸਤਿਗੁਰੂ ਕਹਿੰਦੇ ਪਰਮੇਸ਼ਵਰ ਜੀ ਉਹਦੇ 'ਤੇ ਪ੍ਰਸੰਨ ਨਹੀਂ ਰਹਿੰਦੇ। ਕਿਉਂ ਨਹੀਂ ਰਹਿੰਦੇ? ਹੁਣ ਦੇਖੋ, ਕੋਈ ਕੰਮ ਆਪ ਜੀ ਕਰੋ, ਇਹਨੂੰ ਦੁਨਿਆਵੀ ਉਦਾਹਰਨ ਲੈਣੀ ਹੈ, ਆਪ ਕਿਸੇ ਦੀ ਮਦਦ ਕਰ ਰਹੇ ਹੋ ਅਤੇ ਦੂਜਾ ਬੰਦਾ ਉਹਦਾ ਵਿਰੋਧ ਕਰੀ ਜਾਏ, ਜਿਹਦਾ ਵਿਰੋਧ ਕੀਤਾ ਜਾ ਰਿਹਾ ਸ਼ਾਇਦ ਉਹ ਤਾਂ ਘੱਟ ਬੋਲੇ, ਪਰ ਜਿਹਦੇ ਦਿੱਤੇ ਕੋਈ ਦਾ ਵਿਰੋਧ ਕੀਤਾ ਜਾ ਰਿਹਾ ਉਹ ਜ਼ਰੂਰ ਮਹਿਸੂਸ ਕਰ ਰਿਹਾ ਕਿ ਮਦਦ ਮੈਂ ਕਰ ਰਿਹਾ ਅਤੇ ਇਹਨੂੰ ਕੀ ਮੁਸ਼ਕਲ ਹੋ ਰਹੀ। ਮਹਾਰਾਜ ਕਹਿੰਦੇ ਜਿਹੜਾ ਬੰਦਾ ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਕਿਸੇ ਨੂੰ ਦਾਤਾਂ ਦੇਵੇ, ਉਹਨੂੰ ਵੇਖ ਕੇ ਸੜੀ ਜਾਏ, ਕਲਪੀ ਜਾਏ, ਮਹਾਰਾਜ ਕਹਿੰਦੇ ਪਰਮੇਸ਼ਵਰ ਕੋਪ ਕਰਦਾ, ਕਹਿੰਦੇ ਉਹ ਨਾਰਾਜ਼ ਹੋ ਜਾਂਦੇ ਆ। ਉਹ ਬੰਦਿਆ, ਦੇ ਮੈਂ ਰਿਹਾ ਅਤੇ ਮੁਸ਼ਕਲ ਤੈਨੂੰ ਪੈਦਾ ਹੋ ਗਈ। ਮੇਰੀ ਫਿਰ ਬੇਨਤੀ ਹੈ, ਪਰ ਇਸ ਦੌਲਤ ਦੀ ਮੈਂ ਉਸ ਫਿਰ ਵਿਸ਼ੇ 'ਤੇ ਆਉਣ ਲੱਗਾ। ਇੱਥੋਂ ਤੱਕ ਕਿ ਲੋਕ ਮਾਪਦੰਡ ਵੀ ਪੈਸੇ ਨਾਲ ਜੀ, ਸਤਿਕਾਰ ਵੀ ਪੈਸੇ ਨਾਲ ਕਰਦੇ ਆ। ਆਮ ਬੰਦਾ ਭਜਨ ਬੰਦਗੀ ਕਰਨ ਵਾਲਾ ਆਵੇ, ਹੋ ਸਕਦਾ ਹੈ ਜਿਹੜਾ ਮਸ਼ਹੂਰ ਨੇ, ਕਿਉਂਕਿ ਆ ਮਸ਼ਹੂਰੀ ਬਹੁਤ ਚੱਲਦੀ ਹੈ ਨਾ ਜੀ, ਜਿਹਦੇ ਅੱਗੇ, ਕਿਉਂਕਿ ਇਹ ਸਾਰਾ ਬਹੁਤ ਵੱਡਾ ਨੈੱਟਵਰਕ ਹੈ। ਇਹਨੂੰ ਚਾਹੇ ਤੁਸੀਂ ਸਪਿਰਿਚੁਅਲ ਤੌਰ 'ਤੇ ਲੈ ਲਓ, ਚਾਹੇ ਇਹਨੂੰ ਦੁਨਿਆਵੀ ਤੌਰ 'ਤੇ ਲੈ ਲਓ, ਮੈਂ ਸੱਚ ਕਹਿੰਦਾ ਇਸ ਸਥਾਨ 'ਤੇ ਬਹਿ ਕੇ 99% ਧਰਮ ਦੇ ਨਾਂ 'ਤੇ ਸਿਰਫ। ਹੁਣ ਕੋਈ ਕਹਿੰਦਾ ਮੈਂ ਸਿਮਰਨ ਕਰਾ ਰਿਹਾ, ਕੋਈ ਕਹਿੰਦਾ ਮੈਂ ਅੰਮ੍ਰਿਤ ਵੇਲਾ ਕਰਾ ਰਿਹਾ, ਬੜੀ ਚੰਗੀ ਗੱਲ ਹੈ, ਕਰਨਾ ਚਾਹੀਦਾ। ਕੋਈ ਕਹਿੰਦਾ ਜੀ ਅਸੀਂ ਧਿਆਨ ਦੀ ਵਿਧੀ ਦੱਸਦੇ ਹਾਂ, ਕੋਈ ਕਹਿੰਦਾ ਅਸੀਂ ਦਸਮ ਦੁਆਰ ਖੋਲ੍ਹਦੇ ਹਾਂ, ਅਤੇ ਮੈਂ ਆਪਣੀ ਗੱਲ ਕਰਾਂ, ਅਸੀਂ ਕਹਿੰਦੇ ਅਸੀਂ ਕਥਾ ਬਹੁਤ ਸੋਹਣੀ ਕਰਨੇ ਪਏ ਸਾਰੇ ਗਿਆਨੀ। ਅਤੇ ਗੁਰੂ ਗ੍ਰੰਥ ਸਾਹਿਬ ਨੂੰ ਪੁੱਛਿਆ, ਕਹਿਣ ਲੱਗੇ ਜੇ ਸਿਮਰਨ ਕੋਈ ਨਹੀਂ, ਇਹ ਸਾਰੀਆਂ ਸਿਰਫ ਗੱਲਾਂ ਇੱਕ ਧੰਦਾ ਨੇ, ਨਾਮ ਤੋਂ ਬਿਨਾਂ ਇਹਦਾ ਕੋਈ ਵੀ ਫਾਇਦਾ ਨਹੀਂ। ਬਾਣੀ 'ਚ ਇੱਕ ਸ਼ਬਦ ਆਉਂਦੀ ਗਿਆਨੀ ਧਿਆਨੀ ਬਹੁ ਉਪਦੇਸ਼ੀ, ਇਹ ਤੁੱਕ ਨੋਟ ਕਰਿਓ ਆਪਾਂ ਸਾਰੇ ਜਿਹੜੇ ਪਾਠ ਕਰ ਰਹੇ ਹਾਂ, ਤਾਂ ਪਤਾ ਗਿਆਨੀ ਧਿਆਨੀ ਬਹੁ ਉਪਦੇਸ਼ੀ ਇਹ ਜਗ ਸਗਲੋ ਧੰਦਾ। ਵਾਹ ਵਾਹ, ਮਹਾਰਾਜ ਦਾ ਪਾਠ ਕਰਦੇ ਜਦੋਂ ਤੁੱਕ ਆਈ, ਸੱਚੀ ਮੈਂ ਤਾਂ ਮਨ 'ਚ ਇੰਨਾ ਸੋਚਿਆ, ਮਹਾਰਾਜ ਜੀ
ਕਿਹੜੇ ਗਿਆਨ ਦੀਆਂ ਅਸੀਂ ਗੱਲਾਂ ਪਾ ਕਰਨੇ, ਮੈਂ ਆਪਣੀ ਗੱਲ ਕਰ ਰਿਹਾ। ਕਹਿੰਦੇ ਨੇ ਕੋਈ ਧਿਆਨ ਲਿਆਉਣ ਦੀ ਵਿਧੀ ਦੱਸਦਾ ਉਹ ਵੀ ਫੀਸ ਲੈ ਰਿਹਾ, ਕੋਈ ਗਿਆਨ ਦੀ ਗੱਲ ਕਰਦਾ ਉਹ ਵੀ ਫੀਸ ਲੈ ਰਿਹਾ। ਮੇਰੀ ਬੇਨਤੀ ਹੈ, ਕੋਈ ਕਹਿੰਦਾ ਮੈਂ ਤੇਰੇ ਅੰਦਰ ਦਸਮ ਦੁਆਰ ਖੋਲ੍ਹ ਦਿਆਂਗਾ, ਅਨੰਦ ਸ਼ਬਦ ਵੇਖੀ ਕਿੰਨੇ ਵੱਜਦੇ। ਮਹਾਰਾਜ ਕਹਿੰਦੇ ਚੇਤੇ ਰੱਖਿਓ, ਇਹ ਫਰਕ ਹੈ, ਕੋਈ ਬਾਜ਼ਾਰ 'ਚ ਇਹ ਲਾ ਕੇ ਰੇਹੜੀ ਖਲੋਤਾ ਹੈ, ਕੋਈ ਦੁਕਾਨ ਪਾ ਕੇ ਬੈਠਾ ਹੈ, ਕੋਈ ਮਾਲ ਵਿੱਚ ਬੈਠਾ ਹੈ, ਕੋਈ ਸ਼ੇਅਰ ਪਾਉਂਦਾ ਪਿਆ। ਕਹਿਣ ਲੱਗੇ ਇਹ ਇਹਨਾਂ ਦਾ ਇੱਕ ਫੀਲਡ ਹੈ, ਗਿਆਨੀ ਧਿਆਨੀ ਬਹੁ ਉਪਦੇਸ਼ੀ, ਇਹ ਜੱਗ ਸਗਲੋ ਧੰਦਾ। ਮਹਾਰਾਜ ਕਹਿੰਦੇ ਸਿਰਫ ਇਹ ਧੰਦਾ ਹੈ। ਫਿਰ ਇਸ ਪੈਸੇ ਨਾਲ ਬੰਦੇ ਦਾ ਲੋਕ ਸਟੇਟਸ ਬਣਾਉਂਦੇ ਆ ਜੀ, ਇੱਥੋਂ ਤੱਕ ਸਰੋਪੇ ਵੀ ਤਾਂ ਪੈਸੇ ਨਾਲ ਮਿਲਦੇ ਆ ਨਾ, ਵਾਹਿਗੁਰੂ ਜੀ ਇਹ ਸੱਚਾਈ ਹੈ। ਇੱਥੇ ਭਾਂਡੇ ਮਾਂਜਣ ਵਾਲੇ ਉਹ ਮੈਂ ਦੇਖਣਾ, ਸਿੱਖਾਂ ਨੂੰ ਜੋੜਿਆਂ 'ਚ ਖਲੋਤੇ ਅੰਮ੍ਰਿਤਸਰੀ, 15 ਸਾਲ ਤੋਂ ਤਾਂ ਵੱਧ ਮੈਨੂੰ ਹੋ ਗਿਆ ਹੁੰਦੇ ਆ, ਮੈਂ ਦੇਖਣਾ ਉਹ ਜੋੜਿਆਂ 'ਚ ਉਹੀ ਖਲੋਤੇ ਨੇ, ਭਾਂਡਿਆਂ ਵਿੱਚ ਉਹੀ ਖਲੋਤੇ ਨੇ, ਪ੍ਰਕਰਮਾਂ ਵਿੱਚ ਉਹੀ ਖਲੋਤੇ ਨੇ। ਪਿਆਰਿਓ ਉਹਨਾਂ ਦਾ ਜ਼ਿਕਰ ਬਹੁਤ ਘੱਟ ਚੱਲਦਾ ਹੈ, ਖਿਮਾ ਕਰ ਦਿਆ ਜੇ। ਲਾਲੋ ਅੱਜ ਵੀ ਝੁੱਬੜੀ 'ਚ ਬੈਠਾ, ਮਲਕ ਭਾਗੋ ਫਿਰ ਅੱਗੇ ਅੱਗੇ ਹੋਈ ਜਾਂਦਾ ਹੈ। ਮੈਂ ਫਿਰ ਵਿਸ਼ੇ ਤੋਂ ਦੂਰ ਨਹੀਂ ਜਾਵਾਂਗਾ, ਮੇਰੀ ਬੇਨਤੀ ਪੈਸੇ ਨਾਲ ਇੱਥੋਂ ਤੱਕ ਬੰਦੇ ਦੀ ਗੱਲ ਛੱਡੋ, ਇਹ ਖੂਨ ਦੇ ਰਿਸ਼ਤੇ ਵਿੱਚ ਵੀ ਫਰਕ ਪਾ ਦਿੰਦਾ ਹੈ। ਗੁਰੂ ਸਾਹਿਬ ਦਾ ਇੱਕ ਬਚਨ ਕਹਿ ਕੇ ਆਪਾਂ ਆਵਾਂਗੇ, ਸੇ ਧਨਵੰਤ ਹਰਨਾਮ ਲਿਵਲਾਏ। ਮੈਂ ਥੋੜ੍ਹਾ ਜਿਹਾ ਦੂਜਾ ਪੱਕ ਤਾਂ ਲਿਆ ਵੀ ਇਹ ਕਰਾਮਾਤ ਇਹ 'ਚ ਵੀ ਬੜੀ ਹੈ, ਅਤੇ ਇਹ ਵੀ ਪਤਾ ਨਹੀਂ। ਮੈਂ ਵਜੀਦ ਜੀ ਦਾ ਬੋਲ ਪੜ੍ਹ ਰਿਹਾ ਸਾਂ, ਵਜੀਦ ਨੇ ਵਜੀਦਾ ਜੀ ਨੇ ਗੱਲ ਕਹੀ, ਇੱਕ ਵਾਰੀ ਮੈਂ ਸੁਣਾਇਆ ਸੀ ਉਹਦੇ ਦੋਹੜੇ ਜਿਹੜੇ ਪੜ੍ਹਦੇ ਨੇ ਅਕਸਰ। ਉਹ ਕਹਿੰਦਾ ਪਰਮੇਸ਼ਵਰ ਜੀ ਤੇਰੀ ਕੀਤੀ ਨੂੰ ਕਿਸੇ ਮੋੜ ਥੋੜ੍ਹਾ ਦੇਣਾ। ਕਹਿੰਦੇ ਨੇ ਤੇਰੀ ਰਚਨਾ ਜਦੋਂ ਅਸੀਂ ਦੇਖਦੇ ਹਾਂ ਨਾ ਕਿ ਕਈ ਇੰਨੇ ਮੂਰਖ ਬੰਦੇ ਨੇ ਜਿਨ੍ਹਾਂ ਨੂੰ ਧੇਲੇ ਦੀ ਅਕਲ ਨਹੀਂ, ਅਤੇ ਉਹਨਾਂ ਦੇ ਘਰਾਂ ਅੱਗੇ ਉਹਨਾਂ ਨੂੰ ਸਲੂਟ ਉਹ ਮਾਰਦੇ ਪਏ ਨੇ ਜਿਨ੍ਹਾਂ ਵਿਚਾਰਿਆਂ ਨੇ 30-30 ਸਾਲ ਲਾ ਕੇ ਪੜ੍ਹਾਈ ਕੀਤੀ। ਭਾਰਤ ਦੀ ਰਾਜਨੀਤੀ 'ਚ ਇੱਕ ਗੱਲ ਢੁੱਕਦੀ ਹੈ, ਕਿ ਜਿਨ੍ਹਾਂ ਬੰਦਿਆਂ ਨੇ ਸਾਰੀ ਜ਼ਿੰਦਗੀ ਪੜ੍ਹਨ 'ਤੇ ਲਾ ਦਿੱਤੀ, ICS, IPS, PCS, ਕਿੰਨੇ ਕਿੰਨੇ ਬੰਦਿਆਂ ਨੇ ਘਾਲਣਾ ਘਾਲੀ, ਉਹ ਮੂਰਖ ਬੰਦੇ ਉਹਨਾਂ ਨੂੰ ਦਬਕੇ ਮਾਰਦੇ ਪਏ ਜਾ ਕੇ, ਜਿਹਨਾਂ ਸਮਝ ਕੋਈ ਨਹੀਂ। ਉਹ ਲਿਖਦਾ ਹੈ ਮੂਰਖ ਨੂੰ ਅਸਵਾਰੀ ਹਾਥੀ ਘੋੜਿਆਂ, ਮੂਰਖ ਬੰਦੇ ਹਾਥੀ ਘੋੜਿਆਂ 'ਤੇ ਸਵਾਰੀ ਪੈ ਕਰਦੇ ਆ, ਪੰਡਿਤ ਪੈਰ ਪਿਆਦੇ ਪਾਟੇ ਜੋੜਿਆਂ। ਜਿਹੜੇ ਵਿਦਵਾਨ ਪੁਰਸ਼ ਨੇ, ਸਿਆਣੇ ਪੁਰਸ਼ ਨੇ ਸਮਾਜ 'ਚ, ਉਹ ਵਿਚਾਰੇ ਇਹ ਵੀ ਸੋਚਦੇ ਪਏ ਸਿਆਲ ਆ ਗਿਆ, ਕੱਪੜਿਆਂ ਦਾ ਪ੍ਰਬੰਧ ਕਿੱਥੋਂ ਹੋਊਗਾ, ਪੈਰਾਂ 'ਚ ਪਾਉਣ ਵਾਸਤੇ ਜੁੱਤੀ ਕੋਈ ਨਹੀਂ। ਪੰਡਿਤ ਪੈਰ ਪਿਆਦੇ ਪਾਟੇ ਜੋੜਿਆਂ, ਸੁਣਿਓ 4 ਸਤਰਾਂ ਨੇ, ਮੈਂ 8 ਕੁ ਸਤਰਾਂ ਉਹਨਾਂ ਦੀਆਂ ਕਹਿਣੀਆਂ। ਮੂਰਖ ਨੂੰ ਅਸਵਾਰੀ ਹਾਥੀ ਘੋੜਿਆਂ, ਪੰਡਿਤ ਪੈਰ ਪਿਆਦੇ ਪਾਟੇ ਜੋੜਿਆਂ, ਕਰਨ ਸੁਗੜ ਮਜ਼ੂਰੀ। ਸਿਆਣੇ ਬੰਦੇ ਮਜ਼ਦੂਰ ਨੇ, ਕਿਹਨਾਂ ਦੇ? ਮੂਰਖ ਦੇ ਜਾਏ ਘਰ, ਮੂਰਖਾਂ ਦੇ ਘਰਾਂ ਵਿੱਚ ਸਿਆਣੇ ਬੰਦੇ ਮਜ਼ਦੂਰੀ ਪੈ ਕਰਦੇ। ਕਰਨ ਸੁਗੜ ਮਜ਼ੂਰੀ, ਮੂਰਖ ਦੇ ਜਾਏ ਘਰ। ਵਜੀਦਿਆ ਕੌਣ ਕਹਿ ਸਾਹਿਬ ਨੂੰ ਇੰਝ ਨਹੀਂ ਤਾਂ, ਇੰਝ ਕਰ ਕਿਹੜਾ ਰੱਬ ਨੂੰ ਕਹਿ ਪਲਟਾ ਮਾਰਦੇ। ਇੱਕ ਉਹਨਾਂ ਦਾ ਹੋਰ ਹੈ, ਉਹ ਅੱਜ ਕੱਲ੍ਹ ਤਾਂ ਬੜਾ ਢੁੱਕਦਾ ਜੀ, ਅੱਜ ਕੱਲ੍ਹ ਲੋਕ ਮਾਪਿਆਂ ਨੂੰ ਘੱਟ ਸਾਂਭਦੇ ਆ, ਕੁੱਤਿਆਂ ਨੂੰ ਵੱਧ ਸਾਂਭਦੇ ਆ। ਹਾਂਜੀ ਸੱਚੀ ਗੱਲ, ਬਾਪੂ ਕਿਤੇ ਕਹਿ ਜਾ ਪੁੱਤ, ਮੈਂ ਬਜ਼ਾਰਿਆਂ ਦੀ ਗੱਲ ਨਹੀਂ ਕਰ ਰਿਹਾ, ਅਸਲੀਅਤ ਹੈ ਵੀ ਮੈਨੂੰ ਬਾਹਰ ਕਿਤੇ ਤੋਰ ਫਿਰ ਲਿਆ, ਮੈਂ ਢਿੱਲਾ ਵਾਂ, ਉਹ ਕੁੱਤੇ ਨੂੰ ਸਵੇਰੇ ਲੈ ਜੂਗਾ, ਬਾਪੂ ਨਹੀਂ ਲੈ ਕੇ ਜਾਂਦਾ ਹੈ। ਉਹਨੇ ਬੜੇ ਪਿਆਰੇ ਸ਼ਬਦ ਕਹਿ, ਉਹ ਕਹਿੰਦਾ ਗਊਆਂ ਦਿਨ ਦਾ ਘਾਹ ਮਲੀਦਾ ਕੁੱਤਿਆਂ, ਜਿਸ ਗਾਂ ਨੇ ਦੁੱਧ ਦੇਣਾ ਅੰਮ੍ਰਿਤ ਵਰਗਾ, ਪਰਮਾਤਮਾ ਉਹਦੀ ਖੁਰਾਕ ਤੋਂ ਤੂੜੀ ਬਣਾਈ। ਤੂੜੀ ਚਲੋ ਗਤਾਵਾ ਕਰਦੇ ਹਾਂ, ਗਤਾਵਾ ਲਫ਼ਜ਼ ਮੈਂ ਬੜਾ ਪੁਰਾਣਾ ਵਰਤਿਆ, ਅੱਜ ਬਾਹਰ ਵਾਲੇ ਸਮਝਦੇ ਆ ਗਤਾਵਾ ਕਰਨਾ। ਕਹਿੰਦੇ ਗਊਆਂ ਦਿਨ ਦਾ ਘਾਹ, ਗਾਵਾਂ ਨੂੰ ਤੇ ਘਾਹ ਤੂੜੀ ਪੱਠੇ, ਮਲੀਦਾ ਕੁੱਤਿਆਂ, ਕੁੱਤਿਆਂ ਨੂੰ ਲੋਕ ਮਲਾਈ ਪੈ ਖਵਾਉਂਦੇ ਆ। ਗਊਆਂ ਦਿਨ ਦਾ ਘਾਹ ਮਲੀਦਾ ਕੁੱਤਿਆਂ, ਜਾਗਦਿਆਂ ਦੀ ਖੋਹ ਕੇ ਦਿਨ ਦਾ ਸੁੱਤਿਆਂ।
ਜਾਗਦਿਆਂ ਤੋਂ ਖੋ ਕੇ ਸੁੱਤਿਆਂ ਨੂੰ ਚੌ ਕੁੰਡੀ ਕਹਿ ਪਾਣੀ ਥਲ ਸਰਬ ਸਰ ਵਜਿਦਿਆ ਕੌਣ ਕਹਿ ਸਾਹਿਬ ਨੂੰ ਇੰਜ ਨਹੀਂ ਤਾਂ ਇੰਜ ਕਰ। ਮੈਂ ਸਿਰਫ ਇੱਕ ਬੇਨਤੀ ਕਰਨ ਲੱਗਾ, ਇਹ ਇਸਨੇ ਕਿਹੋ ਜਿਹਾ ਮਿਆਰ ਬਣਾ ਦਿੱਤਾ। ਇੱਕ ਸ਼ਬਦ ਕਹਿ ਕੇ ਆਪਾਂ ਵਿਸ਼ੇ 'ਤੇ ਆਉਂਦੇ ਹਾਂ। ਮੈਨੂੰ ਪਤਾ ਵੀ ਅੱਜ ਮੈਂ ਇੱਕ ਦੂਜਾ ਪੱਖ ਜ਼ਰੂਰ ਰੱਖ ਦਿੱਤਾ, ਇੱਕ ਦੌਲਤ ਹੋਵੇ ਜਿਹਦਾ ਗੁਰੂ ਅਮਰਦਾਸ ਜੀ ਇਸੇ ਬਾਣੀ 'ਚ ਅੱਗੇ ਕਹਿੰਦੇ ਆ, ਕਾਚਾ ਧਨ ਸੰਚੈ ਮੂਰਖ ਗਵਾਰ, ਮਨਮੁਖ ਭੁੱਲੇ ਅੰਧ ਗਵਾਰ, ਵਿਖਿਆ ਕਹਿ ਧਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ, ਸਾਚਾ ਧਨ ਗੁਰਮਤੀ ਪਾਏ, ਕਾਚਾ ਧਨ ਪੁੰਨ ਆਵੇ ਜਾਏ। ਸਤਿਗੁਰਾਂ ਦਾ ਇੱਕ ਸ਼ਬਦ, ਕੌਣ ਹੈ ਧਨਵੰਤ, ਕੌਣ ਹੈ ਅਮੀਰ, ਕਿਸ ਕੋਲ ਹੈ ਪੈਸਾ। ਕਬੀਰ ਸਾਹਿਬ ਜੀ ਦਾ ਸ਼ਬਦ ਹੈ, ਨਿਰਧਨ ਆਦਰ ਕੋਈ ਨਾ ਦੇ। ਅਰਥ ਬੜੇ ਸੌਖੇ ਨੇ ਜੀ, ਕਹਿੰਦੇ ਗਰੀਬ ਬੰਦੇ ਨੂੰ ਕਿੰਨੇ ਸਨਮਾਨ ਦੇਣਾ ਹੈ। ਨਿਰਧਨ ਆਦਰ ਕੋਈ ਨਾ ਦੇ, ਲੱਖ ਯਤਨ ਕਰੇ ਉਹ ਚਿੱਤ ਨਾ ਧਰੇ। ਜੇ ਗਰੀਬ ਬੰਦਾ ਇੱਕ ਨਹੀਂ ਦੋ ਨਹੀਂ ਲੱਖਾਂ ਯਤਨ ਕਰੇ ਕਿ ਅਮੀਰ ਬੰਦਾ ਮੇਰੇ 'ਤੇ ਪ੍ਰਸੰਨ ਹੋ ਜਾਏ, ਖੁਸ਼ ਹੋ ਜਾਏ। ਨਿਰਧਨ ਆਦਰ ਕੋਈ ਨਾ ਦੇ, ਲੱਖ ਯਤਨ ਕਰੇ ਉਹ ਚਿੱਤ ਨਾ ਧਰੇ, ਜੋ ਨਿਰਧਨ ਸਰਧਨ ਕਹਿ ਜਾਏ। ਜੇ ਗਰੀਬ ਬੰਦਾ ਅਮੀਰ ਦੇ ਘਰ 'ਚ ਚਲਾ ਜਾਏ, ਦੀਆ ਆਦਰ ਲੀਆ ਬੁਲਾਏ, ਮਹਾਰਾਜ ਕਹਿੰਦੇ ਆਗੇ ਬੈਠਾ ਪੀਠ ਫਰਾਏ। ਜੇ ਗਰੀਬ ਬੰਦਾ ਅਮੀਰ ਦੇ ਘਰ ਜਾਏ, ਜੋ ਨਿਰਧਨ ਸਰਧਨ ਕਹਿ ਜਾਏ, ਆਗੇ ਬੈਠਾ ਪੀਠ ਫਰਾਏ। ਅਮੀਰ ਨੇ ਅੱਗੇ ਪਰਵਾਹ ਨਹੀਂ ਕੀਤੀ, ਪਿੱਠ ਫੇਰ ਕੇ ਬਹਿ ਗਿਆ। ਪਰ ਜੋ ਸਰਧਨ ਨਿਰਧਨ ਕਹਿ ਜਾਏ, ਦੀਆ ਆਦਰ ਲੀਆ ਬੁਲਾਏ, ਗਰੀਬ ਦੇ ਘਰ ਅਮੀਰ ਆ ਜਾਏ, ਉਹਨੂੰ ਤਾਂ ਥਾਂ ਹੀ ਨਹੀਂ ਲੱਭਦੀ ਕਿੱਥੇ ਬੈਠਾ ਵਾ। ਮਹਾਰਾਜ ਕਹਿੰਦੇ ਨਿਰਧਨ ਸਰਧਨ ਦੋਨੋਂ ਭਾਈ ਹੈਣ ਤਾਂ ਰੱਬ ਜੀ ਤੇਰੇ ਬਣਾਈ ਨਾ, ਪ੍ਰਭ ਕੀ ਕਲਾ ਨਾ ਮੇਟੀ ਜਾਈ। ਕਹਿ ਕਬੀਰ ਨਿਰਧਨ ਕਹਿ ਸੋਈ, ਜਾਂ ਕਹਿ ਹਿਰਦੈ ਨਾਮ ਨਾ ਹੋਈ। ਪੈਸੇ ਕਰਕੇ ਜਿਹਦੇ ਕੋਲ ਦੌਲਤ ਨਹੀਂ ਉਹਨੂੰ ਮਤ ਗਰੀਬ ਬੋਲ, ਭਗਤ ਕਬੀਰ ਸਾਹਿਬ ਬਚਨ ਕਰਦੇ ਆ। ਅਸਲ 'ਚ ਗਰੀਬ ਉਹ ਹੋਵੇ ਜਿਹੜਾ ਸਭ ਕੁਝ ਵੀ ਲੈ ਕੇ ਕਦੀ ਇਹਦੀ ਮੂੰਹ 'ਚੋਂ ਸਤਨਾਮ ਵਾਹਿਗੁਰੂ ਨਹੀਂ ਨਿਕਲਿਆ, ਕਦੀ ਇਹਦੇ ਮੂੰਹ 'ਚੋਂ ਰਾਮ ਨਹੀਂ ਨਿਕਲਿਆ, ਕਦੀ ਇਹਦੀ ਜ਼ਬਾਨ ਨੇ ਅੱਲਾਹੂ ਦਾ ਖੋਕਾ ਨਹੀਂ ਦਿੱਤਾ, ਚਾਹੇ ਮੁਸਲਮਾਨ ਚਾਹੇ ਹਿੰਦੂ ਕੋਈ ਸਿੱਖ। ਮਹਾਰਾਜ ਕਹਿੰਦੇ ਕਹਿ ਕਬੀਰ ਨਿਰਧਨ ਕਹਿ ਜੋਈ, ਜਾਂ ਕਹਿ ਹਿਰਦੈ ਨਾਮ ਨਾ ਹੋਈ। ਜਿਸ ਹਿਰਦੇ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਦਾ ਨਾਮ ਨਹੀਂ, ਸਤਿਗੁਰਾਂ ਦਾ ਇੱਕ ਬਚਨ ਹੈ। ਉਂਝ ਵੈਸੇ ਮੈਂ ਫਿਰ ਹੁਣ ਦੂਜਾ ਪੱਖ ਅਸੀਂ ਲੈਣ ਲੱਗੇ। ਅਸੀਂ ਮੈਂ ਕਿਹਾ ਪੈਸੇ 'ਚ ਬੜੀ ਤਾਕਤ ਹੈ, ਬਹੁਤ ਕੁਝ ਕਰ ਦਿੰਦਾ, ਬਹੁਤ ਕੁਝ ਮੈਂ ਕਹਿ ਰਿਹਾ ਪਰ ਸਭ ਕੁਝ ਨਹੀਂ, ਬਹੁਤ ਕੁਝ ਕਰ ਸਕਦਾ ਸਭ ਕੁਝ ਨਹੀਂ। ਜਦੋਂ ਪਰਮਾਤਮਾ ਪੁੱਠੀ ਗੇੜੀ ਦਿੰਦਾ ਨਾ, ਪੁੱਠੀ ਵੀ ਦਿੰਦਾ ਜੀ, ਜਿੱਥੇ ਉਹ ਦੀਨ ਦਿਆਲ ਹੈ, ਜਿੱਥੇ ਉਹ ਸੱਚੀ ਮੁੱਚੀ ਕਿਰਪਾਲੂ ਹੈ, ਜਦੋਂ ਫਿਰ ਨਦਰ ਪੁੱਠੀ ਖੜਦਾ ਨਾ, ਬਾਦਸ਼ਾਹ ਨੂੰ ਵੀ ਘਾਹ ਖੋਤਣ 'ਤੇ ਮਜਬੂਰ ਕਰ ਦਿੰਦਾ। ਪਿਆਰਿਓ, ਘਾਹ ਖੋਤਰਨ ਵਾਲੇ ਨੂੰ ਤਾਂ ਰੋਟੀ ਮਿਲ ਜਾਂਦੀ ਹੈ, ਜਦੋਂ ਉਹ ਪੁੱਠਾ ਗੇੜਾ ਦੇਣ 'ਤੇ ਆਉਂਦਾ ਨਾ, ਸੱਚ ਇਵੇਂ ਕਿ ਬਾਦਸ਼ਾਹ ਨੂੰ ਮੰਗਦੇ ਹੋਏ ਨੂੰ ਵੀ ਝੋਲੀ ਵਿੱਚ ਖੈਰ ਨਹੀਂ ਪੈਂਦੀ। ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ, ਨਦਰ ਉਪੱਠੀ, ਇਹ ਸਿੱਧੀ ਵੀ ਹੈ ਅਤੇ ਪੁੱਠੀ ਵੀ ਹੈ, ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾਹ। ਫਿਰ ਬੇਨਤੀ, ਘਾਹ ਨਹੀਂ, ਉਹ ਤਾਂ ਜ਼ਖਮ ਹੋ ਗਿਆ, ਘੱਗਾ ਕੰਨਾ ਹਾ ਔਂਕੜ ਘਾਹ। ਫਿਰ ਬੇਨਤੀ ਹੈ, ਜੇ ਉਹਦੀ ਨਦਰ ਉਪੱਠੀ ਹੋ ਗਈ ਸੁਲਤਾਨਾ ਕਾਹੋ ਕਰਾਏ ਦਾ, ਅੱਗੇ ਮਹਾਰਾਜ ਕਹਿੰਦੇ ਦਰ ਮੰਗਣ ਭਿੱਖ ਨਾ ਪਾਏ ਦਾ। ਦੇਖੋ ਇਸ ਤੁੱਕ ਨੂੰ, ਦਰ ਮੰਗਣ ਭਿੱਖ ਨਾ ਪਾਏ ਦਾ। ਫਿਰ ਅਰਜ ਕਹਿ, ਇਹਦਾ ਮਤਲਬ ਸੁਲਤਾਨ ਤੋਂ ਘਾਹ ਕੋਤਰਨ ਵਾਲਾ ਬਣਾ ਦਿੰਦਾ। ਜੇ ਘਾਹ ਦਾ ਕੰਮ ਵੀ ਨਾ ਚੱਲੇ ਤਾਂ ਬੰਦਾ ਮੰਗਤਾ ਮੰਗ ਬਣ ਕੇ ਖੈਰ ਮੰਗਣ ਜਾਏ, ਪਰਮੇਸ਼ਵਰ ਦੇ ਰੰਗਾਂ ਦਾ ਕੋਈ ਪਤਾ ਨਹੀਂ। ਪਿਆਰਿਓ, ਇੱਥੇ ਮੰਗਤਿਆਂ ਦੀ ਝੋਲੀ ਵਿੱਚ ਵੀ ਕਈ ਵਾਰੀ ਖੈਰ ਨਹੀਂ ਪੈਂਦੀ। ਅਸੀਂ ਕਹਿੰਦੇ, ਮੈਂ ਕਿਹਾ ਪੈਸਾ ਬਹੁਤ ਕੁਛ ਹੈ, ਸਭ ਕੁਛ ਨਹੀਂ, ਪਰਮੇਸ਼ਵਰ ਦੇ ਰੰਗ ਨੇ। ਲੋਕਾਂ ਕੋਲ ਦੌਲਤ ਦਾ ਪਤਾ ਹੀ ਨਹੀਂ ਕਿੰਨੀ ਕੁ ਹੋਵੇ, ਫਿਰ ਪਿਆਰਿਓ ਰੋਟੀ ਖਾਣੀ ਨਸੀਬ ਕੋਈ ਨਹੀਂ, ਬਿਮਾਰੀਆਂ ਇਹੋ ਜਿਹੀਆਂ ਲੱਗੀਆਂ ਨੇ, ਪੈਸੇ ਦੀ ਕੋਈ ਕਮੀ ਨਹੀਂ। ਘਰ ਦੇ ਚਾਰ ਜੀ, ਦੋ ਜੀ, ਪੰਜ ਜੀ ਇਕੱਠੇ ਬਹਿ ਕੇ ਰੋਟੀ ਨਹੀਂ ਖਾਂਦੇ ਪਏ,
ਪਤੀ ਤੇ ਪਤਨੀ ਨੇ ਆਪਸ ਚ ਬੋਲਦੇ ਪਏ, ਫੂਕਣਾ ਇਹੋ ਜਿਹਾ ਪੈਸੇ ਨੂੰ, ਪੈਸਾ ਤਾਂ ਬਹੁਤ ਹੋ ਗਿਆ ਪਰ ਮਨ ਦੀ ਸ਼ਾਂਤੀ ਤਾਂ ਨਹੀਂ ਨਾ। ਇਹ ਵੀ ਬਚਨ ਗੁਰੂ ਸਾਹਿਬ ਨੇ ਬਾਣੀ ਚ ਕਿਹਾ, ਮੈਂ ਆਪ ਜੀ ਨੂੰ ਕਿਹਾ, ਹਰ ਸ਼ਬਦ ਸਤਿਗੁਰਾਂ ਨੇ ਬਖਸ਼ਿਆ। ਇਹ ਸਲੋਕ ਹੈ, ਸ਼ਰਮ ਧਰਮ ਦੋਏ ਨਾਨਕਾ, ਜੇ ਧਨ ਪੱਲੇ ਪਾਏ ਸੋ ਧਨ ਮਿੱਤਰ ਨਾ ਕਾਢੀਏ, ਜਿੱਤ ਸਿਰ ਚੋਟਾਂ ਖਾਏ ਸੇ ਧਨਵੰਤ। ਮੈਂ ਉਸ ਤੁਕ 'ਤੇ ਅਰਜ ਕਰ ਰਿਹਾ, ਸ਼ਰਮ ਧਰਮ ਦੋਏ ਨਾਨਕਾ, ਜੇ ਧਨ ਪੱਲੇ ਪਾਏ। ਇਹ ਗੁਰਮੁਖਾਂ ਦੇ ਅਰਥ ਕੀਤੇ ਨੇ, ਸ਼ਰਮ ਅਤੇ ਧਰਮ, ਇੱਜ਼ਤ ਪੜਦਾ ਅਤੇ ਲੱਜਿਆ ਅਤੇ ਧਰਮ। ਕਹਿੰਦੇ ਤਾਂ ਹੈ ਜੇ ਬੰਦੇ ਕੋਲ ਧਨ ਹੈ, ਇਸ ਧਿਆਨ ਨਾਲ ਸੁਣਿਓ, ਅਤੇ ਧਨ ਦੇ ਅਰਥ ਬਦਲੀ ਜਾਣਗੇ। ਸ਼ਰਮ ਧਰਮ ਦੋਏ ਨਾਨਕਾ, ਜੇ ਧਨ ਪੱਲੇ ਪਾਏ। ਇਹ ਗੁਰਮੁਖ ਕਹਿੰਦੇ ਆ ਸ਼ਰਮ ਅਤੇ ਧਰਮ ਤਾਂ ਮੈਂ, ਲੋਕ ਕਹਿੰਦੇ ਜੇ ਪੈਸਾ ਕੋਲ ਹੋਵੇ ਤਾਂ, ਪਰ ਨਹੀਂ, ਸ਼ਰਮ ਧਰਮ ਜੇ ਦੋਏ ਨਾਨਕਾ, ਜੇ ਧਨ ਪੱਲੇ ਪਾਏ। ਜੇ ਤੇਰੇ ਕੋਲ ਪੈਸਾ ਹੈ, ਤੇਰੀ ਇੱਜ਼ਤ ਨਹੀਂ ਬਚਣੀ, ਨਾਮ ਹੀ ਇੱਜ਼ਤ ਬਚਾਉਂਦਾ ਹੁੰਦਾ ਹੈ। ਜੇ ਤੇਰੇ ਕੋਲ ਪੈਸਾ, ਤੂੰ ਸਮਝੇ ਵੀ ਮੈਂ ਸਾਰਾ ਧਰਮ ਕਮਾ ਲੈ, ਨਹੀਂ, ਧਨ ਕਰਕੇ ਸ਼ਰਮ ਧਰਮ ਨਹੀਂ। ਜੇ ਨਾਮ ਹੈ ਤਾਂ ਨਾਮ ਕਰਕੇ ਸ਼ਰਮ ਰਹਿਣੀ ਹੈ ਅਤੇ ਨਾਮ ਕਰਕੇ ਧਰਮ ਰਹਿਣਾ ਹੈ। ਸ਼ਰਮ ਧਰਮ ਦੋਏ ਨਾਨਕਾ, ਜੇ ਧਨ ਪੱਲੇ ਪਾਏ। ਜਿਸ ਕੋਲ ਵਾਹਿਗੁਰੂ ਜੀ ਦਾ ਧਨ ਅਖੁੱਟ ਹੈ, ਜਿਹਨੇ ਖੁੱਟਣਾ ਨਹੀਂ। ਮਹਾਰਾਜ ਕਹਿੰਦੇ ਸੋ ਧਨ ਮਿੱਤਰ ਨਾ ਕਾਂਢੀਏ, ਜਿੱਤ ਸਿਰ ਚੋਟਾਂ ਖਾਏ। ਉਸ ਦੌਲਤ ਨੂੰ ਕਿਵੇਂ ਮਿੱਤਰ ਕਹਾਂਗੇ ਜਿਹੜੀ ਥਾਂ ਥਾਂ 'ਤੇ ਸੋ ਠੋਕਰਾਂ ਮਾਰਦੀ ਹੈ, ਬੰਦੇ ਨੂੰ ਬੇਇੱਜ਼ਤ ਕਰਦੀ ਹੈ। ਸੋ ਧਨ ਮਿੱਤਰ ਨਾ ਕਾਂਢੀਏ, ਜਿੱਤ ਸਿਰ ਚੋਟਾਂ ਖਾਏ। ਜਿਨ ਕਹਿ ਪੱਲੇ ਧਨ ਵਸੈ। ਫਿਰ ਧਿਆਨ ਨਾਲ ਸੁਣਿਓ, ਇਹ ਲਫਜ਼ ਫਿਰ ਤੀਜੀ ਵਾਰੀ ਆ ਗਿਆ ਅਰਥਾਂ ਦਾ। ਮੈਂ ਇਹ ਅਰਥ ਕੀਤੇ ਨੇ, ਸ਼ਰਮ ਧਰਮ ਦੋਏ ਨਾਨਕਾ, ਜੇ ਧਨ ਪੱਲੇ ਪਾਏ। ਜੇ ਤੇਰੇ ਕੋਲ ਨਾਮ ਧਨ ਹੈ, ਤੇਰੀ ਇੱਜ਼ਤ ਵੀ ਹੈ, ਤੇਰੀ ਪੱਤ ਵੀ ਹੈ, ਤੇਰਾ ਸਭ ਕੁਝ ਠੀਕ ਹੈ, ਪਰ ਜੇ ਤੂੰ ਇਹ ਕਹਿ ਪੈਸੇ ਨਾਲ ਇੱਜ਼ਤ। ਮਹਾਰਾਜ ਕਹਿੰਦੇ ਸੋ ਧਨ ਮਿੱਤਰ ਨਾ ਕਾਂਢੀਏ, ਜਿੱਤ ਸਿਰ ਚੋਟਾ ਖਾਏ। ਅੱਗੇ ਜੀ, ਜਿਨ ਕਹਿ ਪੱਲੇ ਧਨ ਵਸੈ। ਜਿਨ੍ਹਾਂ ਦੇ ਕੋਲ ਦੁਨੀਆਂ ਦੀ ਕੇਵਲ ਦੌਲਤ ਹੈ, ਤਿਨਕਾ ਨਾਂ ਫਕੀਰ। ਉਹਨਾਂ ਬੰਦਿਆਂ ਦਾ ਨਾਮ ਫਕੀਰ, ਫਕੀਰਦਾਰ ਅਤੇ ਕੰਗਾਲ ਮੰਗਤੇ, ਜਿਨ੍ਹਾਂ ਕੋਲ ਸਿਰਫ ਦੁਨੀਆਂ ਦੀ ਦੌਲਤ ਹੈ। ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਕੰਗਾਲ ਨੇ, ਉਹ ਮੰਗਤੇ ਨੇ, ਉਹ ਫਕੀਰ ਨੇ। ਪਰ ਜਿਨ ਕਹਿ ਹਿਰਦੈ ਤੂੰ ਵਸੈ, ਤੇ ਨਰ ਗੁਰੀ ਗਹੀਰ। ਜਿਨ੍ਹਾਂ ਦੇ ਹਿਰਦੇ ਵਿੱਚ ਸਤਿਨਾਮ ਵਾਹਿਗੁਰੂ ਨਿਵਾਸ ਕਰ ਲੈ ਪਿਆਰਿਓ, ਉਹ ਸਭ ਤੋਂ ਉੱਤਮ ਨੇ, ਸਭ ਤੋਂ ਤਨਾਟ ਨੇ। ਮੈਂ ਫਿਰ ਅਰਜ਼ ਕਰਾਂ ਜੀ, ਗੁਰੂ ਸਾਹਿਬ ਜੀ ਨੇ ਜਿਸ ਕੋਲ ਨਾਮ ਧਨ ਹੈ, ਜਿਸ ਕੋਲ ਦੁਨੀਆਂ ਦੀ ਦੌਲਤ ਨਹੀਂ ਕੇਵਲ ਪਰਮੇਸ਼ਵਰ ਦੀ ਬੰਦਗੀ ਹੈ, ਤਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬੜੀਆਂ ਰਹਿਮਤਾਂ ਕੀਤੀਆਂ। ਮਹਾਰਾਜ ਜੀ ਦਾ ਪੁਰਬ ਆ ਰਿਹਾ ਹੈ ਅਗਾਂਹ, ਅਤੇ ਮੈਂ ਇਹ ਬੇਨਤੀ ਤਕਰੀਬਨ ਪਿੱਛੇ ਵੀ ਕੀਤੀ ਸੀ, ਇਸ ਪੁਰਬ ਨੂੰ ਗੁਰੂ ਨਾਨਕ ਸਾਹਿਬ ਦਾ ਪੁਰਬ ਹੋਵੇ, ਹਰ ਸਿੱਖ ਬੱਚੇ ਨੂੰ ਪਤਾ ਹੋਣਾ ਚਾਹੀਦਾ ਹੈ। ਪਿਆਰਿਓ, ਘਰਾਂ 'ਚ ਲੋਕ ਦੀਪਮਾਲਾ ਕਰਦੇ ਆ, ਬੜੀ ਚੰਗੀ ਗੱਲ ਹੈ। ਉਸ ਦਿਨ ਇੱਕ ਦੂਜੇ ਨੂੰ ਆਪਾਂ, ਪਰ ਆਪਣਾ ਜ਼ਿਆਦਾ ਜ਼ੋਰ ਤਾਂ ਲੰਗਰ 'ਤੇ ਹੈ ਨਾ ਜੀ, ਅਤੇ ਵਾਹਿਗੁਰੂ ਦੀ ਕਿਰਪਾ ਇੰਨੀ ਹੈ, 12 ਮਹੀਨਿਆਂ 'ਚ ਪੁਰਬ ਵੀ ਇੰਨੇ ਕੁ ਆ ਜਾਂਦੇ, ਰੋਟੀ ਦੀ ਕਮੀ ਕੋਈ ਨਹੀਂ ਰਹਿੰਦੀ। ਇਹ ਪਰਮੇਸ਼ਵਰ ਨੇ ਚਲੋ ਸਿੱਖਾਂ ਨੂੰ ਦਾਤ ਦਿੱਤੀ ਹੈ, ਪਰ ਪਿਆਰਿਓ ਇਹਨੂੰ ਆਪਾਂ ਹੋਰ ਤਰੀਕੇ ਨਾਲ ਵੀ ਕਰ ਸਕਦੇ ਹਾਂ ਨਾ। ਹੁਣ ਪੁਰਬ ਆਉਂਦੇ ਨੇ, ਪੁਰਾਣੇ ਸਮੇਂ ਸ਼੍ਰੀਮਾਨ ਭਾਈ ਵੀਰ ਸਿੰਘ ਉਹਨਾਂ ਨੇ ਲਿਖਿਆ, ਉਹ ਕਹਿੰਦੇ ਜਦੋਂ ਪੁਰਬ ਹੁੰਦਾ ਸੀ, ਕਈ ਵਾਰੀ ਪੁਰਬ ਇਸ ਤਰ੍ਹਾਂ ਮਨਾਉਂਦੇ ਸਨ, ਦੋ ਭਰਾ ਆਪਸ ਵਿੱਚ ਰੁੱਸੇ ਹੋਣੇ, ਉਹਨਾਂ ਨੂੰ ਮਨਾ ਕੇ ਲੈ ਆਉਣਾ, ਸੱਚੇ ਪਾਤਸ਼ਾਹ ਦਾ ਚਰਨਾਂ 'ਚ ਕਹਿਣਾ, ਸੱਚੇ ਪਾਤਸ਼ਾਹ ਜੀ, ਇਸ ਗੁਰਸਿੱਖ ਨੇ, ਇਹ ਆਪਸ 'ਚ ਨਹੀਂ ਸਨ ਬੋਲਦੇ, ਤੁਹਾਡੇ ਪੁਰਬ ਦੀ ਖੁਸ਼ੀ ਵਾਲੇ ਦਿਨ ਤੁਸੀਂ ਵਧਾਈ ਬਖਸ਼ ਦਿੱਤੀ, ਆਪਸ 'ਚ ਬੋਲਣ ਲੱਗ ਪਏ। ਹੈ ਕਿਸੇ ਦੀ ਬੇਟੀ ਦਾ ਕਾਰਜ ਕਰਨਾ, ਮੈਂ ਫਿਰ ਬੇਨਤੀ ਕਰਾਂਗਾ, ਕਿਸੇ ਦੇ ਬੱਚੇ ਨੂੰ ਤਾਲੀਮ ਦੇ ਦੇਣੀ। ਸਾਨੂੰ ਕਮੀ ਕਿਸੇ ਚੀਜ਼ ਦੀ ਨਹੀਂ, ਤੋਟਾ ਕਿਸੇ ਚੀਜ਼ ਦਾ ਨਹੀਂ। ਦੇਖੋ, ਲੰਗਰ ਵਾਲਿਆਂ ਦੀ ਗਿਣਤੀ ਬੇਸ਼ੁਮਾਰ, ਸੱਚੀ ਜੇ ਰੋਗੀਆਂ ਦੇ ਵਾਸਤੇ ਦਵਾਈਆਂ ਦੀ ਸੇਵਾ ਕਰਨ ਦੀ ਗਿਣਤੀ ਬੇਸ਼ੁਮਾਰ, ਪਰ ਫਰਕ ਸਿਰਫ ਇੰਨਾ ਹੈ ਕਿ ਸਾਡੀ ਇਕਸਾਰਤਾ ਕੋਈ ਨਹੀਂ।
ਇੱਕ ਦੂਜੇ ਨਾਲ ਸਾਡਾ ਅੰਦਰ ਦਾ ਕਨੈਕਸ਼ਨ ਨਹੀਂ, ਇੱਕ ਲੰਗਰ ਲਾ ਕੇ ਕੋਲ ਬੈਠਾ, ਦੂਜੇ ਨੇ ਲਾ ਕੇ ਟੱਪ ਰੱਖ ਦੇਣਾ ਆਪਣਾ। ਅਤੇ ਜੇ ਕਿਤੇ ਆਪਸ ਵਿੱਚ ਇਕਸਾਰਤਾ ਹੋਵੇ, ਭਾਈ ਤੂੰ ਅੱਜ ਲਾ ਲਿਆ, ਮੈਂ ਸਿਰਫ ਦੁਨਿਆਵੀ ਜੀ ਗੱਲ ਕਰ ਰਿਹਾ, ਜਿਹੜੇ ਲਾਉਂਦੇ ਨੂੰ ਤਾਂ ਕਹਿਣਗੇ ਵੀ ਇਹ ਸਟੇਜ 'ਤੇ ਬੈਠਾ ਲੈਕਚਰ ਹੀ ਝਾੜੀ ਜਾਂਦਾ। ਇਕਸਾਰਤਾ ਨਾਲ ਕਰੋਗੇ ਤਾਂ ਬਹੁਤ ਸਾਰਾ ਫੀਲਡ ਜਿਹੜਾ ਉਹ ਆਪਾਂ ਕਵਰ ਕਰ ਸਕਦੇ। ਇੱਕ ਸੇਵਾ ਦੀ ਥਾਂ ਬਹੁਤ ਸੇਵਾ ਹੋ ਸਕਦੀਆਂ। ਖੈਰ ਮੈਂ ਆਪ ਜੀ ਨੂੰ ਜਿਹੜੀ ਬੇਨਤੀ ਕਰਨ ਲੱਗਾ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਿਨ੍ਹਾਂ ਨੇ ਬਹੁਤ ਬਖਸ਼ਿਸ਼ ਕੀਤੀ, ਉਹਨਾਂ 'ਤੇ ਖੁਦ ਸਾਨੂੰ ਉਪਦੇਸ਼ ਦਿੱਤਾ ਹੈ। ਪੁਰਾਣੇ ਸਮੇਂ 'ਚ ਚਾਰ ਤਰੀਕੇ ਸਨ ਜ਼ਿਆਦਾਤਰ ਦੌਲਤ ਕਮਾਉਣ ਦੇ। ਇੱਕ ਸੀ ਪਹਿਲੀ ਖੇਤੀ ਜਿਹਨੂੰ ਵਾਹੀ ਕਹਿੰਦੇ ਹਾਂ, ਕਿਰਸਾਣੀ। ਦੂਜਾ ਤਰੀਕਾ ਹੁੰਦਾ ਸੀ ਦੁਕਾਨਦਾਰੀ, ਅਸੀਂ ਜੋ ਪੜ੍ਹਦੇ ਹਾਂ। ਤੀਸਰਾ ਤਰੀਕਾ ਹੁੰਦਾ ਸੀ ਵਪਾਰ ਕਰਨਾ, ਇਹ ਵੀ ਸ਼ਬਦ ਗੁਰੂ ਨਾਨਕ ਸਾਹਿਬ ਜੀ ਦੇ। ਅਤੇ ਚੌਥਾ ਤਰੀਕਾ ਹੁੰਦਾ ਸੀ ਰਿਜ਼ਕ ਕਮਾਉਣ ਦਾ, ਆਪਣੀ ਨੌਕਰੀ। ਫਿਰ ਬੇਨਤੀ ਹੈ, ਕਿਰਸਾਣੀ ਸੀ, ਦੁਕਾਨਦਾਰੀ ਸੀ, ਵਪਾਰ ਸੀ। ਅਤੇ ਅਗਲੀ ਬੇਨਤੀ ਮੈਂ ਕਰਾਂਗਾ ਕਿ ਲੋਕ ਚਾਕਰੀ ਨੌਕਰੀ ਕਰਦੇ ਸਨ। ਸਤਿਗੁਰਾਂ ਨੇ ਨਾ ਜੀ ਬੜੀ ਬਖਸ਼ਿਸ਼ ਕੀਤੀ ਸਾਡੇ 'ਤੇ। ਹੁਣ ਇਹ ਵੀ ਮਨ ਸੀ ਨਾ ਵੀ ਭਾਈ ਸਾਹਿਬ ਜੀ ਅੱਜ ਕਹਿ ਰਹੇ ਧੰਨ ਕਮਾਉਂਦੇ ਸੀ, ਦੁਨੀਆਂ ਦੀ ਕਿਰਤ ਛੱਡ ਦੀ। ਕਿਹੜਾ ਕਹਿੰਦਾ ਕਿਰਤ ਛੱਡੋ ਭਾਈ, ਬਸ ਇੱਕ ਕੰਮ ਕਰੀਏ। ਕਿਰਤ ਲਿਖੀ ਜਾਂਦੀ ਹੈ ਕੱਕੇ ਨੂੰ ਸਿਹਾਰੀ ਪਾ ਕੇ, ਕੱਕੇ ਸਿਹਾਰੀ ਰਾਰਾ ਅਤੇ ਤੱਤਾ ਕਿਰਤ ਹੈ। ਬਸ ਇਹਨੂੰ ਨਾ ਕਿਰਤ ਕਰਦੇ ਹਾਂ ਥੋੜ੍ਹੀ ਜਿਹੀ ਬਿਹਾਰੀ ਬਣਾ ਦਈਏ। ਕਿਰਤ ਹੱਥ ਨਾਲ ਕਰੀਏ ਅਤੇ ਚਿੱਤ ਨਾਲ ਕੀਰਤੀ ਕਰੀਏ। ਅੱਖਰ ਇੰਨੀ ਕੁ ਰਹਿਣੇ ਨੇ। ਫਿਰ ਬੇਨਤੀ ਹੈ ਕਿਰਤ ਅਤੇ ਕੀਰਤੀ, ਇੱਕ ਪਾਸੇ ਹੱਥਾਂ ਨਾਲ ਕਿਰਤ ਕਰ, ਦੂਜੇ ਪਾਸੇ ਚਿੱਤ ਕਰਕੇ ਤੂੰ ਕਰਤੇ ਦੀ ਕੀਰਤੀ ਕਰ। ਕਿਰਤ ਅਤੇ ਕੀਰਤੀ ਇਕੱਠੇ ਹੋ ਜਾਣ। ਮਾਇਆ ਮਿਲੀ ਹੈ, ਕੰਨਾਂ ਵਿੱਚ ਉਟਾ ਦਈਏ ਅਤੇ ਮਾਇਆ ਬਣ ਜਾਂਦੀ ਹੈ। ਮਾਇਆ ਦਰ ਦੀ ਕਿਰਪਾ, ਨਾਨਕ ਹਰ ਜੀ ਮਾਇਆ ਕਰ। ਮਹਾਰਾਜ ਕਹਿੰਦੇ ਮਾਇਆ ਨਾਲ ਮਾਇਆ ਆ ਜਾਏ, ਕਿਰਤ ਨਾਲ ਕੀਰਤੀ ਆ ਜਾਏ, ਅਤੇ ਪਿਆਰੇ ਉਹ ਧੰਦੇ ਦੇ ਨਾਲ ਧਰਮ ਆ ਜਾਏ, ਤੇਰਾ ਲੋਕ ਵੀ ਸੁਖੀ ਹੋ ਜਾਏਗਾ ਅਤੇ ਪਰਲੋਕ ਵੀ ਸੁਖੀ ਹੋ ਜਾਏਗਾ। ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ। ਹੁਣ ਦੇਖੋ ਆਪਾਂ ਸ਼ਬਦ ਪੜ੍ਹਨ ਲੱਗੇ ਹਾਂ, ਇੱਕ ਆਪ ਜੀ ਧਿਆਨ ਦੇ ਆ ਜੇ, ਕਿਰਸਾਨ ਤੂੰ ਨਾਮ ਕਿਵੇਂ ਇਕੱਠਾ ਕਰ ਸਕਣਾ। ਉਦਾਹਰਨਾਂ ਚੌਵਾਂ ਦੀਆਂ ਵੱਖਰੀਆਂ ਵੱਖਰੀਆਂ ਨੇ, ਪਰ ਸਮਝਾ ਸਭ ਨੂੰ ਦਿੱਤਾ ਤੁਸੀਂ ਸਾਰੇ ਨਾਮ ਜਪ ਸਕਦੇ ਹੋ। ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਹੁਣ ਉਹ ਸ਼ਬਦ ਹੈ ਵੈਸੇ ਵਲੈਤ ਵਾਲੀ ਜਨਮ ਸਾਖੀ 'ਚ, ਜਿਹਨੂੰ ਪੁਰਾਤਨ ਜਨਮ ਸਾਖੀ ਕਹਿੰਦੇ ਆ, ਗੁਰੂ ਨਾਨਕ ਪ੍ਰਕਾਸ਼ ਵਿੱਚ ਵੀ, ਭਾਈ ਬਾਲੇ ਵਾਲੀ ਸਾਖੀ ਵਿੱਚ ਵੀ ਇਹ ਸਾਖੀ ਦੀ ਭੂਮਿਕਾ ਦਿੱਤੀ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਪਹਿਲਾਂ ਮੱਝਾਂ ਚਾਰੀਆਂ, ਆਪ ਸਭ ਨੂੰ ਪਤਾ ਛੇੜੂ ਬਣੇ, ਅਤੇ ਮੱਝਾਂ ਖੇਤ ਵਿੱਚ ਪੈ ਗਈਆਂ। ਭੱਟੀ ਜ਼ਿਮੀਂਦਾਰ ਬੜਾ ਕ੍ਰੋਧਿਤ ਹੋਇਆ, ਗੁੱਸੇ 'ਚ ਆਇਆ। ਉਹਨੇ ਜਦੋਂ ਰੌਲਾ ਪਾਇਆ ਤਾਂ ਸਾਖੀ ਵਾਲਾ ਕਹਿੰਦਾ, ਅਤੇ ਇੱਥੋਂ ਵਾਲੇ ਤਾਂ ਨਹੀਂ ਨਾ ਮੰਨਦੇ ਕਈ ਪ੍ਰਚਾਰਕ ਵੀ ਕਿਵੇਂ ਮੱਝਾਂ ਪੈ ਸਕਦੀਆਂ ਹੈ ਨਾ, ਪਰ ਪਾਕਿਸਤਾਨ ਨਨਕਾਣਾ ਸਾਹਿਬ ਗੁਰਦੁਆਰਾ ਕਿਆਰਾ ਸਾਹਿਬ ਹੈਗਾ, ਅਤੇ ਉਹ ਸਦੀਆਂ ਦਾ ਜੀ ਕਿਆਰਾ ਸਾਹਿਬ। ਉੱਥੇ ਲਿਖ ਸਾਹਿਬ ਜੇ ਦਰਸ਼ਨ ਕੀਤੇ ਹੋਣੇ ਨੇ ਪਾਕਿਸਤਾਨ ਦੇ ਸੁਣਦੇ ਹੋਏ ਆ, ਮਹਾਰਾਜ ਦਾ ਤਾਂ ਕਿਆਰਾ ਸਾਹਿਬ। ਹਾਂ, ਉੱਥੇ ਗੱਲ ਬੜੀ ਇੱਕ ਕਮਾਲ ਦੀ ਕੀ, ਮਹਾਰਾਜ ਨੇ ਜਦੋਂ ਮੱਝਾਂ ਪੈ ਗਈਆਂ ਖੇਤ 'ਚ, ਉਹ ਜ਼ਿਮੀਂਦਾਰ ਕਰਪਣ ਲੱਗ ਪਿਆ, ਰੌਲਾ ਪਾਉਣ ਲੱਗ ਪਿਆ। ਅਤੇ ਸੱਚੀ ਹੈ, ਪਹਿਲੇ ਸਮਿਆਂ 'ਚ ਜਦੋਂ ਨਿਆਈ ਜਿਹੜੀ ਪੈਲੀ ਹੁੰਦੀ ਸੀ ਖੇਤਾਂ ਦੇ, ਵਾਹਿਗੁਰੂ ਪਿੰਡ ਦੇ, ਜੇ ਕਿਸੇ ਦੀਆਂ ਰਾਤ ਨੂੰ ਡੰਗਰ ਢੋਰ ਪਸ਼ੂ ਖੁੱਲ ਜਾਂਦਾ ਸੀ ਤਾਂ ਸਾਰੀ ਪੈਲੀ ਉਜਾੜ ਜਾਂਦਾ ਸੀ, ਲੋਕ ਮਰਨ ਮਰਾਨ ਤੱਕ ਜਾਂਦੇ ਸਨ। ਉਹ ਮੱਝਾਂ ਨੇ ਖੇਤੀ ਉਜਾੜਤੀ, ਉਹ ਭੱਟੀ ਰੌਲਾ ਪਾਉਣ ਲੱਗ ਪਿਆ। ਮਹਾਰਾਜ ਜੀ ਨੂੰ ਉਹ ਬੋਲਿਆ ਵੀ ਕੁਛ, ਸਤਿਗੁਰੂ ਸੁਣਨ ਤੋਂ ਬਾਅਦ ਸ਼ਬਦ ਬੜੇ ਕਮਾਲ ਦੇ ਕਹੇ। ਜੇ ਕਿਤੇ ਉਹ ਸਮਝ ਜਾਂਦਾ ਨਾ ਜਾਂਦਾ ਝੁੱਕ ਜਾਂਦਾ। ਮਹਾਰਾਜ ਜੀ ਨੇ ਕਿਹਾ ਭਾਈ ਵੇ ਤੇਰਾ ਕਿਛ ਨਹੀਂ ਉਜੜਿਆ। ਜਨਮ ਸਾਖੀ ਦੇ ਬੋਲ ਨੇ, ਭਾਈ ਵੇ ਤੇਰਾ ਕਿਛ ਨਹੀਂ ਉਜੜਿਆ, ਕੀ ਹੋਇਆ ਜੇ ਕਿਸੇ ਮਈ ਨੇ ਮੂੰਹ ਮਾਰ ਲਿਆ। ਜਾਂ ਸ਼ਬਦ ਜੇ ਕੀ ਹੋਇਆ, ਭਾਈ ਵੇ ਤੇਰਾ ਕਿਛ ਨਹੀਂ ਉਜੜਿਆ, ਕੀ ਹੋਇਆ
ਜੇ ਕਿਸੇ ਮਹੀ ਨੇ ਮੂੰਹ ਮਾਰ ਲਿਆ ਸਮਝ ਗਿਆ ਨਾ ਜੀ, ਵੀ ਉੱਤੋਂ ਥੋੜ੍ਹਾ ਜਿਹਾ ਖਾ ਲਈ ਫਸਲ, ਭਾਈ ਵੇ ਤੇਰਾ ਕਿਛ ਨਹੀਂ ਉਜੜਿਆ, ਕੀ ਹੋਇਆ? ਜੇ ਕਿਸੇ ਮਹੀ ਨੇ ਮੂੰਹ ਮਾਰ ਲਿਆ, ਸਬਰ ਕਰ, ਖੁਦਾਏ ਇਸੇ ਵਿੱਚ ਬਰਕਤ ਕਰਤ ਸੀ। ਵਾਹ ਵਾਹ, ਸ਼ਬਦ ਕੈਸਾ ਕਿਹਾ! ਕਹਿੰਦੇ ਰੌਲਾ ਨਾ ਪਾ, ਕੀ ਹੋਇਆ ਜੇ ਕਿਸੇ ਪਸ਼ੂ ਨੇ ਮੂੰਹ ਮਾਰ ਲਿਆ? ਤੂੰ ਰੱਬ 'ਤੇ ਭਰੋਸਾ ਕਰ, ਖੁਦਾ ਇਸੇ ਵਿੱਚ ਬਰਕਤ ਘੱਤੇਗਾ। ਮੈਂ ਕਈ ਵਾਰੀ ਸੋਚਣਾ, ਉਹ ਬੰਦਿਆ ਤੂੰ ਤਾਂ ਰਾਏ ਬਲੋਰ ਕੋਲ ਜਾ ਕੇ ਕਿਹਾ ਮੇਰੀ ਖੇਤੀ ਉੱਜੜ ਗਈ, ਬਸ ਬਾਬਾ ਜੀ ਦੀਆਂ ਮੱਝਾਂ ਨੇ ਕਾਹਦਾ ਮੂੰਹ ਮਾਰਿਆ? ਚੇਤੇ ਰੱਖੀ, ਜਿੱਥੇ ਉਹਨਾਂ ਮੂੰਹ ਮਾਰਿਆ ਉਹ ਸਦਾ ਵਾਸਤੇ ਕਿਆਰਾ ਸਾਹਿਬ ਬਣ ਗਿਆ। ਉਹ ਸਦਾ ਵਾਸਤੇ ਉਹ ਖਰਾ ਹੀ ਹੋ ਗਿਆ ਜੀ, ਉਹ ਤਾਂ ਉਜੜਿਆ ਹੈ ਹੀ ਨਹੀਂ ਸਦਾ ਹੀ ਵਾਸਤੇ। ਮੈਂ ਫਿਰ ਬੇਨਤੀ ਕਰਾਂਗਾ ਕਿ ਇੱਕ ਖੇਤੀ ਕਰਨ ਵਾਲਾ, ਚਲੋ ਅੱਜ ਸਾਧਨ ਬਦਲ ਗਏ ਨੇ, ਟਰੈਕਟਰ ਆ ਗਏ ਨੇ, ਸਾਡੇ ਕੋਲ ਹੋਰ ਬਹੁਤ ਸਾਰੇ ਸਾਧਨ ਮਸ਼ੀਨੀ ਯੁੱਗ ਆ ਗਏ। ਗੁਰੂ ਸਾਹਿਬ ਨੇ ਕਿਹਾ ਖੇਤੀ ਕਰਨ ਵਾਲਿਆ, ਆਹ ਤੈਨੂੰ ਦੱਸਾਂ, ਤੇਰੀ ਕਣਕ ਦਾ, ਤੇਰੇ ਝੋਨੇ ਦਾ, ਤੇਰੀ ਸਰੋਂ ਦਾ, ਤੇਰੀ ਮੱਕੀ ਦਾ, ਤੇਰੇ ਬਾਜਰੇ ਦਾ, ਤੇਰੇ ਤਾਰੇ ਮੀਰੇ ਦਾ, ਜਿਹੜੀ ਤੂੰ ਫਸਲ ਬੀਜੀ ਬੈਠਾ, ਤੇਰੀ ਕਪਾਹ ਦਾ ਢੇਰ, ਬੋਲ, ਦਾਣਿਆਂ ਦਾ ਜਦੋਂ ਵਹੇਗਾ, ਜੇ ਤੂੰ ਮੇਰੀ ਗੱਲ ਕਰ ਸੁਣ ਕੇ ਬੰਦਗੀ ਕਰਨ ਲੱਗ ਪਏਗਾ, ਸੱਚ ਇਹ ਵੇ ਤੇਰੇ ਘਰ ਵਿੱਚ ਨਾਮ ਦਾ ਬੋਲ ਵੀ ਬਹਿ ਜਾਏਗਾ। ਇਸ ਸ਼ਬਦ ਨੂੰ ਆਪ ਜੀ ਧਿਆਨ ਨਾਲ ਸੁਣਿਓ ਗੁਰਮੁਖੋ, ਉਹ ਸ਼ਬਦ ਹੈ ਮਨ ਹਾਲੀ। ਸ਼ਬਦ ਵੱਲ ਜ਼ਰੂਰ ਧਿਆਨ ਦਿਆ ਜੇ, ਮੈਂ ਸ਼ਬਦ ਅੱਜ ਚੱਲ ਰਿਹਾ ਸੇ ਧਨਵੰਤ ਹਰ ਨਾਮ ਲਿਵਲਾਏ। ਮੈਂ ਆਪ ਨੂੰ ਤਾਂ ਬੇਨਤੀ ਕਰ ਰਿਹਾ, ਮਨ ਹਾਲੀ, ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ, ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਭਾਓ ਕਰਮ ਕਰ ਜਮਸੀ, ਸੇ ਕਰ ਭਾਗਟ ਦੇਖ। ਦੇਖੋ ਇਹ ਸ਼ਬਦ ਮੈਂ ਪੜ੍ਹ ਦਿੱਤਾ ਪਿਆਰਿਓ, ਥੋੜ੍ਹੇ ਜਿਹੇ ਅਰਥ। ਮਨ ਹਾਲੀ ਇਹ ਕਿਸਾਨ ਨੂੰ ਕਿਹਾ, ਖੇਤੀਬਾੜੀ ਵਾਲੇ ਨੂੰ ਕਿਹਾ, ਮੈਂ ਤੈਨੂੰ ਦੱਸਾਂ ਨਾਮ ਕਿਵੇਂ ਜਪਿਆ ਜਾ ਸਕਦਾ। ਆਪਾਂ ਕਹਿੰਦੇ ਮੈਂ ਦੁਕਾਨਦਾਰੀ ਕਰਨਾ, ਨਾਮ ਕਿਵੇਂ ਜਪਾਂ, ਅਸੀਂ ਨੌਕਰੀ ਕਰਨੇ ਕਿਵੇਂ? ਗੁਰੂ ਸਾਹਿਬ ਜੀ ਨੇ ਕਿਹਾ ਸਾਰੇ ਆਓ, ਮਨ ਹਾਲੀ, ਮਨ ਨੂੰ ਹਾਲੀ ਬਣਾ ਲੈ। ਗੁਰਮੁਖ, ਇੱਕ ਹੁੰਦਾ ਹਾਲ, ਇੱਕ ਹੁੰਦਾ ਸੀ ਹਾਲੀ। ਅੱਜ ਮੈਂ ਫਿਰ ਅੱਜ ਕੀਤੀ ਮਸ਼ੀਨੀ ਜੋਗੇ ਜੀ, ਕਿਸੇ ਟਾਵੇਂ ਟਾਵੇਂ ਪਿੰਡ 'ਚ ਬਲਦ 45 ਹਾਲ ਹੋਣਾ, ਨਹੀਂ ਤਾਂ ਟਰੈਕਟਰ ਨਾਲ ਆਪਾਂ ਸਭ ਕੁਝ ਕਰਨੇ ਆ। ਪਰ ਗੁਰੂ ਸਾਹਿਬ ਕਹਿੰਦੇ ਮਨ ਹਾਲੀ, ਹਲ ਨੂੰ ਚਲਾਉਣ ਵਾਲਾ, ਹਲ ਨੂੰ ਵਾਹਣ ਵਾਲੇ ਨੂੰ ਖਾਲੀ ਕਹਿੰਦੇ ਸਨ। ਮਨ ਹਾਲੀ, ਆਪਣੇ ਮਨ ਨੂੰ ਖਾਲੀ ਬਣਾ ਲੈ, ਤੁਹਾਨੂੰ ਖੇਤ। ਮਨ ਨੂੰ ਹਾਲੀ ਕਿਉਂ ਬਣਾਏ? ਪੁਰਾਣੇ ਸਮੇਂ 'ਚ ਜਿਨ੍ਹਾਂ ਨੇ ਹਲ ਵਾਹੇ, ਇਹਨਾਂ ਨੂੰ ਪਤਾ ਹੈ ਜਾਂ ਦੇਖਿਆ, ਜਦੋਂ ਕੁੱਕੜ ਵਾਂਗ ਦਿੰਦਾ ਸੀ, ਮੈਂ ਲਫ਼ਜ਼ ਪੁਰਾਣੇ ਵਰਤਣ ਲੱਗਾ, ਦਿਨ ਦਾ ਚੜਾਕ ਹੁੰਦਾ ਸੀ, ਰਾਤ ਨੂੰ ਖੁਰਲੀ ਪੱਠਿਆਂ ਨਾਲ ਭਰ ਦਿੰਦੇ ਸਨ ਆਪਣੇ ਬਜ਼ੁਰਗ, ਕਿ ਰਾਤ ਨੂੰ ਬਲਦ ਜਿਹੜੇ ਨੇ ਪੱਠੇ ਖਾ ਲੈਂਦੇ ਸਨ, ਸਵੇਰ ਤੱਕ ਰੱਜੇ ਹੁੰਦੇ ਸਨ। ਉੱਧਰ ਅੰਮ੍ਰਿਤ ਵੇਲਾ ਹੋਣਾ, ਉੱਧਰ ਹਲ ਪੰਜਾਲੀ, ਬਾਕੀ ਸਾਰੇ ਲੋਕ ਸੁੱਤੇ, ਜਿਹਨੇ ਹਲ ਵਾਹਣਾ ਹਾਲੀ ਸਭ ਤੋਂ ਪਹਿਲਾਂ ਉੱਠ ਪੈਂਦਾ ਹੈ। ਹਾਲੀ ਉੱਦਮੀ ਹੈ ਨਾ ਜੀ, ਬਾਕੀ ਘਰਾੜੇ ਮਾਰ ਰਹੇ ਨੇ, ਉਹ ਵਕਤ ਨੂੰ ਉੱਠਿਆ, ਉਹਨੇ ਹਲ ਪੰਜਾਲੀ ਲਈ, ਖੇਤਾਂ ਵਿੱਚ ਹਲ ਲੈ ਗਿਆ, ਹਲ ਵਾਹਿਆ, ਬੀਜ ਬੀਜਿਆ, ਸੁਹਾਗਾ ਮਿਆਰ ਕੇ। ਉੱਧਰ ਸੂਰਜ ਦਾ ਚੜਾਅ ਹੁੰਦਾ ਪਿਆ ਸੀ, ਲੋਕ ਉੱਠਦੇ ਹੁੰਦੇ ਸਨ ਅਤੇ ਖਾਲੀ ਫਸਲ ਬੀਜ ਕੇ ਵਾਪਸ ਘਰ ਆਉਂਦਾ ਹੁੰਦਾ ਸੀ। ਹਾਂ ਸਤਿਗੁਰੂ ਕੁਰਬਾਨ ਜਾਈਏ, ਤੁਹਾਡੇ ਤੋਂ ਜਿਹੜਾ ਹਾਲੀ ਸ਼ਬਦ ਵਰਤਿਆ, ਜਿਵੇਂ ਹਾਲੀ ਸਭ ਤੋਂ ਪਹਿਲਾਂ ਉੱਠਦਾ, ਵਕਤ ਨਾਲ ਸੌ ਜਾਂਦਾ, ਉੱਠਦਾ ਸਭ ਤੋਂ ਪਹਿਲਾਂ। ਇੱਥੇ ਤਾਂ ਚਲੋ ਵਾਹਿਗੁਰੂ ਜੀ ਦੀ ਕਿਰਪਾ ਹੈ ਜੀ, ਅੰਮ੍ਰਿਤ ਵੇਲੇ ਦੀਆਂ ਸੰਗਤਾਂ ਬਹੁਤ, ਇਹ ਸਤਿਗੁਰਾਂ ਦੀ ਬਖਸ਼ਿਸ਼ ਹੈ ਜੀ। ਆਪਾਂ ਕਿੰਨੀ ਸੰਗਤ ਅੰਮ੍ਰਿਤ ਵੇਲੇ ਸਾਲਾਂ ਤੋਂ ਨਿੰਮੀ ਨੇ, ਉਂਝ ਵੈਸੇ ਸਾਡਾ ਇੱਕ ਸੁਭਾਅ ਬਣ ਗਿਆ ਵੈਸੇ ਬਾਹਰ ਸਾਰਿਆਂ ਦਾ, ਅਸੀਂ ਕੋਈ ਮਿਲਦਾ ਵੀ, ਮੈਂ ਇੱਥੇ ਵੀ ਕਿਹਾ ਸੀ ਅੰਮ੍ਰਿਤ ਵੇਲੇ ਦੀ ਅਰਦਾਸ ਕਰੋ, ਅੰਮ੍ਰਿਤ ਵੇਲੇ ਦੀ ਅਰਦਾਸ ਕਰੋ। ਅਤੇ ਮੈਨੂੰ ਇੱਕ ਦਿਨ ਇੰਨਾ ਮਨ ਖਿੱਚਿਆ ਗਿਆ, ਮੈਂ ਜਿੱਥੇ ਜਾਓ ਅੰਮ੍ਰਿਤ ਵੇਲਾ, ਅੰਮ੍ਰਿਤ ਵੇਲਾ। ਅਤੇ ਮੈਂ ਇੱਕ ਦਿਨ ਪੁੱਛ ਲਿਆ, ਸੌਂਦੇ ਕਿੰਨੇ ਵਜੇ? ਅੱਗੋਂ 12:30 ਸੌਂਈਦਾ। ਮੈਂ ਕਿਹਾ ਤੁਸੀਂ ਅੰਮ੍ਰਿਤ ਵੇਲੇ ਦੀ ਅਰਦਾਸ ਬੰਦ ਕਰਾਓ,
ਤੁਸੀਂ ਪਹਿਲਾਂ ਸੌਣ ਦੀ ਅਰਦਾਸ ਕਰਾਓ, 9 ਵਜੇ ਸੌਣ ਦੀ ਜਾਂਚ ਆ ਜਾਏ। ਜਿਹੜਾ ਬੰਦਾ ਸੌਂ ਹੀ ਨਹੀਂ ਰਿਹਾ ਪਿਆਰਿਓ, ਅੰਮ੍ਰਿਤ ਵੇਲਾ ਪੂਰਨ ਖੜਾਓ ਦਾ ਵੇਲਾ। ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ, ਅੰਮ੍ਰਿਤ ਵੇਲੇ ਉਹ ਉੱਠਦੇ ਨੇ ਜਿਨ੍ਹਾਂ ਦੇ ਘਰ ਵਿੱਚ ਵਾਹਿਗੁਰੂ ਜੀ ਸੱਦੇ ਭੇਜਦੇ ਆ, ਉਹਦੇ ਤੋਂ ਬਿਨਾਂ ਤਾਂ ਕੋਈ ਉੱਠਦੇ ਨਹੀਂ। ਪਿੱਛੋਂ ਰਾਤੀ ਸੱਦਣਾ ਨਾਮ ਖਸਮ ਕਰ ਲਏ, ਸਾਰਾ ਪਿੰਡ ਸੁੱਤਾ, ਹਾਲੀ ਉੱਦਮੀ ਵਕਤ ਨਾਲ ਉੱਠਿਆ। ਪਿਆਰਿਓ ਮਹਾਰਾਜ ਕਹਿੰਦੇ ਤੂੰ ਹਾਲੀ ਦੀ ਤਰ੍ਹਾਂ ਉੱਦਮੀ ਬਣ ਜਾ, ਲੋਕ ਸੁੱਤੇ ਹੋਣ ਤੂੰ ਉੱਠ ਕੇ ਸ਼ੁਰੂ ਕਰ। ਮਨ ਹਾਲੀ, ਆਪਣੇ ਮਨ ਨੂੰ ਆਲਸ ਨਾ ਨੇੜੇ ਆਉਣ ਦੇ, ਇਹ ਬੜਾ ਭੈੜਾ ਹੀ। ਚੇਤੇ ਰੱਖਿਓ, ਇੱਕ ਵਾਰੀ ਕਹਿ ਦਿਓ ਨਾ ਜੀ ਚਲੋ ਅੱਜ ਹੁਣ ਇਹ ਅੰਮ੍ਰਿਤ ਵੇਲਾ ਨਿਕਲ ਗਿਆ, ਸਵੇਰੇ ਨੇਮ ਕਰ ਲਵਾਂਗਾ। ਯਾਦ ਰੱਖਿਓ, ਥੋੜ੍ਹੀ ਜਿਹੀ ਢਿੱਲ ਦੇਣ ਦੀ ਦੇਰ, ਇਹ ਢਿੱਲ ਨੂੰ 6 ਮਹੀਨੇ ਲੱਗ ਜਾਂਦੇ ਆ ਕੱਸਣ ਵਾਸਤੇ। ਮਨ ਫਿਰ ਕਹਿੰਦਾ ਕੋਈ ਨਹੀਂ, ਕੱਲ੍ਹ ਵੀ ਤਾਂ ਕੀਤਾ ਹੀ ਸੀ ਨਾ। ਮਹਾਰਾਜ ਕਹਿੰਦਾ ਨਾ ਨਾ, ਇਹਨੂੰ ਹਾਲੀ ਦੀ ਤਰ੍ਹਾਂ ਉੱਦਮੀ ਬਣਾ, ਕੋਈ ਸਮਝੌਤਾ ਨਹੀਂ। ਮਨ ਹਾਲੀ, ਕਿਰਸਾਣੀ ਕਰਨੀ, ਕਿਰਸਾਣੀ ਦਾ ਅਰਥ ਜਿਹੜੇ ਸੰਦ ਤੂੰ ਵਰਤਣੇ ਕੰਮ ਲਈ, ਆਪਣੇ ਕਰੈਕਟਰ ਨੂੰ ਉੱਚਾ ਬਣਾਓ ਪਿਆਰਿਆ, ਚੇਤੇ ਰੱਖੀ ਇਹ ਕਿਰਸਾਣੀ ਕਰ। ਮਨ ਹਾਲੀ, ਕਿਰਸਾਣੀ ਕਰਨੀ, ਸ਼ਰਮ ਪਾਣੀ, ਮਿਹਨਤ ਦਾ ਉੱਦਮ ਦਾ ਪਾਣੀ ਪਾ, ਸ਼ਰਮ ਪਾਣੀ ਤਨ ਖੇਤ, ਆਪਣੇ ਤਨ ਨੂੰ ਖੇਤ ਬਣਾ, ਫਿਰ ਇਹ ਕੀ ਕਰ। ਹੁਣ ਕਈ ਸੱਜਣ ਇਹ ਕਹਿੰਦੇ ਆ, ਮੁਬਾਰਕ ਹੈ ਉਹਨਾਂ ਦੀ ਵਿਚਾਰ ਨੂੰ, ਉਹ ਕਹਿੰਦੇ ਨੇ ਇਹ ਕਰੈਕਟਰ ਚੰਗਾ ਰੱਖੋ, ਝੂਠ ਨਾ ਬੋਲੋ, ਕਮਾਈ ਚੰਗੀ ਕਰੋ, ਬਾਕੀ ਨਾਮ ਨੂੰ ਕੋਈ, ਇਸ ਲਈ ਮੈਂ ਸੁਣਿਆ ਨਾਮ ਨੂੰ ਕੁਝ ਨਹੀਂ ਹੁੰਦਾ। ਇੱਥੇ ਸਤਿਗੁਰੂ ਸਮਤ ਦਿੰਦੇ ਆ, ਕਹਿੰਦੇ ਭਲੇ ਪੁਰਖਾਂ ਕਰੈਕਟਰ ਉੱਚਾ ਹੋਣਾ, ਇਹ ਖੇਤੀ ਤਿਆਰ ਹੋ ਗਈ ਹੈ, ਸੱਚ ਇਹ ਚੰਗੀ ਕਿਰਤ ਕਰ ਰਿਹਾ, ਇਹ ਦੈਵੀ ਗੁਣ ਨੇ। ਜੇ ਬੰਦਾ ਹਾਲ ਵੀ ਵਾਲਾ ਹੈ, ਸੁਹਾਗਾ ਵੀ ਕੋਲ ਰੱਖੇ, ਵਾੜ ਵੀ ਕਰਦਾ ਅਤੇ ਬੀਜ ਨਾ ਪਏ, ਕਦੀ ਫਸਲ ਨਿਕਲ ਸਕੇਗੀ? ਬਾਕੀ ਸਾਰੇ ਦੈਵੀ ਗੁਣ ਨੇ, ਖੇਤੀ ਦੀ ਤਿਆਰੀ ਹੈ, ਪਰ ਤਿਆਰੀ ਕਰਕੇ ਕਹਿ ਬੀਜ ਹੁੰਦਾ ਹੀ ਨਹੀਂ, ਤਾਂ ਕਿੱਡੀ ਬਦਕਿਸਮਤੀ ਹੈ। ਤੂੰ ਕਿਰਤ ਕਰ, ਕਰੈਕਟਰ ਉੱਚਾ ਹੋਵੇ, ਵਾਹਿਗੁਰੂ ਬਖਸ਼ੇ। ਅਤੇ ਮਹਾਰਾਜ ਕਹਿੰਦੇ ਆ, ਨਾਮ ਦਾ ਬੀਜ ਬੀਜ ਅਤੇ ਸਬਰ ਦਾ ਸੁਹਾਗਾ ਫੇਰ, ਅਤੇ ਕੱਲ੍ਹ ਆ ਨਾ ਭਾਈ ਬੀਜਿਆ ਅਤੇ ਅੱਜ ਹੀ ਫਸਲ ਨਿਕਲ ਜਾਏ। ਮਨ ਹਾਲੀ, ਕਿਰਸਾਣੀ ਕਰਨੀ, ਸਿਹਤ ਧਨਵੰਤ ਸ਼ਬਦ ਹੈ, ਸਿਹਤ ਧਨਵੰਤ ਹਰ ਨਾਮ ਲਿਵਲਾਏ। ਮਨ ਹਾਲੀ, ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਪਿਆਰਿਆ ਨਾਮ ਦਾ ਬੀਜ ਬੀਜ, ਅਗਲਾ ਬਚਨ ਜੀ ਸੰਤੋਖ ਸੁਹਾਗਾ। ਪਿੰਡਾਂ ਵਾਲਿਆਂ ਨੂੰ ਪਤਾ ਸੁਹਾਗੇ ਦਾ ਜੀ, ਦੇਖੋ ਸੁਹਾਗਾ ਬੀਜ ਨੂੰ ਦੱਬ ਦਿੰਦਾ ਮਿੱਟੀ ਦੇ ਥੱਲੇ, ਬੜੀ ਵੱਡੀ ਸਤਿਗੁਰਾਂ ਕਿਰਪਾ ਕੀਤੀ। ਕਹਿੰਦੇ ਨਾਮ ਜਪ ਕੇ ਕਾਲੇ ਨਹੀਂ ਪਈਦਾ, ਮੈਨੂੰ ਤਾਂ ਇੰਨੇ ਦਿਨ ਹੋ ਗਏ ਸਾਧਨਾ ਕਰਦਿਆਂ, ਕੁਝ ਨਹੀਂ ਬਣਿਆ, ਕੁਝ ਨਹੀਂ ਬਣਿਆ, ਕੁਝ ਨਹੀਂ ਬਣਿਆ। ਮਹਾਰਾਜ ਕਹਿੰਦੇ ਸਿਆਣਾ ਜ਼ਿਮੀਂਦਾਰ ਸਬਰ ਕਰਦਾ, ਉਹ ਮਿਹਨਤ ਕਰਕੇ ਬੀਜ ਪਾ ਕੇ ਉੱਤੇ ਸੁਹਾਗਾ ਫੇਰ ਦਿੰਦਾ, ਇਸ ਸਬਰ ਨਾਲ ਬਹਿ ਜਾਂਦਾ, ਜਿਹੜਾ ਬੀਜਿਆ ਗਿਆ ਨਾ ਇੱਕ ਦਿਨ ਧਰਤੀ ਪਾੜ ਕੇ ਜ਼ਰੂਰ ਬਾਹਰ ਨਿਕਲੇਗਾ। ਮਹਾਰਾਜ ਕਹਿੰਦੇ ਸਬਰ ਦਾ ਸੁਹਾਗਾ ਫੇਰ। ਮਨ ਹਾਲੀ, ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਅਗਾਂਹ ਕੰਮ ਕਰੀ। ਬਾਹਰ ਦੀ ਖੇਤੀ ਕੋਈ ਬੀਜਦਾ ਅਤੇ ਕੰਡਿਆਂ ਦੀ ਵਾੜ ਲਾਉਂਦਾ, ਨਾਮ ਦੀ ਖੇਤੀ ਤਾਂ ਬਚਦੀ ਹੈ ਜੇ ਗਰੀਬੀ ਦੀ ਵਾੜ ਲਾਏਗਾ, ਜੇ ਨਿਮਰਤਾ ਹੋਵੇਗੀ ਤਾਂ ਹੀ ਹੈ ਨਾ। ਜੇ ਹੰਕਾਰ 'ਚ ਹੀ ਬੁੱਲਿਆ ਰਿਹਾ, ਮੱਥੇ 'ਤੇ ਤਿਊੜੀ ਪਈ ਰਹੀ, ਮੂੰਹ ਅੱਖ ਨੱਕ ਕੰਨ ਵਿੱਚੋਂ ਸਿਰਫ ਅੱਗ ਹੀ ਨਿਕਲਦੀ ਰਹੀ, ਫਾਇਦਾ ਕੀ? ਮਹਾਰਾਜ ਕਹਿੰਦੇ ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਨਿਮਰਤਾ ਵਿੱਚ ਰੱਖ। ਫਿਰ ਮਹਾਰਾਜ ਕਹਿੰਦੇ ਨੇ ਭਾਓ ਕਰਮ ਕਰ ਜਮਸੀ, ਤੇਰਾ ਪ੍ਰੇਮ ਅਤੇ ਉਹਦੀ ਬਖਸ਼ਿਸ਼, ਇਹਦੇ ਵਿੱਚੋਂ ਫਿਰ ਇੱਕ ਖੇਤ ਜੰਮੇਗਾ। ਭਾਓ ਕਰਮ ਕਰ ਜਮਸੀ, ਸੇ ਘਰ ਭਾਗਟ ਦੇਖ। ਪਿਆਰਿਆ ਉਹ ਘਰ ਅਮੀਰ ਹੈ, ਉਹ ਭਾਗਾਂ ਵਾਲਾ ਹੈ, ਜਿਹੜਾ ਇਸ ਤਰ੍ਹਾਂ ਦੀ ਬਾਹਰ ਦੀ ਖੇਤੀ ਨਾਲ ਸਪਿਰਚੁਅਲ ਰੂਹਾਨੀ ਖੇਤੀ ਵੀ ਕਰਦਾ। ਅਤੇ ਮਹਾਰਾਜ ਇਹ ਇਕੱਲੀ ਦੌਲਤ ਨਾਮ ਤੋਂ ਬਿਨਾਂ, ਬਾਬਾ ਜੀ ਨੇ ਕਿਹਾ ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਇਆ ਵਿਰਲਾ ਬੁੱਝੈ ਕੋਈ ਰਹਾਓ। ਅਗਲੀ ਤੁਕ ਧਿਆਨ ਨਾਲ ਸੁਣਿਓ ਜੀ, ਦੁਕਾਨਦਾਰ ਦੁਕਾਨਦਾਰੀ ਕਿਵੇਂ ਕਰੇ? ਮਹਾਰਾਜ ਕਹਿੰਦੇ ਹਾਣ ਹੱਟ ਕਰ ਆਰਜਾ, ਹਾਣ ਹੱਟ ਕਰ ਆਰਜਾ,
ਇਹ ਤਿੰਨ ਸ਼ਬਦ ਸੁਣਿਓ। ਹੱਟ ਦਾ ਅਰਥ ਹੋ ਗਿਆ ਹੱਟੀ, ਹਾਣ ਦਾ ਵੈਸੇ ਲਫਜ਼ੀ ਅਰਥ ਹੈ ਘਾਟਾ, ਆਰਜਾ ਦਾ ਅਰਥ ਉਮਰ। ਇਹਦੇ ਅਰਥ ਇਉਂ ਕਰੀਏ ਵੀ ਜਿੱਦਣ ਦਾ ਤੂੰ ਜੰਮਿਆ ਉਦਣ ਦੀ ਤੇਰੀ ਉਮਰ ਘੱਟਦੀ ਪਈ ਹੈ। ਉਸ ਦਿਨ ਵੀ ਸ਼ਬਦ ਆਇਆ ਸੀ ਮਹਾਰਾਜ ਜੀ ਦਾ, ਜਿੱਦਣ ਆਇਆ ਸੀ ਜਬ ਲਗ ਤੇਲ ਦੀਵੈ ਮੁੱਖ ਬਾਤੀ, ਉਦਣ ਅਰਜ਼ ਕੀਤੀ ਸੀ ਜਿਹੜੀ ਤੇਰੇ ਸਵਾਸ ਘੱਟਦੇ ਪਏ ਨੇ ਇਸ ਉਮਰ ਨੂੰ ਦੁਕਾਨ ਬਣਾ ਲੈ, ਹੱਟੀ ਬਣਾ ਲੈ, ਹਾਣ ਹੱਟ ਕਰ ਵਾਰ ਆਰ ਜਾ, ਸੱਚ ਨਾਮ ਕਰ ਵੱਥ, ਇਸ ਘੱਟਦੀ ਕੋਈ ਉਮਰ ਦੀ ਖੱਟੀ ਵਿੱਚ ਸਤਨਾਮ ਵਾਹਿਗੁਰੂ ਜੀ ਦੀ ਰਸਤ ਪਾ ਲੈ, ਇਹ ਸੌਦਾ ਪਾ ਆਪਣੀ ਇਸ ਦੁਕਾਨ 'ਚ, ਉਮਰ ਦੀ ਦੁਕਾਨ ਵਿੱਚ ਨਾਮ ਦਾ ਸੌਦਾ ਪਾ। ਅਤੇ ਅਗਲਾ ਬਚਨ, ਸੁਰਤ ਸੋਚ ਕਰ ਭਾਂਡ ਸਾਲ, ਬੜੇ ਪੁਰਾਣੇ ਸ਼ਬਦ ਨੇ ਜੀ, ਜਿਹੜੇ ਪੁਰਾਣੇ ਸਮੇਂ ਕਰਿਆਨੇ ਵਾਲੇ ਹੁੰਦੇ ਸਨ, ਅੱਜ ਵੀ ਕਿਤੇ ਮਿਲਦੇ ਨੇ, ਉਹ ਕਈਆਂ ਪਹਿਲਾਂ ਮਿੱਟੀ ਦੇ ਭਾਂਡੇ ਰੱਖੇ ਹੁੰਦੇ ਸਨ, ਕਿਸੇ 'ਚ ਗੁੜ ਪਾਇਆ, ਕਿਸੇ ਲੂਣ ਪਾਇਆ, ਸ਼ੱਕਰ ਪਾਈ, ਦਾਣੇ ਪਾਏ, ਦਾਲ ਪਾਈ, ਫਿਰ ਸਮਾਂ ਆਇਆ ਪੀਪਿਆਂ 'ਚ ਲੋਕ ਰੱਖਣ ਲੱਗ ਪਏ। ਹਾਂਜੀ, ਉੱਥੇ ਮਹਾਰਾਜ ਕਹਿੰਦੇ ਸੁਰਤ ਸੋਚ ਕਰ ਭਾਂਡ ਸਾਲ, ਦੁਕਾਨ ਬਣਾ ਤੂੰ ਘੱਟਦੀ ਕੋਈ ਉਮਰ ਨੂੰ, ਅਤੇ ਜਿਹੜੀ ਰੱਬ ਨੇ ਤੈਨੂੰ ਸੁਰਤ ਦਿੱਤੀ ਹੈ, ਸੁਰਤ ਨੂੰ ਭਾਂਡਾ ਬਣਾ ਹੋਏ, ਇਸ ਸੁਰਤ ਦੇ ਭਾਂਡੇ ਵਿੱਚ ਵਾਹਿਗੁਰੂ ਜੀ ਦਾ ਨਾਮ ਪਾ ਦੇ। ਹਾਣ ਹੱਟ ਕਰ ਆਰ ਜਾ, ਮਹਾਰਾਜ ਕਹਿੰਦੇ ਸੱਚ ਨਾਮ ਕਰ ਵੱਥ, ਸੁਰਤ ਸੋਚ ਕਰ ਭਾਂਡ ਸਾਲ, ਤਿਸ ਵਿੱਚ ਤਿਸ ਨੂੰ ਰੱਖ। ਫਿਰ ਸੁਣਿਓ, ਤਿਸ ਵਿੱਚ ਤਿਸ ਨੂੰ, ਇਸ ਭਾਂਡ ਸਾਲ ਵਿੱਚ ਤਿਸ ਨੂੰ, ਜਿਹੜੀ ਸੱਤ ਵੱਥ ਗਿਆ, ਆਪਣੀ ਸੁਰਤ ਦੇ ਭਾਂਡੇ ਵਿੱਚ ਵਾਹਿਗੁਰੂ ਜੀ ਦਾ ਨਾਮ ਟਿਕਾ ਦੇ। ਫਿਰ ਅਗਲੀ ਬੇਨਤੀ ਧਿਆਨ, ਕਿੱਡੇ ਕਮਾਲ ਦੀ ਬਖਸ਼ਿਸ਼ ਕੀਤੀ ਸਤਿਗੁਰਾਂ ਨੇ, ਸੁਰਤ ਸੋਚ ਕਰ ਭਾਂਡ ਸਾਲ, ਤਿਸ ਵੀ ਤਿਸ ਨੂੰ ਰੱਖ, ਬਣ ਜਾ ਰਿਹਾ ਸੋ ਵਣਜ ਕਰ, ਲੈ ਲਾਹਾਂ ਮਣ ਹੱਸ। ਤੁਸੀਂ ਦੇਖੋ ਹੱਟੀ 'ਤੇ ਬੈਠਾ ਬੰਦਾ, ਥੋੜ੍ਹੀ ਜਿਹੀ ਗੱਦੀ ਹੈ ਨਾ ਜੀ, ਮੈਂ ਕਹਿੰਦਾ ਉਹਦੀ ਕਮਾਈ ਨੂੰ ਨਮਸਕਾਰ, ਬੰਦਾ ਕਾਹਲਾ ਪੈ ਜਾਂਦਾ ਜੀ, ਸਾਰਾ ਦਿਨ ਉਸ ਗੱਦੀ 'ਤੇ ਬੈਠਾ ਰਹਿੰਦਾ, ਆ ਦਸ ਦਸ ਘੰਟੇ ਗੱਦੀ 'ਤੇ ਬੈਠਾ। ਜਿਹੜਾ ਬੰਦਾ ਲੰਘਦਾ ਗਲੀ 'ਚੋਂ, ਜੋ ਮਰਜ਼ੀ ਕਹੋ, ਉਹਦੀ ਨਜ਼ਰ ਤਾਂ ਜਾਂਦੀ, ਸ਼ਾਇਦ ਮੇਰਾ ਗ੍ਰਾਹਕ ਹੀ ਹੋਵੇ, ਖੌਰੇ ਮੇਰੀ ਦੁਕਾਨ 'ਤੇ ਕੋਈ ਖਰੀਦਣ ਆਇਆ ਹੋਵੇ। ਅਤੇ ਜੇਕਰ ਲੰਘਦਾ ਹੋਇਆ ਬੰਦਾ ਉਹਦੀ ਦੁਕਾਨ ਤੋਂ ਕੁਝ ਖਰੀਦ ਲਏ ਅਤੇ ਚੰਗਾ ਸਮਾਨ ਖਰੀਦੇ, ਉਸ ਬੰਦੇ ਜਿਉਂ ਜਿਉਂ ਤੋਲਦਾ ਤਿਉਂ ਤਿਉਂ ਉਹਦੇ ਚਿਹਰੇ 'ਤੇ ਰੌਣਕ ਦੇਖਿਓ ਵੇਚਣ ਵਾਲੇ ਦੇ। ਮਹਾਰਾਜ ਕਹਿੰਦੇ ਗੁਰਮੁਖਾਂ, ਘੱਟਦੀ ਉਮਰ ਨੂੰ ਦੁਕਾਨ ਬਣਾ, ਸੁਰਤ ਦੇ ਭਾਂਡੇ ਵਿੱਚ ਨਾਮ ਦੀ ਵਸਤੂ ਪਾ, ਦੇਖ ਸਾਰਾ ਦਿਨ ਬੜੀ ਦੁਨੀਆ ਤੁਰੀ ਜਾਂਦੀ ਏ, ਜੇ ਕਿਤੇ ਨਾ ਲੰਘਦੇ ਕਾਫਲੇ ਵਿੱਚੋਂ ਬੰਦਗੀ ਕਰਨ ਵਾਲਾ ਕੋਈ ਵਣਜਾਰਾ ਮਿਲ ਜਾਏ ਨਾ, ਉਹਨੂੰ ਮਿਲ ਕੇ ਗੁਰੂ ਦੀ ਸਾਂਝ ਪਾਈ ਅਤੇ ਇੰਨੀ ਖੁਸ਼ੀ ਹੋਵੇਗੀ ਜਿੰਨੇ ਦੁਕਾਨਦਾਰ ਨੂੰ ਸੌਦਾ ਵੇਚ ਕੇ ਹੁੰਦੀ ਹੈ। ਹਾਣ ਹੱਟ ਕਰ ਆਰ ਜਾ, ਸੱਚ ਨਾਮ ਕਰ ਵੱਥ, ਸੁਰਤ ਸੋਚ ਕਲ ਭਾਂਡ ਸਾਲ, ਤਿਸ ਵਿੱਚ ਤਿਸ ਨੂੰ ਰੱਖ, ਵਣ ਜਾ ਰਿਹਾ ਸੋ ਵਣਜ ਕਰ, ਲੈ ਲਾਹਾ ਮਣ ਹੱਸ। ਪਿਆਰਿਆ, ਇਹੋ ਜਿਹਾ ਗਾਹਕ ਆ ਜਾਣ ਅਤੇ ਇਹੋ ਜਿਹੀ ਦੁਕਾਨ ਤੇਰੀ ਹੋ ਜਾਏ, ਸੋਗ ਨਹੀਂ ਹੋਵੇਗਾ, ਖੁਸ਼ ਹੋਵੇਗਾ। ਪਹਿਲਾਂ ਆ ਗਈ ਕਿਰਸਾਣੀ, ਮੈਨੂੰ ਪਤਾ ਹੈ ਇਹ ਸਾਖੀ ਅਸਲ 'ਚ ਮਹਾਰਾਜ ਜੀ ਜਦੋਂ ਨਹੀਂ ਸਨ, ਅਜੇ ਆਪਣੇ ਆਪ ਵਿੱਚ ਰਹਿੰਦੇ ਸਨ, ਸਾਖੀਆਂ ਵਾਲਾ ਕਿਹਾ ਵੀ ਬਾਬਾ ਕਾਲੂ ਜੀ ਨੂੰ, ਮਾਤਾ ਜੀ ਨੂੰ ਸੰਬੋਧਨ ਕੀਤਾ, ਪਰ ਸ਼ਬਦ ਜਿਹੜਾ ਉਹ ਸਦੀਵ ਕਰ ਰਹਿੰਦਾ ਹੁੰਦਾ, ਪ੍ਰਥਾਏ ਸ਼ਬਦ ਵੀ ਸਦਾ ਰਹਿਣਾ। ਹੁਣ ਤੀਜਾ ਆ ਗਿਆ ਜੀ ਵਪਾਰੀ, ਅੱਜ ਕੱਲ੍ਹ ਚਲੋ ਗੱਡੀਆਂ ਹੋ ਗਈਆਂ, ਉਦੋਂ ਘੋੜੀਆਂ ਗੱਡੀਆਂ 'ਤੇ ਜਾਂਦੇ ਸਨ। ਮਹਾਰਾਜ ਜੀ ਨੇ ਕਿਹਾ ਸੁਣ ਸ਼ਾਸਤ, ਸੌਦਾਗਰੀ ਸੱਤ ਘੋੜੇ ਲੈ ਚੱਲ। ਫਿਰ ਸੁਣਿਓ, ਤੂੰ ਵਪਾਰ ਕਰਨ ਚੱਲਿਆ, ਸੁਣ ਸ਼ਾਸਤ, ਸੌਦਾਗਰੀ, ਸ਼ਾਸਤ ਦਰ ਅਤੇ ਸ਼ਾਸਤਰ, ਇਹਦਾ ਅਰਥ ਹੈ ਧਰਮ ਦੀਆਂ ਪੋਥੀਆਂ। ਉਹ ਭਲੇ ਸੱਜਣਾ, ਤੂੰ ਧਰਮ ਦੀ ਪੋਥੀ ਨੂੰ ਸੁਣ, ਤੂੰ ਰੂਹਾਨੀ ਪੋਥੀ ਨੂੰ ਸੁਣ, ਇਹਦੀ ਸੌਦਾਗਰੀ ਕਰ ਵੇ, ਇਹਦਾ ਵਪਾਰ ਕਰ, ਸੱਤ ਘੋੜੇ ਲੈ ਚੱਲ। ਪੁਰਾਣੇ ਸਮੇਂ ਘੋੜੇ 'ਤੇ ਚੜ੍ਹ ਕੇ ਵਪਾਰ ਕਰਦੇ ਸਨ, ਤੂੰ ਸੱਚ ਨੂੰ ਉੱਚੇ ਆਚਰਨ ਦੇ ਘੋੜੇ 'ਤੇ ਸਵਾਰੀ ਕਰ, ਜੇ ਨਾਮ ਧਨ ਇਕੱਠਾ ਕਰਨਾ। ਸੁਣ ਸ਼ਾਸ ਸੌਦਾਗਰੀ, ਸੱਤ ਘੋੜੇ ਲੈ ਚੱਲ, ਖਰਚ ਬੰਨ ਚੰਗਿਆਈਆਂ, ਆਪਣੇ ਪੱਲੇ ਜਿੰਨੀਆਂ ਨੇਕੀਆਂ ਬੰਨ ਹੈਗਾ ਨਾ, ਚੰਗਿਆਈਆਂ ਬੰਨੇਗਾ, ਇਹ ਰੂਹਾਨੀਅਤ ਦੇ ਵਪਾਰ ਵਾਸਤੇ ਕੰਮ ਆਉਣਗੀਆਂ।
ਖਰਚ ਬਣ ਚੁੰਗਿਆਈਆਂ ਮਤ ਮਨ ਜਾਣਿਆ ਕੱਲ੍ਹ। ਇਹ ਨਾ ਕਹੀਂ ਵੀ ਆਪਾਂ ਕੱਲ੍ਹ ਨੂੰ ਸ਼ੁਰੂ ਕਰਾਂਗੇ, ਕਹਿੰਦੇ ਕੱਲ੍ਹ ਕਾਲ ਬਣ ਜਾਂਦਾ, ਕੱਲ੍ਹ ਮੌਤ ਬਣ ਜਾਂਦੀ ਹੈ। ਕੱਲ੍ਹ ਤਾਂ ਅੱਜ ਤੀਕਣਾ ਕਿਸੇ ਕੋਲ ਆਇਆ ਹੀ ਨਹੀਂ, ਸੱਚੀ ਨਹੀਂ ਆਇਆ ਜੀ। ਇਹ ਦਾਸ ਕਈ ਵਾਰੀ ਬੇਨਤੀ ਕਰਦਾ, ਕੱਲ੍ਹ ਸ਼ਬਦ ਅਸੀਂ ਪੰਜਾਬੀ 'ਚ ਵੀ ਅਤੇ ਹਿੰਦੀ 'ਚ ਵੀ ਕਹਿ ਲਓ, ਇਹ ਭੂਤਕਾਲ ਲਈ ਅਤੇ ਭਵਿੱਖ ਲਈ ਵਰਤਦੇ ਹਾਂ ਕੱਲ੍ਹ ਜੀ ਅਕਸਰ। ਫਿਰ ਬੇਨਤੀ ਪਾਸਟ ਅਤੇ ਫਿਊਚਰ ਵਾਸਤੇ ਕੱਲ੍ਹ ਵਰਤਦੇ ਹਾਂ, ਆਪਾਂ ਕਹਿੰਦੇ ਹਾਂ ਕੱਲ੍ਹ ਦੀ ਅਜੇ ਗੱਲ ਸੀ, ਕੱਲ੍ਹ ਆਹ ਕੰਮ ਕੀਤਾ, ਕੱਲ੍ਹ ਮੈਨੂੰ ਮਿਲ ਕੇ ਗਿਆ, ਇਹਦਾ ਮਤਲਬ ਬੀਤਿਆ। ਫਿਰ ਕਹਿੰਦੇ ਹਾਂ ਆਹ ਕੱਲ੍ਹ ਨੂੰ ਕਰਾਂਗੇ, ਇਹ ਫਿਊਚਰ। ਇੱਕ ਲਫ਼ਜ਼ ਦੋ ਕਾਲਾਂ ਵਾਸਤੇ ਕਿਉਂ? ਲਫ਼ਜ਼ ਕੱਲ੍ਹ ਹੈ, ਬੀਤੇ ਲਈ ਵੀ ਕੱਲ੍ਹ ਅਤੇ ਭਵਿੱਖ ਲਈ ਵੀ ਕੱਲ੍ਹ। ਹਾਂ ਇਹ ਬਿਲਕੁਲ ਸੱਚ ਹੈ, ਬੀਤਾ ਹੋਇਆ ਕੱਲ੍ਹ ਕਦੀ ਆਇਆ ਨਹੀਂ, ਅਤੇ ਆਉਣ ਵਾਲਾ ਕੱਲ੍ਹ ਵੀ ਕਿਸੇ ਕੋਲ ਨਹੀਂ ਆਇਆ। ਜਿੱਦਣ ਆਇਆ ਅੱਜ ਹੀ ਬਣ ਕੇ ਆਇਆ, ਕੱਲ੍ਹ ਤੋਂ ਹੀ ਕਾਲ ਬਣਦਾ। ਲੰਘ ਗਏ ਨੇ ਆਉਣਾ ਨਹੀਂ, ਆਉਣ ਵਾਲੇ ਨੇ ਕੱਲ੍ਹ ਨਹੀਂ ਰਹਿਣਾ, ਅੱਜ ਹੀ ਬਣਨਾ। ਪਿਆਰਿਓ ਨਾ ਬੀਤਿਆ ਆਇਆ ਨਾ ਆਉਣ ਵਾਲਾ ਆਇਆ। ਮਹਾਰਾਜ ਕਹਿੰਦੇ ਕੱਲ੍ਹ ਕਾਲ ਬਣ ਜਾਂਦਾ, ਇਹ ਮੌਤ ਬਣ ਜਾਏਗਾ, ਤੂੰ ਅੱਜ ਹੀ ਕਰ। ਮੈਂ ਤਾਂ ਫਿਰ ਬੇਨਤੀ ਕਰਾਂਗਾ, ਗੁਰੂ ਜੀ ਕਹਿੰਦੇ ਹੁਣ ਹੀ ਕਰ, ਜੇ ਹੁਣ ਸਮਝ ਪੈ ਗਈ। ਕਈ ਵਾਰੀ ਕਹਿੰਦੇ ਜੀ ਮੈਂ ਕੱਲ੍ਹ ਤੋਂ ਨਾਮ ਜਾ, ਮੈਂ ਕਹਿੰਦਾ ਜਦੋਂ ਕੱਲ੍ਹ ਤੋਂ ਕਹਿ ਰਿਹਾ ਇਹ ਮਨ ਨੂੰ ਫਿਰ ਸਮਾਂ ਦੇ ਰਿਹਾ, ਤੂੰ ਭੱਜ ਲੈ। ਜੇ ਮਨ ਬਣ ਹੀ ਗਿਆ ਦਰਬਾਰ ਸਾਹਿਬ ਆਏ ਹਾਂ, ਗੁਰਮੁਖੋ ਖਲੋ ਬਹਿ ਕੇ ਪ੍ਰਕਰਮਾਂ 'ਚ ਹੁਣੇ ਸ਼ੁਰੂ ਕਰ ਦਈਏ। ਗੁਰੂ ਗੁਰੂ ਮਹਾਰਾਜ ਜੀ ਨੇ ਸ਼ਬਦ ਵਰਤਿਆ, ਕਬੀਰ ਸਾਹਿਬ ਦਾ ਵਚਨ ਹੈ, ਕਬੀਰ ਕਾਲ ਕਰੰਤਾ ਅਭੈ ਕਰ, ਅਭ ਕਰਤਾ ਸੁਇਤਾਲ, ਪਾਛੇ ਕਛੂ ਨਾ ਹੋਏਗੋ ਜੋ ਸਰ ਪਰ ਆਵੈ ਕਾਲ। ਪਿਆਰਿਆ ਅੱਜ ਸ਼ੁਰੂ ਕਰ, ਹੁਣੇ ਸ਼ੁਰੂ ਕਰ। ਮਹਾਰਾਜ ਨੇ ਫਿਰ ਸੁਣਿਓ, ਸੁਣ ਸਾਸ ਸੌਦਾਗਰੀ, ਸਤ ਘੋੜੇ ਲੈ ਚੱਲ, ਖਰਚ ਬਣ ਚੰਗਿਆਈਆਂ ਮਤ ਮਨ ਜਾਣੈ ਕੱਲ, ਨਿਰੰਕਾਰ ਕੇ ਦੇਸ਼ ਜਾਹੇ। ਮਹਾਰਾਜ ਕਹਿੰਦੇ ਤਾਂ ਸੁਖ ਲੈ ਮਹਾਲ, ਜੇ ਤੂੰ ਇਹ ਵਪਾਰ ਕਰੇਗਾ ਨਾ, ਇੱਕ ਦਿਨ ਵਾਹਿਗੁਰੂ ਜੀ ਦੇ ਘਰ 'ਚ ਚਲਾ ਜਾਏਗਾ, ਤੇਰਾ ਟਿਕਾਣਾ ਬਣ ਜਾਏਗਾ। ਫਿਰ ਬੇਨਤੀ ਇਹ ਹੈ, ਧਨਵੰਤ ਬੰਦੇ ਜਿਹਨੂੰ ਮਹਾਰਾਜ ਨੇ ਅੱਜ ਕਿਹਾ ਸੇ ਧਨਵੰਤ ਹਰਨਾਮ ਲਿਵਲਾਏ, ਕਿਰਸਾਨ ਧਨਵੰਤ। ਮੇਰੀ ਬੇਨਤੀ ਹੈ, ਦੁਕਾਨਦਾਰ ਧਨਵੰਤ, ਵਪਾਰੀ ਧਨਵੰਤ। ਹੁਣ ਚੌਥੀ ਆ ਗਈ ਚਾਕਰੀ। ਗੁਰੂ ਸਾਹਿਬ ਨੇ ਫਰਮਾਇਆ ਲਾਏ ਚਿੱਤ ਕਰ ਚਾਕਰੀ, ਮਨ ਨਾਮ ਕਰ ਕੰਮ। ਫਿਰ ਇਸ ਤੁਕ ਨੂੰ ਸੁਣਿਓ ਜੀ, ਚਿੱਤ ਲਾ ਕੇ ਚਾਕਰੀ ਕਰ। ਪਿਆਰਿਓ ਸੱਚੀ, ਜਿਹੜਾ ਬੰਦਾ ਚਿੱਤ ਲਾ ਕੇ ਨੌਕਰੀ ਕਰਦਾ ਹੈ ਨਾ, ਉਂਝ ਵੈਸੇ ਮੈਂ ਇੱਕ ਬੇਨਤੀ ਕਰਾਂ, ਅਸੀਂ ਸਾਰੇ ਸੇ ਹੁਣ ਲਾਈਵ ਚੱਲ ਰਹੇ ਹਾਂ ਨਾ ਜੀ, ਅਤੇ ਮੇਰੇ ਮਨ 'ਚ ਇੱਕ ਦਿਨ ਆਇਆ ਕਿ ਆਪਾਂ ਸਾਰਾ ਕਹਿੰਦੇ ਵੇਖ ਕੇ ਕਰੀਓ, ਲਾਈਵ ਚੱਲਦਾ ਵੀ ਬਾਹਰ ਦਾ ਕੈਮਰਾ ਕੱਚ ਵਾਲਾ ਲਾਈਵ ਚੱਲੇ ਬੰਦਾ ਡਰਦਾ, ਅਤੇ ਰੱਬ ਤਾਂ ਉਦਣ ਦਾ ਹੀ ਲਾਈਵ ਚੱਲਦਾ ਪਿਆ ਜਿੱਦਣ ਮਾਂ ਦੇ ਕੁੱਖ 'ਚ ਅਸੀਂ ਸਰੀਰ ਧਾਰਨ ਕੀਤਾ, ਮਰਦੇ ਦਮ ਤੱਕ ਇਹਨੇ ਲਾਈਵ ਹੀ ਚੱਲਣਾ ਅੰਦਰ। ਇਸ ਕੈਮਰੇ ਤੋਂ ਬੰਦਾ ਲਾਈਵ ਤੋਂ ਡਰਦਾ, ਅੰਦਰ ਵਾਲੇ ਲਾਈਵ ਨੂੰ ਨਹੀਂ ਸਮਝਦਾ ਪਿਆ। ਉਹ ਤਾਂ ਹਰ ਵਕਤ ਦੇਖਦਾ ਪਿਆ, ਸਦ ਸੁਣਦਾ, ਸਦ ਵੇਖਦਾ, ਸ਼ਬਦ ਰਿਹਾ ਭਰਪੂਰ। ਜੇ ਬੰਦਾ ਨੌਕਰੀ ਕਿਸੇ ਵੀ ਖਿੱਤੇ 'ਚ ਇਮਾਨਦਾਰੀ ਨਾਲ ਆਪਣੀ ਨੌਕਰੀ ਕਰੀ ਜਾਏ, ਮੇਰੀ ਫਿਰ ਬੇਨਤੀ, ਜਿਹੜਾ ਬੰਦਾ ਗੁਰੂ ਦਰ 'ਤੇ ਵੀ ਆਪਾਂ ਆਏ ਹਾਂ, ਨੌਕਰੀ ਆਪਾਂ ਕਰਨੀ, ਕਿੱਡਾ ਵੱਡਾ ਹਰ ਇਹ ਪਰਮਾਤਮਾ ਨੇ ਗੁਰੂ ਸਾਹਿਬ ਜੀ ਕਿਰਪਾ ਕੀਤੀ, ਤੁਸੀਂ ਇਕੱਲਾ ਰੂਹਾਨੀ ਦਾਤ ਨਹੀਂ ਦਿੱਤੀ, ਤੇਰੇ ਨਾਮ 'ਤੇ ਪਤਾ ਨਹੀਂ ਕਿੰਨਿਆਂ ਕੁ ਜੀਵਾਂ ਦੀ ਰੋਟੀ ਚੱਲਦੀ ਪਈ ਹੈ ਦੁਨਿਆਵੀ ਤੌਰ 'ਤੇ। ਅਸੀਂ ਚੈਰਾਗੀ ਹਾਂ, ਪ੍ਰਚਾਰਕ ਹਾਂ, ਪ੍ਰਬੰਧਕ ਨੇ, ਅੱਗੇ ਕਰਮਚਾਰੀ ਨੇ, ਇਹ ਸਭ ਗੁਰੂ ਜੀ ਕਰਕੇ ਹੈ ਨਾ। ਅਤੇ ਮਹਾਰਾਜ ਕਹਿੰਦੇ ਇੱਕ ਕੰਮ ਕਰੋ, ਇਹ ਚਿੱਤ ਲਾ ਕੇ ਚਾਕਰੀ ਕਰੋ, ਅਤੇ ਮਾਲਕ ਫਿਰ ਇੰਨਾ ਕੁ ਖੁਸ਼ ਹੋ ਜਾਂਦਾ, ਕਈ ਵਾਰੀ ਤਨਖਾਹ ਤੋਂ ਵੱਧ ਵੀ ਝੋਲੀ ਭਰ ਦਿੰਦਾ। ਮਹਾਰਾਜ ਨੇ ਕਿਹਾ ਚਾਕਰ ਲੱਗੇ ਚਾਕਰੀ, ਜੇ ਚੱਲੇ ਖਸਮੈ ਭਾਏ, ਹੁਰਮਤ ਤਿਸ ਨੂੰ ਅਗਲੀ ਉਹ ਵਜੋ ਪੇ ਦੂਣਾ ਖਾਏ, ਜਿੰਨਾ ਤੇਰਾ ਵਜ਼ੀਫਾ ਉਦੋਂ ਵੱਧ ਮਿਲੇਗਾ। ਚਿੱਤ ਲਾ ਕੇ ਕਰੀ, ਗੁਰੂ ਸਾਹਿਬ ਕਹਿੰਦੇ ਲਾਏ ਚਿੱਤ ਕਰ ਚਾਕਰੀ, ਮਨ ਨਾਮ ਕਰ ਕੰਮ। ਮਨ ਇੱਥੇ ਫਿਰ ਧਿਆਨ ਨਾਲ ਸੁਣਿਓ, ਇੱਥੇ ਇੱਕ ਸ਼ਬਦ ਹੈ ਮਨ, ਆ ਜਿਹੜਾ ਮਨ ਕਹਿੰਦੇ ਆਪਾਂ, ਇਹ ਮਨ ਮੇਰਿਆ, ਇੱਥੇ ਮਨ ਨਾਮ ਕਰ ਕੰਮ, ਨਾਮ ਨੂੰ ਆਪਣੇ ਹਿਰਦੇ ਵਿੱਚ ਮਨ ਲੈ, ਬਸ ਆਹ ਹੀ ਚਾਕਰੀ ਕਰ। ਲਾਏ ਚਿੱਤ ਕਰ ਚਾਕਰੀ, ਮਨ ਨਾਮ ਕਰ ਕੰਮ, ਬਨ ਬਦੀਆਂ
ਕਰ ਧਾਮਣੀ ਸੁਣਿਓ, ਬਨ ਬਦੀਆਂ ਜਿਹੜੀਆਂ ਆਹ ਬਦੀਆਂ ਨੇ ਨਾ, ਆਹ ਵਾਸ਼ਨਾਵਾਂ ਨੇ, ਮਾੜੇ ਕਰਮ ਨੇ, ਇਹਨਾਂ ਨੂੰ ਬੰਨ ਲੈ। ਜੇ ਤੂੰ ਬਦੀਆਂ ਵਾਲੀ ਬਿਰਤੀ ਨੂੰ ਬੰਨ ਲਿਆ, ਧਾਮਣੀ ਦਾ ਅਰਥ ਇਹ ਤੇਰੀ ਕੰਮ ਦੀ ਦੌੜ ਭੱਜ ਹੋ ਜਾਏਗੀ। ਜਿਵੇਂ ਬੰਦਾ ਨੌਕਰ ਭੱਜ ਭੱਜ ਕੇ ਕੰਮ ਨਹੀਂ ਕਰਦਾ। ਮਹਾਰਾਜ ਕਹਿੰਦੇ ਆਪਣੀਆਂ ਬਦੀਆਂ ਨੂੰ ਬੰਨ ਲਾ ਹੋਏ, ਇਹ ਦੌੜ ਭੱਜੀ ਤੇਰੀ ਨੌਕਰੀ ਦੀ। ਬੰਨ ਬਦੀਆਂ ਕਰ ਧਾਮਣੀ, ਤਾਂ ਕੋ ਆਖੇ ਧੰਨ, ਨਾਨਕ ਵੇਖੈ ਨਦਰ ਕਰ ਚੜ੍ਹੈ ਚਵੱਗਣ। ਬੰਨ ਪਿਆਰਿਓ, ਅੱਜ ਸਤਿਗੁਰਾਂ ਨੇ ਕਿਹਾ ਧਨਵੰਤ ਉਹ ਨੇ ਜਿਹਨਾਂ ਨਾਮ 'ਚ ਲਿਵ ਲਾਈ। ਹਜ਼ੂਰ ਸੱਚੇ ਪਾਤਸ਼ਾਹ ਰਹਾਉ ਦੀਆਂ ਤੁਕਾਂ 'ਚ ਪਹਿਲੀਆਂ ਤੁਕਾਂ ਸਨ ਜੀ, ਇਹ ਧਨ ਅਖੁੱਟ ਨਾਨ ਖੁੱਟੈ ਨਾ ਜਾਏ। ਪਿਆਰਿਓ, ਗੁਰੂ ਰਾਮਦਾਸ ਸੱਚੇ ਪਿਤਾ ਤਾਂ ਕਹਿੰਦੇ ਆ ਬਾਪ ਨੇ ਜ਼ਮੀਨ ਖਰੀਦੀ, ਪਲਾਟ ਲਿਆ, ਅਤੇ ਭਰਾ ਸਾਰੇ ਰੱਖ ਕੇ ਰੱਸੀਆਂ ਮਾਪਣ ਲੱਗ ਪੈਂਦੇ ਆ, ਆਹ ਫੁੱਟ ਤੇਰੇ ਵੱਲ ਵੱਧ ਗਿਆ। ਮਹਾਰਾਜ ਕਹਿੰਦੇ ਤੂੰ ਨਾਮ ਜਪ ਸਿਮਰਨ ਕਰ, ਤੇਰੇ ਅੰਦਰ ਦੀ ਬੰਦਗੀ ਤਾਂ ਸੱਕਾ ਭਰਾ ਵੀ ਨਹੀਂ ਬਣਾ ਸਕਦਾ। ਹਾਂ, ਤੂੰ ਤਰਸ ਕਰਕੇ ਕਿਸੇ ਨੂੰ ਨਾਮੇ ਦੇ ਕਣੀ ਕਰਦਾ। ਮਹਾਰਾਜ ਕਹਿੰਦੇ ਇਹ ਧਨ ਅਖੁੱਟ, ਗੁਰਮੁਖੋ ਜੋ ਆਪਾਂ ਸਿਮਰਨ ਕਰ ਰਹੇ ਹਾਂ ਜਾਂ ਸੰਗਤ 'ਚ ਬੈਠਦੇ ਹਾਂ, ਜਿੱਦਣ ਇਹ ਸਰੀਰ ਸੜੇਗਾ, ਅੱਗ ਸਾੜ ਦੇਗੀ, ਪਾਣੀ ਰੋੜ ਦੇਗਾ, ਮਿੱਟੀ ਇਹਨੂੰ ਖਾ ਜਾਏਗੀ, ਪਰ ਇਹ ਸਰੀਰ ਨੇ ਜਿਹੜਾ ਨਾਮ ਜਪਿਆ ਮੜੀਆਂ ਵਿੱਚ ਵੀ ਨਹੀਂ ਸੜਦਾ ਹੁੰਦਾ, ਉਹਨੂੰ ਪਾਣੀ ਵੀ ਨਹੀਂ ਗਲਦਾ ਹੁੰਦਾ। ਅਗਨ ਨਾ ਦਹੈ ਪਵਨ ਨਹੀਂ ਮਗਨ ਹੈ, ਭਗਤ ਕਬੀਰ ਸਾਹਿਬ ਜੀ ਮਹਾਰਾਜ, ਅੱਗ ਇਹਨੂੰ ਸਾੜਦੀ ਨਹੀਂ, ਹਵਾ ਇਹਨੂੰ ਉਡਾਉਂਦੀ ਨਹੀਂ, ਇਹ ਧਨ ਅਖੁੱਟ ਨਾਨ ਖੁੱਟੈ ਨਾ ਜਾਏ। ਅਗਨ ਨਾ ਦਹੈ ਪਵਨ ਨਹੀਂ ਮਗਨ ਹੈ, ਤਸਕਰ ਨੇਰ ਨਾ ਜਾਵੇ ਰਾਮ, ਤਸਕਰ ਨੇਰ ਨਾ ਆਵੇ ਰਾਮ ਨਾਮ ਧਨ ਕਰ ਸੰਚੌਨੀ, ਸੋ ਧਨ ਕਤ ਹੀ ਨਾ ਜਾਵੇ। ਹਮਰਾ ਧਨ ਮਾਧੋ ਗੋਬਿੰਦ ਧਰਨੀ ਧਰ, ਇਹ ਸਾਰ ਧਨ ਕਹੀਏ, ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨਾ ਲਈਏ। ਮਹਾਰਾਜ ਕਹਿੰਦੇ ਸੇ ਧਨਵੰਤ ਹਰ ਨਾਮ ਲਿਵ ਲਾਏ, ਉਹ ਅਮੀਰ ਨੇ ਜਿਨ੍ਹਾਂ ਨੇ ਨਾਮ ਧਨ ਵਿੱਚ ਆਪਣੀ ਲਿਵ ਲਾਈ ਹੈ। ਗੁਰ ਪੂਰਾ ਹਰ ਧਨ ਪਰਗਾਸਿਆ, ਪੂਰੇ ਗੁਰੂ ਜੀ ਨੇ ਬਖਸ਼ਿਸ਼ ਕੀਤੀ, ਨਾਮ ਧਨ ਪ੍ਰਗਟ ਕਰ ਦਿੱਤਾ। ਮਹਾਰਾਜ ਬਖਸ਼ਿਸ਼ ਕਰ ਰਿਹਾ, ਇਹ ਸਤਿਗੁਰਾਂ ਨੇ ਮਿਹਰ ਕੀਤੀ ਹੈ। ਹਰ ਕਿਰਪਾ ਤੇ ਵਸੈ ਮਨ ਆਈ, ਜਦੋਂ ਸਮਰੱਥ ਸਤਿਗੁਰੂ ਨੇ ਸੀਸ ਤੇ ਹੱਥ ਰੱਖਿਆ, ਸੱਚ ਗੁਣ ਦੈਵੀ ਗੁਣ ਸਨ ਅੰਦਰ ਪ੍ਰਗਟ ਹੋ ਗਿਆ। ਮਹਾਰਾਜ ਜੀ ਅਹਿਮਨਾਬਾਦ ਗਏ। ਮੈਂ ਸਿਰਫ ਇੱਕ ਨਿੱਕੀ ਜਿਹੀ ਗੱਲ ਕਹਿ ਕੇ, ਮਲਕ ਭਾਗੋ ਨੇ ਆਮੰਤ੍ਰਿਤ ਕੀਤਾ, ਸੱਦਾ ਪੱਤਰ ਦਿੱਤਾ, ਨਹੀਂ ਗਏ। ਇਤਿਹਾਸ ਵਿੱਚ ਕਿਤੇ ਨਹੀਂ ਆਉਂਦਾ ਭਾਈ ਲਾਲੋ ਨੇ ਕਿਹਾ ਮਹਾਰਾਜ ਜੀ ਚਰਨ ਪਾਇਓ, ਕੋਈ ਜਨਮ ਸਾਖੀ ਨਹੀਂ ਬੋਲਦੀ ਜੀ। ਮਹਾਰਾਜ ਸਿੱਧੀ ਉਹਦੇ ਘਰ ਗਏ ਸੱਚੇ ਪਾਤਸ਼ਾਹ, ਅਤੇ ਬੂਹਾ ਖੁੱਲ੍ਹਾ ਸੀ, ਅਤੇ ਸਤਿਗੁਰਾਂ ਨੇ ਆਵਾਜ਼ ਦਿੱਤੀ, ਲਾਲੋ ਉਂਝ ਮਹਿਮਾ ਪ੍ਰਕਾਸ਼ ਲਿਖਿਆ, ਲਾਲੋ ਸਾਧ ਬੜਾ ਸੰਤੋਖੀ, ਕਰ ਧਰਮ ਮਜੂਰੀ ਕਾਇਆ ਪੋਖੀ, ਤਿਰਿਆ ਉਸਕੀ ਬਹੁਤ ਸਿਆਂ ਜਾਨ, ਭਰਤਾ ਕੋ ਜਾਣੈ ਭਗਵਾਨ। ਕਹਿੰਦੇ ਦੋਨੋਂ, ਅੱਜ ਮੈਂ ਅੱਜ ਪੜ੍ਹ ਰਿਹਾ ਸਾਂ, ਉਹ ਭਾਈ ਲਾਲੋ ਜੀ ਦੀ ਘਰਵਾਲੀ ਦਾ ਨਾਮ ਸੀ ਮਾਈ ਭਾਗੋ, ਵਾਹਿਗੁਰੂ ਦੂਜੀ ਭਾਗੋ ਨਹੀਂ ਮਾਤਾ ਜੀ ਨੇ ਸਮੇਂ ਨਾਲ ਚਬਾਲ ਵਾਲੇ, ਭਾਈ ਲਾਲੋ ਜੀ ਦੇ ਘਰੋਂ ਵਿਦਵਾਨ ਪੁਰਸ਼ ਲਿਖਦੇ ਨੇ ਭਾਗੋ, ਅਤੇ ਨਿੱਕੀ ਜਿਹੀ ਬੱਚੀ ਬੇਟੀ ਇਹਨਾਂ ਦੀ ਵਿਹੜੇ 'ਚ ਖੇਡ ਰਹੀ ਸੀ, ਭਾਈ ਲਾਲੋ ਜੀ ਦੀ ਉਮਰ 28 ਸਾਲ ਦੀ ਸੀ ਜਦੋਂ ਮਹਾਰਾਜ ਜੀ ਗਏ ਆ। ਬੂਹਾ ਖੁੱਲ੍ਹਾ, ਸੱਚੇ ਪਾਤਸ਼ਾਹ ਅੰਦਰ ਚਲੇ ਗਏ ਭਾਈ ਮਰਦਾਨਾ ਜੀ ਨਾਲ, ਅਤੇ ਨਾਲ ਸ਼ਬਦ ਕਿਹਾ ਵੇ ਲਾਲੋ, ਕਿਉਂਕਿ ਸਤਿਗੁਰੂ ਨਾ ਵੇ ਸ਼ਬਦ ਬੜਾ ਵਰਤਦੇ ਸਨ, ਇਹ ਜਾਂ ਜਨਮ ਸਾਖੀਆਂ ਕਹਿੰਦੇ ਵੇ ਮਰਦਾਨਿਆਂ। ਜਦੋਂ ਮੈਂ ਪੜ੍ਹਨਾ ਮਹਾਰਾਜ, ਇੱਕ ਵਾਰੀ ਨਹੀਂ, ਦੋ ਵਾਰੀ ਨਹੀਂ, ਸੱਤ ਵਾਰੀ ਭਾਈ ਲਾਲੋ ਨੂੰ ਆਵਾਜ਼ ਮਾਰਦੇ ਆ, ਅਤੇ ਸੱਤੇ ਵਾਰੀ ਵੇ ਕਹਿੰਦੇ ਆ। ਜੈਸੇ ਮੈਂ ਆਵੇ ਖਸ, ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ, ਵੇ ਲਾਲੋ। ਵੇ ਲਬਦ ਬੜਾ ਪਿਆਰਾ ਪੰਜਾਬੀ 'ਚ ਵਰਤਿਆ ਜਾਂਦਾ। ਮਹਾਰਾਜ ਕਹਿੰਦੇ ਵੇ ਲਾਲੋ, ਘਰ ਏ ਕਿੱਲੇ ਘਰ ਰਹੇ ਸਨ, ਘਟੌੜਾ ਜਾ ਗੋਦ ਦੇ ਸਨ ਜੀ ਭਾਈ ਸਾਹਿਬ। ਮਹਾਰਾਜ ਜੀ ਅੰਦਰ ਚਲੇ ਗਏ, ਵੇਖਿਆ ਉੱਠ ਕੇ ਖੜਾ ਹੋ ਗਿਆ, ਨਿਮਰਤਾ ਸੀ ਨਾ, ਪਹਿਲਾਂ ਮਿਲੇ ਵੀ ਨਹੀਂ। ਕਹਿੰਦੇ ਨੇ ਜੀ ਲਾਲੋ ਕੀ ਕਰਨਾ ਹੈ,
ਜੀ ਕਿੱਲੇ ਘੜ ਰਹੇ ਹਾਂ, ਹੱਸ ਕੇ ਕਹਿੰਦੇ ਸਾਰੀ ਜ਼ਿੰਦਗੀ ਕਿੱਲੇ ਹੀ ਘੜੇਗਾ, ਮਨ ਨਹੀਂ ਘੜਨਾ, ਬਸ ਉੱਥੇ ਤੇਸਾ ਛੱਡ ਦਿੱਤਾ। ਅਤੇ ਮਹਾਰਾਜ ਜੀ ਨੂੰ ਕਹਿੰਦਾ ਆਪ ਜੀ ਕੌਣ, ਇੱਕ ਵਿਦਵਾਨ ਲਿਖਦਾ ਬੜੇ, ਕਹਿੰਦਾ ਜੀ ਅਸੀਂ ਮੁਸਾਫਰ ਹਾਂ। ਭਾਈ ਲਾਲੋ ਕਹਿੰਦਾ ਬਾਬਾ ਜੀ ਇਹ ਸਾਰੀ ਦੁਨੀਆ ਮੁਸਾਫਰ ਕਰਨਾ। ਸਤਿਗੁਰੂ ਕਹਿੰਦੇ ਤੇਰੇ ਵਰਗੇ ਮੁਸਾਫਰਾਂ ਨੂੰ ਹਮ ਸਫ਼ਰ ਬਣਾਉਣ ਵਾਸਤੇ ਆਇਆ ਹੈ ਮੁਸਾਫਰਖਾਨੇ। ਭਾਈ ਮਰਦਾਨਾ ਜੀ ਨੂੰ ਪੁੱਛਦਾ ਜੀ ਕੌਣ ਨੇ ਜੀ, ਉਹ ਕਹਿੰਦਾ ਧੰਨ ਗੁਰੂ ਨਾਨਕ ਸਾਹਿਬ ਜੀ ਨੇ। ਭਾਈ ਲਾਲੋ ਸਿਰ ਦੇ ਤੋਂ ਲੈ ਕੇ ਪੈਰ ਤੱਕ, ਪੈਰਾਂ ਦੇ ਗੁੱਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਚਰਨਾਰ ਛਿੜ ਗਈ, ਨਾਨਕ ਤਪਾ ਸੁਲਤਾਨਪੁਰ ਵਾਲੇ? ਕਹਿਣ ਲੱਗੇ ਜੀ ਹਾਂ ਉਹੀ ਨੇ। ਇੱਕੋ ਦਮ ਦੌੜ ਕੇ ਮੰਜੀ ਢਾਹ ਦਿੱਤੀ, ਹਜ਼ੂਰ ਨੂੰ ਬਿਠਾ ਦਿੱਤਾ। ਸਤਿਗੁਰੂ ਕਹਿੰਦੇ ਨੇ ਲਾਲੋ ਭੁੱਖ ਲੱਗੀ ਕੋਈ ਸਿਖਾਏਗਾ? ਪਹਿਲੀ ਵਾਰ ਕਿਹਾ ਜੀ ਉੱਥੇ। ਕਹਿੰਦੇ ਉਸ ਵਕਤ ਜੇ ਪੈਸੇ ਹੁੰਦੇ ਸਨ ਤਾਂ ਅਨਾਜ ਲਿਆਉਣਾ ਜਾਂ ਸਬਜ਼ੀ ਭਾਜੀ ਲਿਆਉਣੀ, ਮਹਿਮਾ ਪ੍ਰਕਾਸ਼ ਕਹਿੰਦਾ ਨਹੀਂ ਤਾਂ ਸਾਗ ਹੀ ਚੁਣ ਕੇ ਲਿਆਉਣਾ। ਮਹਾਰਾਜ ਜੀ ਨੂੰ ਨਿਮਰਤਾ 'ਚ ਬੈਰਾਗ 'ਚ ਆਇਆ, ਕਹਿੰਦਾ ਸਤਿਗੁਰੂ ਪ੍ਰਸ਼ਾਦਾ ਤਿਆਰ ਕਰ ਦਿੱਤਾ ਜੋ ਸੀ, ਚਲੋ ਅਸੀਂ ਕੋਈ ਬਾਜਰੇ ਕਹਿੰਦਾ, ਕੋਈ ਆਪਣੀ ਕੋਧਰੇ ਦੀ ਰੋਟੀ ਕਹਿੰਦਾ ਜੋ ਉਹਦੇ ਘਰ ਸੀਗੀ। ਕਹਿੰਦਾ ਜੀ ਮੈਂ ਚੌਂਕਾ ਬਣਾ ਦਿਆਂ, ਉਹਦੇ ਮਨ 'ਚ ਸੀ ਜੀ ਖੱਤਰੀ ਨੇ, ਚਲੋ ਫੁਰਨਾ ਸੀ ਨਾ, ਮੈਂ ਚੌਂਕਾ ਬਣਾਵਾਂ। ਹਜ਼ੂਰ ਨੇ ਕਿਹਾ ਲਾਲੋ ਉਹ ਗੁਰਮੁਖਾ ਸਾਰੀ ਧਰਤੀ ਸਾਡਾ ਚੌਂਕਾ ਹੈ, ਕਿਹੜੀ ਥਾਂ ਜਿੱਥੇ ਚੌਂਕਾ ਨਖੀ। ਇਤਿਹਾਸ ਕਹਿੰਦਾ ਭਾਈ ਮਰਦਾਨਾ ਜੀ ਪ੍ਰਸ਼ਾਦਾ ਦੇਖਣ, ਸਾਗ ਦੇਖਣ, ਦੂਜੇ ਪਾਸੇ ਬਾਬਾ ਜੀ ਵੱਲ ਦੇਖਣ। ਮਹਾਰਾਜ ਨੇ ਹੱਸ ਕੇ ਕਿਹਾ ਮਰਦਾਨਿਆ ਅੰਮ੍ਰਿਤ ਹੈ, ਖਾ ਕੇ ਦੇਖ, ਫੁਰਨੇ ਨਾ ਬਣਾ। ਸੱਚਮੁੱਚ ਅੰਮ੍ਰਿਤ ਬਣ ਗਿਆ ਪਿਆਰਿਓ, ਪ੍ਰਸ਼ਾਦਾ ਛਕਿਆ, ਭਾਈ ਲਾਲੋ ਦੇਖ ਰਿਹਾ ਹੈ, ਹਜ਼ੂਰ ਛਕ ਰਹੇ ਨੇ। ਇਤਿਹਾਸ ਕਹਿੰਦਾ ਇੱਕੋ ਦਮ ਪ੍ਰਸ਼ਾਦੇ ਤੋਂ ਬਾਅਦ ਸਤਿਗੁਰਾਂ ਦੇ ਚਰਨਾਂ 'ਚ ਆਪਣਾ ਮਸਤਕ ਰੱਖ ਦਿੱਤਾ। ਧੰਨ ਗੁਰੂ ਨਾਨਕ ਸਾਹਿਬ ਨੇ ਸੀਸ 'ਤੇ ਹੱਥ ਰੱਖਿਆ, ਜ਼ਮੀਨ ਤਿਆਰ ਸੀ, ਨਾਮ ਦਾ ਬੀਜ ਬੀਜ ਕੇ ਉਦਣ ਹੀ ਬੋਲ ਬਿਠਾ ਦਿੱਤਾ। ਮੈਂ ਸਿਰਫ ਬੇਨਤੀ ਕਰਾਂਗਾ, ਧਨਾੜ ਕਰ ਦਿੱਤਾ ਜੀ, ਮਲਕ ਭਾਗੋ ਕੋਲ ਦੌਲਤ ਹੈ, ਭਾਈ ਲਾਲੋ ਕੋਲ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਹੈ, ਨਾਮ ਹੈ। ਸਤਿਗੁਰੂ ਕਹਿ ਰਹੇ ਨੇ ਭਾਈ ਅਮੀਰ ਹੋਵੇ ਜਿਹਦੇ ਕੋਲ ਨਾਮ ਧਨ ਹੈ, ਪੂਰੇ ਸਤਿਗੁਰਾਂ ਨੇ ਨਾਮ ਧਨ ਬਖਸ਼ਿਆ, ਖਰੀ ਨੇ ਕਿਰਪਾ ਕੀਤੀ ਹੈ ਰਹਾਉ। ਇਹ ਬਚਨ ਸਤਿਗੁਰਾਂ ਨੇ ਰਹਾਉ ਦੇ ਦਰਜ ਕੀਤੇ ਹਨ। ਅਵਗੁਣ ਕਾਟ ਗੁਣ ਹਿਰਦੈ ਸਮਾਏ, ਜਿਨ੍ਹਾਂ ਨੂੰ ਸਤਿਗੁਰੂ ਨਾਮ ਦੀ ਦਾਤ ਦੇ ਦੇਣ ਜੀ, ਕਈ ਜਨਮਾਂ ਦੇ ਔਗਣ ਸਾਰੇ ਸਤਿਗੁਰੂ ਕੱਟ ਦਿੰਦੇ ਆ, ਔਗਣਾਂ ਦੀ ਥਾਂ ਤੇ ਗੁਣ ਉਹ ਟਿਕਾ ਦਿੰਦੇ ਹਨ। ਪੂਰੇ ਗੁਰ ਕੈ ਸਹਿਜ ਸੁਭਾਏ, ਪੂਰਾ ਗੁਰ ਕੈ ਸਹਿਜ ਸੁਭਾਏ, ਪੂਰੇ ਸਤਿਗੁਰੂ ਸ਼ਾਂਤ ਸੁਭਾਅ ਵਾਲੇ, ਐਂ ਸ਼ਾਂਤ ਸੁਭਾਅ ਵਾਲੇ, ਉਹਨਾਂ ਨੇ ਧੁਰ ਅੰਦਰ ਔਗਣ ਕੱਟ ਗੁਣ ਟਿਕਾਏ ਹਨ। ਪੂਰੇ ਗੁਰ ਕੀ ਸਾਚੀ ਬਾਣੀ, ਪੂਰੇ ਸਤਿਗੁਰਾਂ ਦੀ ਬਾਣੀ ਸੱਚੀ ਹੈ ਭਾਈ, ਇਹ ਤ੍ਰੈਕਾਲ ਸੱਚ ਹੈ, ਸਦੀਵ ਸੱਚ ਰਹਿਣੀ ਹੈ। ਸੁਖ ਮਨ ਅੰਤਰ ਸਹਿਜ ਸਮਾਣੀ, ਇਸ ਬਾਣੀ 'ਚ ਇੰਨੀ ਬਰਕਤ ਹੈ, ਜਿਹੜਾ ਮਨ ਅੱਤ ਦਾ ਤਪਦਾ ਹੋਵੇ ਉਸ ਮਨ ਨੂੰ ਵੀ ਸੁੱਖ ਦੇ ਦਿੰਦੀ ਹੈ, ਇਹ ਬਾਣੀ ਮਨ ਦੇ ਅੰਦਰ ਸੁੱਖ ਟਿਕਾਉਂਦੀ ਹੈ। ਏਕ ਅਚਰਜ ਜਨ ਦੇਖੋ ਭਾਈ, ਸੱਚੇ ਪਾਤਸ਼ਾਹ ਗੁਰੂ ਅਮਰਦਾਸ ਬਖਸ਼ਿਸ਼ ਕਰ ਰਿਹਾ, ਭਾਈ ਵੇਖੋ ਇੱਕ ਅਚਰਜ ਬਈ, ਬੜੀ ਹੈਰਾਨੀ ਵਾਲੀ ਬਾਤ ਹੋਈ ਹੈ। ਦੁਬਦਾ ਮਾਰ ਹਰ ਮਨ ਵਸਾਈ, ਵਾਹਿਗੁਰੂ ਜੀ ਨੇ ਇੰਨੀ ਕਿਰਪਾ ਕੀਤੀ, ਜਿਹੜੀ ਅੰਦਰ ਦੁਬਦਾ ਸੀ ਨਾ ਦੁਭਾਂਤੀ ਚਾਲ, ਇਹ ਮਾਰ ਦਿੱਤੀ, ਅੰਦਰ ਸਹਿਜ ਟਿਕਾ ਦਿੱਤਾ। ਹੁਣ ਦੁਚਿੱਤੀ ਹੈ ਹੀ ਨਹੀਂ, ਕਿਉਂਕਿ ਦੁਚਿੱਤੀ ਬੜਾ ਬੜਾ ਕੰਮ ਖਰਾਬ ਕਰਦੀ ਹੈ, ਜਿੱਥੇ ਦੋਏ ਆ ਜਾਣ ਨਾ ਚੇਤੇ ਰੱਖਿਓ, ਉੱਥੇ ਬਖੇੜਾ ਪੈ ਗਿਆ ਪਿਆਗਾ। ਭਾਈ ਗੁਰਦਾਸ ਸਾਹਿਬ ਕਹਿੰਦੇ ਇੱਕ ਸ਼ੀਸ਼ਾ ਸਾਹਮਣੇ ਰੱਖ ਕੇ ਚਿਹਰਾ ਦੇਖੀ ਜੋ ਇੱਕ ਦਿਸਦਾ, ਅਤੇ ਜੇ ਇੱਕ ਪਿੱਛੇ ਰੱਖ ਲਓ ਨਾ ਦੋ ਸ਼ੀਸ਼ੇ, ਅਤੇ ਚੇਤੇ ਰੱਖਿਓ ਜਿੱਥੇ ਦੋ ਇਕੱਠੇ ਹੋ ਜਾਣ ਉੱਥੇ ਕਈ ਮੂੰਹ ਬਣ ਜਾਂਦੇ ਹੁੰਦੇ ਆ, ਵੀ ਕਈ ਥਾਵਾਂ ਦੇਖਿਆ ਹੋਣਾ ਜੀ ਦੋ ਸ਼ੀਸ਼ੇ ਕਿੰਨੇ ਫੇਸ ਬਣ ਦਿੰਦੇ, ਬਸ ਇੱਕ ਚੀਜ਼ ਸੋਖੇ ਪਿਆਰਿਓ,
ਮਹਾਰਾਜ ਕਹਿੰਦੇ ਜਿਹੜੀ ਦੁਬਿਧਾ ਸੀ, ਦੁਚਿੱਤੀ ਸੀ, ਉਹ ਅੰਦਰੋਂ ਖਤਮ ਕੀਤੀ ਹੈ। ਨਾਮ ਅਮੋਲਕ ਨਾ ਪਾਇਆ ਜਾਏ। ਪਰ ਭਾਈ ਇਹ ਨਾਮ ਪੈਸੇ ਨਾਲ ਨਹੀਂ ਮਿਲਦਾ, ਇਹ ਅਮੋਲਕ ਹੈ, ਇਹਦੀ ਕੋਈ ਕੀਮਤ ਨਹੀਂ। ਗੁਰ ਪ੍ਰਸਾਦ ਵਸੈ ਮਨ ਆਈ। ਜਦੋਂ ਸਤਿਗੁਰੂ ਆਪਣੀ ਕਿਰਪਾ ਕਰਦੇ ਨਾ ਜੀ, ਹੱਠ ਮਜਾਹੋਂ ਮੈਂ ਮਾਨਕ ਲੱਦਾ, ਮੁੱਲ ਨਾ ਕਿੱਦਾਂ ਮੈਕੂ ਸਤਿਗੁਰ ਦਿੱਤਾ। ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ, ਕਿਸੇ ਬਿੱਟੋ ਰਹਿ ਲੋਕ ਵਿਲ ਲਾਏ, ਐਸਾ ਸਤਿਗੁਰ ਜੇ ਮਿਲੇ ਤਿਸ ਨੂੰ ਸਿਰ ਸੌਂਪੀਏ। ਮਹਾਰਾਜ ਕਹਿੰਦੇ ਨੇ ਜੇ ਇਹੋ ਜਿਹਾ ਸਤਿਗੁਰੂ ਮਿਲ ਜਾਏ, ਅਮੁੱਲਕ ਨਾਮ ਬਖਸ਼ਿਸ਼ ਨਾਲ ਮਿਲਦਾ ਹੈ। ਸਭ ਮਹਿ ਵਸੈ ਪ੍ਰਭ ਏਕੋ ਸੋਈ। ਸਾਰਿਆਂ ਵਿੱਚ ਕਰਤਾ ਪੁਰਖ ਵਾਹਿਗੁਰੂ ਆਪ ਵਸਦਾ ਹੈ। ਗੁਰਮਤੀ ਘਟ ਪ੍ਰਗਟ ਹੋਈ। ਬੜੀ ਪਿਆਰੇ ਬਚਨ ਕਹਿ ਜੀ, ਵਸਦਾ ਸਾਰਿਆਂ ਵਿੱਚ, ਪਰ ਪ੍ਰਗਟ ਉਹਨਾਂ 'ਤੇ ਹੁੰਦਾ ਜਿਨ੍ਹਾਂ ਨੇ ਗੁਰੂ ਕੀ ਮੱਤ ਲੈ ਲਈ ਹੋਵੇ। ਆਪਾਂ ਕਹਾਂਗੇ ਜੀ ਪ੍ਰਗਟ ਹੋਣਾ ਕੀ, ਫਿਰ ਅਲ ਸੁਣਿਓ, ਪਾਣੀ ਸਾਰੀ ਧਰਤੀ 'ਤੇ ਵੇ ਥੱਲੇ ਵੇ, ਕਿਤੇ ਥੋੜ੍ਹਾ ਨੀਵਾਂ, ਕਿਤੇ ਜ਼ਿਆਦਾ ਨੀਵਾਂ, ਪਰ ਪ੍ਰਗਟ ਟਾਵੀਆਂ ਟਾਵੀਆਂ ਥਾਵਾਂ 'ਤੇ ਹੁੰਦਾ, ਚਸ਼ਮਾ ਖੂਹ ਨਲਕੇ। ਵਾਹਿਗੁਰੂ ਜੀ ਸਭ ਵਿੱਚ ਹੈ, ਪਰ ਭਾਗਾਂ ਵਾਲੇ ਉਹ ਸਰੀਰ ਨੇ ਜਿਨ੍ਹਾਂ ਵਿੱਚ ਰੱਬ ਦੀਆਂ ਝਲਕਾਂ, ਉਹ ਪ੍ਰਗਟ ਹੋ ਜਾਂਦਾ, ਜਿਨ੍ਹਾਂ ਸਰੀਰਾਂ ਵਿੱਚੋਂ ਪ੍ਰਤੱਖ ਦਿਸਦੇ ਹਨ। ਸਹਿਜੇ ਜਿਨ ਪ੍ਰਭ ਜਾਣ ਪਛਾਣਿਆ। ਜਿਹਨੇ ਪਿਆਰੇ ਉਹ ਸਹਿਜ ਅਵਸਥਾ ਵਿੱਚ ਟਿਕ ਕੇ ਉਸ ਪਾਰ ਬ੍ਰਹਮ ਪਰਮੇਸ਼ਵਰ ਜੀ ਨੂੰ ਜਾਣ ਲਿਆ, ਉਸ ਨਾਲ ਉਹਦੀ ਪਹਿਚਾਣ ਹੋਈ ਹੈ। ਨਾਨਕ ਨਾਮ ਮਿਲਾ ਮਨ ਮਾਨਿਆ। ਸਤਿਗੁਰੂ ਗੁਰੂ ਅਮਰਦਾਸ ਜੀ ਕਹਿੰਦੇ ਆ ਜਿਨ੍ਹਾਂ 'ਤੇ ਸਤਿਗੁਰਾਂ ਕਿਰਪਾ ਕੀਤੀ, ਉਹਨਾਂ ਨਾਮ ਵਿੱਚ ਮਨ ਮੰਨ ਗਿਆ, ਨਾਮ ਵਿੱਚ ਭਿੱਜ ਗਏ। ਗੁਰਮੁਖੋ, ਜਿੱਥੇ ਦੁਨੀਆਂ ਦੀ ਦੌਲਤ ਰੱਬ ਨੇ ਬਹੁਤ ਦਿੱਤੀ ਸਭ ਨੂੰ, ਵਾਹਿਗੁਰੂ ਸਭ ਨੂੰ ਦਿੰਦਾ ਹੈ, ਜਿਨ੍ਹਾਂ ਨੂੰ ਨਹੀਂ ਦਿੰਦਾ ਵਾਹਿਗੁਰੂ ਉਹਨਾਂ ਦੀਆਂ ਵੀ ਝੋਲੀਆਂ ਭਰੇ। ਪਰ ਮੇਰੀ ਫਿਰ ਵੀ ਬੇਨਤੀ ਹੈ, ਅਖੀਰ 'ਤੇ ਸਭ ਕੁਝ ਇਕੱਠਾ ਕਰਕੇ ਇੱਕ ਖਿੰਨ ਵਿੱਚ ਸਭ ਕੁਝ ਖਤਮ ਹੋ ਜਾਣਾ ਹੈ। ਇਸ ਜ਼ਿੰਦਗੀ 'ਚ ਖਿੰਨ ਵਾਹਿਗੁਰੂ ਕਿਹਾ ਹੋਇਆ ਕਦੀ ਵੀ ਖਤਮ ਨਹੀਂ ਹੋਣਾ। ਫਿਰ ਬੇਨਤੀ ਸੁਣਿਓ, ਕਰੋੜਾਂ ਸਾਲਾਂ ਦਾ ਇਕੱਠਾ ਕੀਤਾ, ਜਦੋਂ ਕਰੋੜ ਨਾ ਕਹੋ, 100 ਸਾਲ ਉਮਰ, 100 ਸਾਲ ਦਾ ਇਕੱਠਾ ਇੱਕ ਖਿੰਨ ਵਿੱਚ ਮੁੱਕ ਜਾਣਾ, ਇੱਕ ਖਿੰਨ ਵਾਹਿਗੁਰੂ ਕਿਹਾ ਹੋਇਆ ਯੁੱਗਾਂ ਤੱਕ ਕਦੀ ਨਹੀਂ ਮੁੱਕਦਾ। ਇੱਕ ਚਿੱਤ ਜਾਂ ਇੱਕ ਛਿੰਨ ਧਿਆਇਓ, ਕਾਲ ਫਾਂਸ